ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੇਸ਼ਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਜੀ ਆਇਆਂ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਪੁਰਾਣੇ ਖਡਾਰੀ ਮੈਦਾਨ ਚ ਨੇ ਕੀ ਨਮਿਆਂ ਤੋਂ ਗੱਲ ਨਹੀਂ ਬਣ ਰਹੀ ਕੈਪਟਨ ਅਮਰਿੰਦਰ ਸਿੰਘ ਨੇ ਗੇੜਾ ਮਾਰਿਆ ਮੰਡੀ ਦਾ ਔਰ ਉਧਰਲੇ ਬਨੇ ਜਗਮੀਤ ਸਿੰਘ ਬਰਾੜ ਨੇ ਕਾगज ਦਾਖਲ ਕਰਤੇ ਇਧਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਈ ਇਲਜ਼ਾਮ ਲਾਤੇ ਵਿਰੋਧੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਤੇ ਖਰੀਦੋ ਫਰੋਖਤ ਮੈਂਬਰਾਂ ਦੀ 28 ਤਰੀਕ ਨੂੰ ਲੈ ਕੇ ਤੇ ਉਧਰ ਬੀਬੀ ਜ਼ਗੀਰ ਕੋਰ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਧਰਲੇ ਬੰਨੇ ਬੀਜੇਪੀ ਭੜਕ ਪੀ ਆਰ ਪੀ ਸਿੰਘ ਨੇਤਾ ਇੱਕ ਮਾਮਲਾ ਇਹੋ ਜਿਹਾ ਉਠਾਤਾ ਜਿਹਦੇ ਉੱਤੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੀ ਗ੍ਰਿਫਤਾਰੀ ਮੰਗ ਰਹੇ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਨੂੰ ਮਾਫੀ ਮੰਗਣ ਲਈ ਕਹਿ ਰਹੇ ਨੇ ਕਾਗਜ਼ਚੇ ਲੋ ਦਾਖਲ ਹੋਣੇ ਇੱਕ ਰੂਟੀਨ ਪ੍ਰਕਿਰਿਆ ਉਹ ਤਾਂ ਹੋ ਹੀ ਰਹੇ ਨੇ ਲੇਕਿਨ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਾਠ ਨਹੀਂ ਮੰਨਿਆ ਬਥੇਰੇ ਯਤਨ ਕੀਤੇ بڑے ਬੰਦੇ ਭੇਜੇ ਪਰ ਉਹ ਨਹੀਂ ਟਲਿਆ ਉਹਨੇ ਕਾਗਿਜ਼ दाखिल ਕਰਤੇ ਨੇ ਲੇਕਿਨ ਬਰਨਾਲੇ ਦੇ ਵਿੱਚ ਹੀ ਇਕਾਲੀ ਦਲ ਕੀਤੂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਗਿਆ ਕੁਲਵੰਤ ਸਿੰਘ ਕੰਤਾ ਉਰਫ ਕੀਤੂ ਉਹਨੇ ਕਿਹਾ ਮੈਂ ਪਾਰਟੀ ਦੇ ਨਾਲ ਜਾਣਾ ਅੱਜ ਕਿਸਾਨਾਂ ਨੇ 4 ਘੰਟੇ ਗਹਿ ਗੱਚ ਤਰੀਕੇ ਨਾਲ ਟ੍ਰੈਫਿਕ ਰੋਕੀ ਕਾ ਜਾਮ ਕਰਤਾ ਸੜਕਾਂ ਜਾਮ ਕਰਤੀਆਂ ਆਪਣੀ ਗੱਲ ਰੱਖੀ ਆ ਪ੍ਰੋਕਿਊਰਮੈਂਟ ਦਾ ਕੀ ਹਾਲ ਆ ਉੱਤੇ ਵੀ ਜਾਣਿਆ ਸਭ ਤੋਂ ਪਹਿਲਾਂ ਮੈਸਰ ਦਾ ਜਗਤਾਰ ਸਿੰਘ ਜੀ ਜੇ ਤੁਹਾਡੇ ਕੋਲ ਆ ਵਾ ਦੇਖੋ ਸਵਾਲ ਤੁਸੀਂ ਦਾ ਗੈਰੋਸਮੀ ਗੱਲਬਾਤ ਦੇ ਵਿੱਚ ਬੜੀ ਸੋਹਣੀ ਗੱਲ ਕਰ ਰਹੇ ਸੀ ਵੀ ਹੁਣ ਇਹਨਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰਤੇ ਔਰ ਗੱਲ ਮੈਨੂੰ ਤੁਹਾਡੀ ਵਧੀਆ ਲੱਗੀ ਵੀ ਰੰਗ ਪੱਗਾਂ ਦੇ ਰੰਗ ਕੈਪਟਨ ਮਰਿੰਦਰ ਸਿੰਘ ਜਦੋਂ ਤੁਰਦੇ ਹੁੰਦੇ ਸੀ ਘਰੋਂ ਉਦੋਂ ਜਿੱਥੇ ਉਹਨਾਂ ਜਾਣਾ ਹੁੰਦਾ ਸੀ ਉੱਥੇ ਸਾਰੇ ਕਾਂਗਰਸੀ ਉਸੇ ਰੰਗ ਦੀ ਪੱਗ ਬਨ ਲੈਂਦੇ ਹੁੰਦੇ ਸੀ ਫਿਰ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਸਿਕਿਉਰਿਟੀ ਸਿਕਿਉਰਿਟੀ ਤੋਂ ਪਤਾ ਕਰ ਲੈਂਦੇ ਸੀ ਸਾਰੇ ਲੀਡਰ ਵੀ ਅੱਜ ਕੈਪਟਨ ਸਾਹਿਬ ਨੇ ਕਿਹੜਾ ਰੰਗ ਪਾਇਆ ਸੋ ਕਾਂਗਰਸ ਦਾ ਚਿੱਟਾ ਰੰਗ ਕੈਪਟਨ ਸਾਹਿਬ ਨੇ ਖਰਾਬ ਕਰਤਾ ਜੀ ਪਰ ਮੈਂ ਹੁਣ ਤੁਹਾਡੇ ਕੋਲ ਆਉਣਾ ਕਿਉਂਕਿ ਕੈਪਟਨ ਨਾਲ ਤੁਹਾਡੀ ਸਾਹ ਸੂੰਝ ਰਹੀ ਤੁਸੀਂ ਬੈਂਦੇ ਬੁੰਦੇ ਲੱਗੇ ਰਹੇ ਹੁਣ ਇਹ ਰਣਨੀਤੀ ਕੀ ਹੈ ਵੀ ਕੈਪਟਨ ਸਾਹਿਬ ਆਗੇ ਮੰਡੀ ਚ ਪੁਰਾਣੇ ਜਨੇ ਖਿਡਾਰੀ ਨੇ ਹੌਲੀ ਹੌਲੀ ਬਾਹਰ ਨਿਕਲ ਰਹੇ ਨੇ ਨਵੇਂਆਂ ਤੋਂ ਗੱਲ ਨਹੀਂ ਬਣੀ ਵੈਸੇ ਉਹ ਕਹਿੰਦੇ ਮੈਂ ਪ੍ਰਧਾਨ ਮੰਤਰੀ ਕੋਲੋਂ ਸਮਾਂ ਮੰਗ ਲਿਆ ਉਹ ਵਿਦੇਸ਼ ਦੌਰੇ ਤੇ ਨੇ ਜਦੋਂ ਆਉਂਦੇ ਨੇ ਮੈਂ ਗੱਲ ਕਰਦਾ ਔਰ ਅਸੀਂ ਇਹ ਜਿਹੜੀ ਰੌਲਾ ਰੱਪਾ ਪਿਆ ਕਾਸ ਆ ਇਹਨੂੰ ਖਤਮ ਕਰ ਲਾਂਗੇ ਮੈਂ ਪ੍ਰਧਾਨ ਮੰਤਰੀ ਤੋਂ ਕਰਾ ਲੂੰਗਾ ਜੀ ਪ੍ਰੋਕਿਊਰਮੈਂਟ ਵਾਲਾ ਕੰਮ ਲਿਫਟਿੰਗ ਵਾਲਾ ਕੰਮ ਸੋ ਤੁਸੀਂ ਕੈਪਟਨ ਅਮਰਿੰਦਰ ਦੀ ਸ਼ੈਲੀ ਨੂੰ ਕੀ ਉਹਨਾਂ ਦੀ ਕੋਈ ਪੋਲਿਟਿਕਸ ਬਚੀ ਵੀ ਹੈ ਚਲੋ ਇੱਕ ਛੁਟਕੀ ਸਹੀ ਜੀ ਗੱਲ ਇੱਥੋਂ ਤੋੜ ਲੈਨੇ ਜੀ ਤੁਸੀਂ ਗੱਲ ਕੀਤੀ ਮੇਰੀ ਨਜ਼ਦੀਕੀ ਕੈਪਟਨ ਸਾਹਿਬ ਨਾਲ ਉਹ ਮੈਂ ਗੱਲ ਸਪਸ਼ਟ ਕਰ ਦਿਆਂ ਰੰਧਾਵਾ ਜੀ ਕਈ ਵਾਰੀ ਗੱਲ ਆਪਣੇ ਹੋ ਜਾਂਦੀ ਹੈ ਇਹੋ ਜੀ ਤੇ ਸੁਣਨ ਵਾਲਿਆਂ ਨੂੰ ਲੱਗਦਾ ਪਤਾ ਨਹੀਂ ਕਿ ਹੁਜੇ ਰਿਸੈਡਰੀ ਹੋਣੀ ਹੈ ਮੇਰੀ ਬੀਟ ਪੋਲਿਟਿਕਲ ਰਿਪੋਰਟਿੰਗ ਰਹੀ ਸਾਰੀ ਉਮਰ ਹੀ ਮੇਰਾ ਖਿਆਲ ਬਹੁਤ ਇੰਨਾ ਲੰਮਾ ਸਮਾਂ ਇੰਗਲਿਸ਼ ਪੇਪਰਸ ਦੇ ਵਿੱਚ ਹੋਰ ਵੀ ਮੇਰੇ ਕੁਲੀਗ ਰਹੇ ਪੁਰਾਣੇ ਮੇਰਾ ਖਿਆਲ ਲੰਬੀ ਐ ਨਹੀਂ ਮੇਰੀ ਹੀ ਰਹੀ ਹੈ ਕਿਉਂਕਿ ਮੈਂ ਕਦੇ ਸਿਟੀ ਰਿਪੋਰਟਿੰਗ ਕੀਤੀ ਹੀ ਨਹੀਂ ਸੀ ਠੀਕ ਹੈ ਸੋ ਇਸ ਕਰਕੇ ਉਹ ਸਰਟੀ ਜਰੂਰ ਤੁਹਾਡੀ ਬੀਟ ਹੋਵੇ ਨਾ ਹੂੰ ਪੋਲਿਟਿਕਲ ਰਿਪੋਰਟਿੰਗ ਹੋਏ ਤੇ ਫਿਰ ਤੁਹਾਡੀ ਡੇਟ ਤਾਂ ਸਾਰਿਆਂ ਨਾਲ ਹੀ ਹੋ ਜਾਂਦੀ ਹੈ ਸੋ ਮੈਂ ਕਹਿ ਸਕਦਾ ਕਿ ਸਾਰੀ ਓਵਰੀ ਸਾਰੇ ਨਾਲ ਹੀ ਮਿਲਦੇ ਜੁਲਦੇ ਰਹੇ ਤੇ ਤੁਸੀਂ ਗੱਲ ਕੀਤੀ ਕੈਪਟਨ ਸਾਹਿਬ ਦੇ ਪਾਗ ਦੇ ਰੱਗ ਦੀ ਜੀ ਪਟਿਆਲੇ ਦੀ ਪਾਗ ਤਾਂ ਵੈਸੇ ਹੀ ਮਸ਼ਹੂਰ ਹੈ ਤੇ ਬਿਲਕੁਲ ਕੈਪਟਨ ਸਾਹਿਬ ਦੇ ਰੱਗ ਵੀ ਮਸ਼ਹੂਰ ਹੈ ਹਮ ਲੇਕਿਨ ਉਹ ਜੱਜਦੇ ਨਾ ਤੇ ਇਹ ਬੜੀ ਕਮਾਲ ਦੀ ਗੱਲ ਹੈ ਬਾਕੀਆਂ ਦੇ ਉਹ ਵੀ ਜੱਜਦੇ ਨਹੀਂ ਜਿਵੇਂ ਕੈਪਟਨ ਸਾਹਿਬ ਦੇ ਜੱਜਦੇ ਆ ਇਹ ਇਹ ਪਤਾ ਨਹੀਂ ਕੀ ਗੱਲ ਹੈਗੀ ਆ ਤੁਹਾਡੀ ਗੱਲ ਠੀਕ ਹੈ ਕਿ ਸਾਥੀ ਵੀ ਇਹਨਾਂ ਦੇ ਬੰਨਣ ਲੱਗ ਪਏ ਸੀ ਇਹਨਾਂ ਨੇ ਸਿਆਸਤ ਦੇ ਵਿੱਚ ਰੰਗੀਨੀ ਲਿਆਤੀ ਜੀ ਜੇ ਆਪਾਂ ਹੋਰ ਟਾਕ ਦਾ ਗੱਲ ਕਰੀਏ ਚਲ ਹੁਣ ਆਪਾਂ ਅੱਗੇ ਚੱਲਦੇ ਨਿੱਜੀ ਜ਼ਿੰਦਗੀ ਦੇ ਬਾਰੇ ਆਪਾਂ ਗੱਲ ਨਹੀਂ ਕਰਦੇ ਨਹੀਂ ਉਹ ਉਹ ਸਾਰੀ ਰੰਗਿਨੀ ਤਾਂ ਲਿਆਂਦੀ ਉਹ ਜਦੋਂ ਕੈਪਟਨ ਸਾਹਿਬ ਦੇ ਨਾਲ ਭਰਤਿੰਦਰ ਚਾਹਲ ਨੇ ਕਰਨਲ ਸੇਖੋਂ ਹੋਣ ਜਾਂ ਇੱਥੇ ਮੇਜਰ ਮਾਨੇਪੁਰ ਇਹਨਾਂ ਸਾਰਿਆਂ ਦਾ ਫਿਰ ਅੱਗੇ ਜਿੱਥੇ ਜਾਣਾ ਹੁੰਦਾ ਸੀ ਉੱਥੇ ਵੀ ਪੱਗਾਂ ਦੇ ਸੇਮ ਰੰਗ ਪੈਸੇ ਅੱਜ ਜਿਸ ਜਿਹੜਾ ਇਸ਼ੂ ਲੈਣਾ ਮੈਂ ਇੱਕ ਰਹਿ ਗਿਆ ਇੰਟਰੋ ਚ ਗੱਲ ਕਰਨ ਵਾਲਾ ਬੜਾ ਹੀ ਐਮ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਰਐਸਐਸ ਭਾਜਪੀ ਤੇ ਇਲਜ਼ਾਮ ਲਾਇਆ ਅੱਗੋਂ ਉਹਨਾਂ ਦੇ ਕੌਮੀ ਸਪੋਕਸਪਰਸਨ ਆਰਪੀ ਸਿੰਘ ਨੇ ਤਲਖ ਲੈਜੇ ਦੇ ਵਿੱਚ ਇਹ ਕਿਹਾ ਕਿ ਕੋਈ ਸਬੂਤ ਦਿਓ ਕੋਈ ਸਬੂਤ ਲਿਆਓ ਕਿ ਆਰਐਸਐਸ ਨੇ ਤੁਹਾਡਾ ਨੁਕਸਾਨ ਕਰਤਾ ਤੇ ਨਾਲ ਕਿਹਾ ਕਿ ਜਿਨ੍ਹਾਂ ਨੇ ਕੀਤਾ ਕ੍ਰਿਸਚਨਾ ਨੇ ਧੜਾ ਧੜਾ ਕ੍ਰਿਸਚੀਅਨਿਟੀ ਵਧਾਈ ਆ ਸਿੱਖ ਕ੍ਰਿਸਚੀਅਨ ਬਣਾਏ ਨੇ ਉਧਰ ਤਾਂ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਇਹ ਸਵਾਲ ਜਦੋਂ ਉਠਾ ਰਹੇ ਸੀ ਤਾਂ ਉਹਦੇ ਵਿੱਚ ਉਹ ਜ਼ੁਬਾਨ ਦੇ ਜਿਹੜੇ ਇੱਕ ਮਰਿਆਦਾ ਹੁੰਦੀ ਉਹਨੂੰ ਵੀ ਅਲੰਘ ਗਏ ਕਹਿੰਦੇ ਸ਼੍ਰੋਮਣੀ ਕਮੇਟੀ ਇੱਕ ਤੇ 55 ਸਾਲਾਂ ਨੂੰ ਧਾਮੀ ਸਾਹਿਬ ਸ਼੍ਰੋਮਣੀ ਕ੍ਰਿਸਚੀਅਨ ਕਮੇਟੀ ਨਾ ਬਣ ਜੇ ਸੋ ਆਪਾਂ ਇਸ ਗੱਲ ਨੂੰ ਅੱਜ ਦੋਸਤੋ ਜ਼ਰੂਰ ਲੈਣਾ ਹੈ ਕਿ ਜਿਹੜਾ ਇਹ ਇਸ਼ੂ ਆ ਧਰਮ ਪਰਿਵਰਤਨ ਦਾ ਇਸ਼ੂ ਆ ਅਸੀਂ ਇਹਨਾਂ ਦੀ ਬਲੇਮ ਗੇਮ ਤੋਂ ਪਰੇ ਜਾ ਕੇ ਕਰਾਂਗੇ ਕਿ ਇਹ ਸੱਚਮੁੱਚ ਇਸ਼ੂ ਹੈਗਾ ਆਰਐਸਐਸ ਹੋਵੇ 크ਰਿਸਚੀਅਨਿਟੀ ਹੋਵੇ ਸਿੱਖ ਹੋਣ ਸਮੁੱਚਤਾ ਦੇ ਵਿੱਚ ਇਸ ਮਾਮਲੇ ਨੂੰ ਅਡਰੈਸ ਕਰਾਂਗੇ ਸਰਦਾਰ ਜਗਤਾਰ ਸਿੰਘ ਜੀ ਹੁਣ ਤੁਸੀਂ ਗੱਲ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਦਾ ਮੰਡੀ 'ਚ ਜਾਣਾ ਤੇ ਉਧਰ ਜਗਮੀਰ ਫਰਾੜ ਦਾ ਮੈਦਾਨ 'ਚ ਆ ਜਾਣਾ ਇਹ ਦੇਖੋ ਕਿਸ ਤਰ੍ਹਾਂ ਪ੍ਰਾਣੀ ਪੋਲਿਟਿਕਸ ਮੁੜ ਰਹੀ ਹੈ ਮੈਂ ਛੋਟੀ ਜਿਹੀ ਗੱਲ ਉਹਨਾਂ ਦੀ ਤੁਸੀਂ ਪਰਸਨਲ ਲਾਈਫ ਦਾ ਰੰਗੀਨੀ ਤੇ ਸ਼ੁਰੂ ਕਰ ਲਈ ਸੀਗੀ ਮੈਂ ਇੱਕ ਸਕਿੰਟ ਦੇ ਵਿੱਚ ਦੋ ਸ ਘੰਟੇ 'ਚ ਖਤਮ ਕਰ ਦਿੰਦਾ ਹੈ ਸੀਂ ਜਰੋ ਐਸ ਯਾ ਬਣੇ ਐ ਤੇ ਅਸੀਂ ਪ੍ਰੈਸ ਕਲਬਰਨ ਵਾਰਡ ਕੀਤਾ ਸੀਗਾ ਬੰਦੇ ਡਬਲ ਸਟੈਂਡਰਡ ਕੋਈ ਨਹੀਂ ਜਿੰਦਗੀ ਦੇ ਵਿੱਚ ਜੋ ਕਰਨਾ ਹੈ ਡਟ ਕੇ ਕਰਨਾ ਤੇ ਆ ਕੇ ਫਿਰ ਆਪਣਾ ਅੱਧੇ ਘੰਟੇ ਜਿਹੜਾ ਫੰਕਸ਼ਨ ਸੀ ਫਾਰਮਲ ਬੁਕਾ ਕੇ ਫਿਰ ਅਸੀਂ ਮਾਰਤੇ ਬੈਠ ਗਏ ਸੀ ਤੇ ਕੈਪਟਨ ਸਾਹਿਬ ਹੀ ਬੈਠ ਗਏ ਸੀ ਹਾਂ ਤੇ ਸਾਡੇ ਨਾਲ ਦੋ ਦੋ ਪੈਕ ਲਾਏ ਹੋ ਨਾਲੇ ਉੱਥੇ ਬੈਠ ਕੇ ਇਹ ਖੂਬਸੂਰਤੀ ਬੰਦੇ ਦੀ ਨੇ ਪਤਾ ਲੱਗਿਆ ਵੀ ਕੈਪਟਨ ਸਾਹਿਬ ਤਾਂ ਹੋਸਟ ਵੀ ਬੜੇ ਵਧੀਆ ਆ ਜੇ ਉਹਨਾਂ ਦੇ ਘਰ ਕੋਲ ਨਹੀਂ ਬਹੁਤ ਵਧੀਆ ਹੋ ਨਹੀਂ ਬਹੁਤ ਬਹੁਤ ਵਧੀਆ ਆ ਡਰਿੰਕ ਆਪ ਪਾ ਕੇ ਦਿੰਦੇ ਜੜੀ ਕੋਲ ਅੱਛਾ ਬਹੁਤ ਵਧੀਆ ਹੋਸਟ ਜੇ ਤੁਸੀਂ ਸਵੇਰੇ ਚਲੇਗੇ ਬ੍ਰੈਕਫਾਸਟ ਤੇ ਤਾਂ ਵੀ ਰਾਤ ਨੂੰ ਚਲੇਗੇ ਤਾਂ ਵੀ ਹਾਂਜੀ ਉਹ ਸਲੀਕਾ ਕਮਾਲ ਦਾ ਹੈ ਚਲੋ ਉਹ ਚਲੋ ਗੜਬੜ ਕਿਤੇ ਹੋਰ ਲੈਵਲ ਤੇ ਹੋ ਗਈ अदरवाइज ਤਾਂ ਉਹਨਾਂ ਦੀ ਸਿਆਸਤ ਵੀ ਮਾਈਨ ਲਾਰਜ ਕੁਝ ਕੱਲਾ ਦੇ ਵਿੱਚ ਆ ਕੇ ਬੜੇ ਓਪਨ ਜੀ ਸੀ ਚਲੋ ਹੁਣ ਆਪਾਂ ਕੱਲ ਕਰਦੇ ਮੰਡੀਆਂ ਦੇ ਅੱਜ ਉਹ ਨੇਤਰੀ ਆ ਮદાન ਦੇ ਵਿੱਚ ਬੜੇ ਚਰਵਾਬਾਦ ਨਾ ਜੇ ਤੁਸੀਂ ਮੈਨੂੰ ਅੱਗੇ ਆ ਦੋ ਸਰਦਾਰ ਰਮੀਰ ਸਿੰਘ ਹੋਰਾਂ ਨੂੰ ਵੀ ਕਿਉਂਕਿ ਦਰਸ਼ਕਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਵੀ ਕਹਿਣਾ ਕਿ ਤੁਸੀਂ ਕਿਹੜੇ ਓਝੜੇਰਾ ਪੈ ਗਏ ਕੈਪਟਨ ਅਮਰਿੰਦਰ ਸਿੰਘ ਇਰੈਲੇਵੈਂਟ ਹੋ ਗਏ ਉਹਨਾਂ ਦਾ ਸਿਆਸਤ ਵਿੱਚ ਕੀ ਹੈ ਕਈ ਕੁਝ ਕਹਿਣਗੇ ਪਰ ਚਲੋ ਜੇ ਰੌਚਕਤਾ ਹੈ ਤੇ ਮੈਂ ਸਰਦਾਰ ਰਮੀਰ ਸਿੰਘ ਹੋਰਾਂ ਤੋਂ ਵੀ ਅਨੁਭਵ ਲੈ ਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਬਾਹਰ ਨਿਕਲੇ ਨੇ ਸਰਦਾਰ ਰਮੀਰ ਸਿੰਘ ਦੀ politically ਤੇ personally ਜੇ ਇਹਨੂੰ ਦੇਖਣਾ ਹੋਵੇ ਤੁਹਾਡੀ ਟੇਢੀ ਅੱਖ ਤੋਂ ਉਹ ਕੌਣ ਤੋਂ ਪਰਲੇ ਪਾਸਿਓਂ ਬਹੁਤ ਜਰਾ ਕੋਈ ਅਡਮੈਂਟਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਜਿਵੇਂ ਸਚਕ tartar ਸਿੰਘ ਹੋਰ ਕੀਤੇ ਉਹਨੇ ਕੈਪਟਨ ਬਰਦਰਸਿੰਘ ਤਾਂ ਖਰ ਪਿਛਲੇ 2.5-3 ਸਾਲ ਤੋਂ ਕਿਤੇ ਪਬਲਿਕ ਡੋਮੇਨ 'ਚ ਦਿਖਾਈ ਨਹੀਂ ਦਿੱਤੇ ਉਹਨਾਂ ਦਾ ਈਵਨ ਪਰਨੀਤ कौर ਜਦੋਂ ਪਾਰਲੀਮੈਂਟ ਲੜ ਰਹੇ ਸੀ ਉਦੋਂ ਬਣਿਆ ਕਿਉਂਕਿ ਸਿਹਤ ਉਹਨਾਂ ਦੀ ਨਸਾਜ ਰਹੀ ਕਿਹਾ ਜਾ ਰਿਹਾ ਸੀਗਾ ਕਿ ਸਿਹਤ ਨਹੀਂ ਹੈ ਬੈਟਰ ਹਾਲਾਂਕਿ ਅੱਜ ਵੀ ਥੋੜਾ ਥੋੜਾ ਫੜ-ਫੜ ਕੇ ਜੇ ਲਿਆਂਦੇ ਜਾ ਰਹੇ ਸੀ ਕਿ ਤੇੜਕੜਾਂ ਜਾਣ ਜਾ ਕੇ ਤੇ ਨਾ ਹੋ ਜੇ ਪਰ ਹੁਣ ਜਦੋਂ ਸਾਹਮਣੇ ਆਏ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਕੀ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਇਸ ਕਦ ਦਾ ਕੋਈ ਆਦਮੀ ਨਹੀਂ ਹੈ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਡਾਇਰੈਕਟ ਟਾਈਮ ਲੈ ਕੇ ਕਹੇ ਸਾਡਾ ਮਾਮਲਾ ਸੁਣ ਜਾ ਦੋ ਇਤੋਂ ਇਹ ਮੈਸੇਜ ਤਾਂ ਜਾਂਦਾ ਹੀ ਹੈ ਜੇ ਕੈਪਟਨ ਅਵੰਤਿੰਦਰ ਸਿੰਘ ਕਹ ਰਹੇ ਨੇ ਵੀ ਮੈਂ ਲੈ ਲਿਆ ਟਾਈਮ ਤੇ ਮੈਂ ਅਸੀਂ ਕਰ ਲਾਂਗੇ ਗੱਲ ਮੈਂ ਪ੍ਰਾਈਮ ਮਿਨਿਸਟਰ ਨੂੰ ਮਨਾ ਲਵਾਂਗਾ ਤੇ ਦੂਜੇ ਪਾਸੇ ਸੁਨੀਲ ਜਾਖੜ ਪ੍ਰੈਜ਼ੀਡੈਂਟ ਨੇ ਅਜੇ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਉਹ ਇਹਨਾਂ ਨੇ ਪ੍ਰਬੰਧ ਕਰ ਲਿਆ ਜਾਂ ਕਿਸੇ ਨੇ ਉਹ ਪ੍ਰਾਈਮ ਮਿਨਿਸਟਰ ਕੋਲ ਜਾਂਦੇ ਸੀ ਤੇ ਉਹਨਾਂ ਨੇ ਬੜਾ ਕੁਝ ਪੰਜਾਬ ਬਾਰੇ ਕਿਹਾ ਵੀ ਨਜ਼ਰੀਆ ਬਦਲ ਨਹੀਂ ਔਰ ਇਹ ਵੀ ਸੂਚਨਾਮਾ ਨੇ ਕਿ ਜਦੋਂ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਖੜਾ ਕੇ ਇੱਥੇ ਏਅਰਪੋਰਟ ਤੇ ਖੜੇ ਸੀ ਉਹ ਨਾਰਮਲ ਮੁਲਾਕਾਤ ਨਹੀਂ ਸੀ ਜਾਖੜੋਂਾ ਤੋਂ ਪ੍ਰਾਈਮ ਮਿਨਿਸਟਰ ਨੇ ਮੰਗਿਆ ਵੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਸਾਨੂੰ ਲਿਖ ਕੇ ਜਰੂਰ ਭੇਜੋ ਤਾਂ ਕਿ ਉਹਦੇ ਤੇ ਡਿਸਕਸ ਚਰਚਾ ਹੋ ਸਕੇ ਕਿਸੇ ਨਾ ਕਿਸੇ ਮਾਮਲੇ ਦੀ ਇਹਦਾ ਮਤਲਬ ਜਾਖੜੋਂਾ ਦਾ ਰੈਪਿਊਟੇਸ਼ਨ ਕੰਪੈਰੀਟਿਵਲੀ ਅੱਜ ਵੀ ਉਹਨਾਂ ਕਤਾ ਫਿਰ ਮੰਨਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੂੰ ਤੇ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੁਣ ਐਡੀ ਦੇਰ ਬਾਅਦ ਕਿਉਂ ਆਏ ਇਹ ਨਹੀਂ ਸਮਝ ਆਈ ਪ੍ਰੋਗਰਾਮ ਬੜਾ ਲੇਟ ਬਣਿਆ ਹੌਲੀ ਹੌਲੀ ਬਣਾਇਆ ਹੀ ਹੋਣਾ ਕਿਸੇ ਨੇ ਵੀ ਜਾ ਕੇ ਇੱਕ ਰੋਲ ਪਲੇ ਕਰੋ ਪਰਸਨਲ ਫੈਮਲੀ ਵੀ ਉਹਨਾਂ ਨੇ ਆਪਣੀ ਬੇਟੀ ਨੂੰ ਇੱਕ ਲੈਵਲ ਦਾ ਆਪਣੇ ਵਾਰਿਸ ਦੇ ਤੌਰ ਤੇ ਉਭਾਰਿਆ ਤੇ ਉਹ ਮਹਿਲਾ ਬਿੰਗ ਦੀ ਇਨਚਾਰਜ ਵੀ ਨੇ ਬੀਜੇਪੀ ਦੇ ਤੇ ਸ਼ਾਇਦ ਉਸ ਪਾਸੇ ਵੀ ਅਜੇ ਆਪਣਾ ਦਖਲ ਵਧਾਉਂਦੇ ਹੋਣ ਇਹ ਸਾਰੇ ਮਾਮਲੇ ਦੇ ਵਿੱਚ ਕਿਸ ਨਾ ਕਿਸੇ ਰੂਪ ਦੇ ਵਿੱਚ ਜਣਾ ਲਾਉਣ ਦੇ ਲਈ ਲੋੜ ਪੈਂਦੀ ਆ ਕਈ ਵਾਰ ਫੰਕਸ਼ਨ ਇਹ ਸਾਰੇ ਮਾਮਲੇ ਦੇ ਵਿੱਚ ਬਰਨਰ ਤਾਂ ਕਿਸੇ ਬੁੱਧਿਆ ਤੇ ਕੋਈ ਕੈਪਟਨ ਸਾਹਿਬ ਦੀ ਕੋਈ ਹੋਰ ਸਰਗਰਮੀ ਦੀ ਨਜ਼ਰ ਆਈ ਕਦੇ ਪੰਜਾਬ 'ਚ ਹੁਣ ਕੋਈ ਅਗਲੀ ਇਲੈਕਸ਼ਨ ਲੜਨ ਕੇ ਇਸ ਚੋਂ ਆਏ ਨੇ ਉਹ ਵੀ ਨਹੀਂ ਲੱਗਦਾ ਉਹਨਾਂ ਦਾ ਏਜ ਗਰੁੱਪ ਵੀ ਉਹ ਹੋ ਗਿਆ ਤੇ ਬਾਕੀ ਚੀਜ਼ਾਂ ਸਿਹਤ ਦੇ ਵੀ ਸਵਾਲ ਹੁੰਦੇ ਨੇ ਹੋਰ ਕੋਈ ਬਹੁਤ ਵੱਡੀ ਨਜ਼ਰ ਨਹੀਂ ਆਈ ਕੋਈ ਆਪਾਸ ਚਰਾਇ ਮਸ਼ਵਰਾ ਕਰਕੇ ਇੰਨਾ ਹੀ ਹੋਊਗਾ ਕਿ ਇੱਕ ਤਾਂ ਉਹ ਢੇਣਾ ਦੇ ਜਾਂ ਦੂਜਾ ਇੰਨਾ ਕੁ ਦਿਖਾ ਜਾਣ ਆਪਣਾ ਜਿਹੜਾ ਹਿਸਟਰੀ ਦੇ ਵਿੱਚ ਮੇਰੇ ਵਾਲਾ ਥੋੜਾ ਜਿਹਾ ਨਜ਼ਰ ਮਾਰੋ ਅਸੀਂ ਤਾਂ ਘਟੋ ਘਟ ਫਸਲਾਂ ਚੱਕਦੇ ਹੀ ਰਹਿਆ ਕੈਪਟਨ ਦਾ ਇਸ ਗੱਲ 'ਚ ਕ੍ਰੈਡਿਟਡ ਸੀ ਨਾ ਥੋੜਾ ਜਿਹਾ ਵੀ ਫਸਲਾਂ ਵੇਲੇ ਕੋਈ ਕਈ ਵਾਰ ਲੋਕ ਕਹਿੰਦੇ ਸੀ ਕਿਸਮਤ ਦਾ ਧਨੀ ਹੈ ਜੀ ਨਾ ਕੋਈ ਬਹੁਤ ਜ਼ਿਆਦਾ ਕੋਈ ਮੌਸਮ ਖਰਾਬ ਹੋਇਆ ਉਹਨਾਂ ਦਿਨਾਂ ਦੇ ਵਿੱਚ ਨਾ ਕੁਝ ਬਾਕੀ ਚੱਕੀਆਂ ਜਾਂਦੀਆਂ ਰਹੀਆਂ ਫਸਲਾਂ ਕੱਲਾ ਮੌਸਮ ਦੀ ਵੀ ਗੱਲ ਨਹੀਂ ਹੁੰਦੀ ਸਮਾਂ ਰਹਿੰਦੇ ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਵਿਅਤ ਲੈ ਲੈਂਦੇ ਹੋ ਤਾਂ ਉਹ ਚੀਜ਼ਾਂ ਬਹੁਤਾ ਮਤਲਬ ਬਹੁਤ ਜਿਆਦਾ ਸਮੱਸਿਆ ਨਹੀਂ ਖੜੀਆਂ ਕਰਦੀ ਐ ਮਾੜਾ ਮੋਟਾ ਤਾਂ ਤੇ ਲੋਕਾਂ ਦੇ ਨਾ ਕਦੇ ਹੋ ਚੇ ਹੋ ਲਾ ਗੱਲ ਹੈ ਸ਼ਾਇਦ ਉਹੀ ਗੱਲ ਲੱਗਦੀ ਜੀ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਗੱਲ ਤਾਂ ਕਰ ਰਹੇ ਸੀ ਕੰਟੀਨਿਊਟੀ ਚ ਚਲਾਓ ਨਹੀਂ ਮੈਂ ਤਾਂ ਮੈਂ ਤਾਂ ਪਰਸਨਲ ਇਸ਼ੂ ਸ਼ੁਰੂ ਕੀਤਾ ਸੀ ਜੀ ਮੈਂ ਤਾਂ ਹੁਣ ਆ ਜਾਣਾ ਤੁਹਾਡੀਆਂ ਮੰਡੀਆਂ ਤੇ ਅੱਜੋਂ ਤਾਰਾ ਕੀਤਾ ਉਹਨਾਂ ਨੇ ਕੈਪਟਨ ਸਾਹਿਬ ਦੀ ਜਿਹੜੀ ਸਪਾਈਨਲ ਕਾਰਡ ਹੈ ਉਹਦੀ ਪ੍ਰੋਬਲਮ ਸੀ ਬੜੀ ਲੰਬੀ ਬੜੀ ਪੁਰਾਣੀ ਤੇ ਉਹਨਾਂ ਦਾ ਆਪਰੇਸ਼ਨ ਕਿਸੇ ਵੇਲੇ ਹੋਇਆ ਸੀ ਲੰਡਨ ਦੇ ਵਿੱਚ ਇੰਗਲੈਂਡ ਸੀ ਜੀ ਇੰਗਲੈਂਡ ਤੇ ਵੈਸੇ ਹੀ ਉਹਨਾਂ ਦਾ ਸ਼ਹਿਰ ਤਰਪੁਰ ਵੀ ਹੈ ਜੀ ਪ੍ਰੋਪਰਟੀ ਕਿਸੇ ਵੇਲੇ ਬਹੁਤ ਸੀ ਰਾਇਲ ਫੈਮਿਲੀ ਪਟਿਆਲਾ ਦੀ ਤੇ ਉਥੋਂ ਆਪਰੇਸ਼ਨ ਕਰਾਇਆ ਸੀਗਾ ਤੇ ਲੰਬਾ ਸਮਾਂ ਇਹ ਮੋਬਾਈਲ ਰਹਿ ਤੇ ਹੌਣ ਘਰੋਂ ਨਿਕਲੇ ਜੀ ਉਹਨਾਂ ਦਾ ਕਾਰਨ ਵੱਡਾ ਬਿਮਾਰੀ ਕਰਕੇ ਸੀ ਘਰ ਬੈਠਣ ਦਾ ਜੀ ਤੇ ਮੰਡੀਆਂ 'ਚ ਅੱਜ ਆਏ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਮੈਂ ਪੀਐਮ ਨਾਲ ਗੱਲ ਕਰਾਂ ਜਿਹੜੀ ਹਮੇਸ਼ਾ ਗੱਲ ਕਰ ਰਹੇ ਸੀ ਨਾ ਵੀ ਕੋਈ ਹੋਰ ਰਹਿ ਨਹੀਂ ਗਿਆ ਕੈਪਟਨ ਅਵਰਿੰਦਰ ਸਿੰਘ ਦਾ ਸਟੇਟਸ ਕਾ ਆਪਣੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੇ ਨਾਲ ਦੇ ਕੰਟੈਕਸਟ ਦੇ ਵਿੱਚ ਬਿਲਕੁਲ ਡਿਫਰੈਂਟ ਜੀ ਉਹ ਕਿਸੇ ਅਹੁਦੇਦਾਰ ਨਹੀਂ ਜੀ ਸੋ ਉਹ ਐਕਸੈਸ ਉਹਨਾਂ ਦੀ ਨਿੱਜੀ ਲੈਵਲ ਤੇ ਕੁਝ ਹੋਰ ਕਾਰਨਾ ਕਰਕੇ ਹੈ ਤੇ ਮੇਰੇ ਖਿਆਲ ਉਹ ਐਕਸੈਸ ਉਹ ਇਸ ਮਾਮਲੇ ਤੇ ਵੀ ਵਸਣਾ ਚਾਹਣਗੇ ਵੈਸੇ ਉਹਨਾਂ ਦਾ ਰਿਕਾਰਡ ਪ੍ਰੋਕਿਊਰਮੈਂਟ ਤੇ ਬਹੁਤ ਕਲੀਨ ਹੈ ਰਾਦਰ ਇਹਨਾਂ ਕਲੀਨ ਤਾਂ ਕਿਸੇ ਦਾ ਰਹੀ ਨਹੀਂ ਜਦੋਂ ਦੀ ਇਹ ਪ੍ਰੋਕਿਊਰਮੈਂਟ ਦਾ ਸਿਸਟਮ ਸ਼ੁਰੂ ਹੋਇਆ ਸੋ ਇਸ ਕਰਕੇ ਮੇਰੇ ਖਿਆਲ ਚ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਤੇ ਉਹ ਕਰ ਸਕਦੇ ਆ ਲੇਕਿਨ ਆਫੀਸ਼ੀਅਲੀ ਤੇ ਇਹ ਮਸਲਾ ਪੰਜਾਬ ਦੇ ਸੀਐਮ ਦੇ ਲੈਵਲ ਦਾ ਹੁੰਦਾ ਸੀਐਮ ਨੂੰ ਚਾਹੀਦਾ ਸੀਗਾ ਵੀ ਮੈਂ ਤਾਂ ਹੁਣ ਤੱਕ ਪਤਾ ਨਹੀਂ ਕਿ ਇਹਨਾਂ ਨੇ ਹੁਣ ਤੱਕ ਟੀਐਮ ਤੋਂ ਟਾਈਮ ਮੰਗੇ ਵੀ ਅਕਰੀ ਮੰਗੇ ਸੱਚੀ ਗੱਲ ਇਹ ਹੈ ਨਾ ਹੀ ਕਿਤੇ ਵੇ ਖਬਰ ਪੜੀ ਹੈ ਇਹ ਸਮੱਸਿਆ ਹੋਣ ਅੱਜ ਸਾਰਾ ਪੰਜਾਬ ਜਾਮ ਰਿਹਾ ਹੈ ਐਡਵਰਸਰੀ ਐਕਸ਼ਨ ਵੀ ਹੋ ਰਿਹਾ ਹੈ ਵੈਸੇ ਇਹ ਵੀ ਹੈ ਆਪਾਂ ਖਬਰਾਂ ਛਪ ਗਈ ਕਿ ਵਜਾਂ ਇੰਡਸਟਰੀ ਵਾਲੇ ਕਹਿ ਰਹੇ ਬਈ ਇਹ ਨਾਲ ਪੰਜਾਬ ਦੀ ਇਕਨੋਮਿਕ ਤੈਸਨੈਸ ਹੋ ਜਾਏਗੀ ਕਿਸਾਨੇ ਦੀ ਵੀ ਤੈਸਨੈਸ ਹੋ ਰਹੀ ਹੈ ਚਲੋ ਇਹ ਸੋਲੂਸ਼ਨ ਤਾਂ ਹੋ ਜਾਏਗਾ ਮੇਰੇ ਖਿਆਲ ਦੇ ਵਿੱਚ ਇਹ ਇਹਦੀ ਲਾਗਰਨ ਦੇਖਣ ਵਾਲੀ ਗੱਲ ਹੈਗੀ ਹੈ ਉਹ ਇਨ ਟੋਟੈਲਿਟੀ ਵੀ ਰੋ ਰੋਜ ਦੇ ਧਰਨੇ ਭਾਵੇਂ ਕਿਸੇ ਦੇ ਹੋਣ ਇਕੱਲੇ ਕਿਸਾਨੀ ਦੇ ਨਹੀਂ ਇਹ ਪੰਜਾਬ ਦੀ ਇੱਕ ਖਸਲਿਆਤ ਬਣ ਚੁੱਕੀ ਹੈ ਵੀ ਰੋਜ ਰੋਜ ਦੇ ਧਰਨੇਆਂ ਦਾ ਟੋਟਲ ਤੁਹਾਡੇ ਅਸਰ ਕੀ ਪੈ ਰਿਹਾ ਹੈ ਉਹ ਵੀ ਦੇਖਣ ਵਾਲੀ ਗੱਲ ਆ ਪਰ ਆਪਣਾ ਮਿਸ਼ਾ ਨਹੀਂ ਆ ਇਦਾਂ ਦਾ ਵਿਸ਼ਾ ਤਾਂ ਆਪਣਾ ਇੰਨਾ ਕੀ ਹੈ ਵੀ ਪ੍ਰੋਕਿਊਰਮੈਂਟ ਇਸ ਵੇਲੇ ਕਿਸਾਨ ਰੋਲ ਰਿਆ ਮੁੰਡਿਆਂ ਦੇ ਵਿੱਚ ਪੰਜਾਬ ਆ ਜਾਮ ਸੀਗਾ ਤੇ ਇਹਦਾ ਸੋਲੂਸ਼ਨ ਪੜ ਵੀ ਰਹੇ ਆ ਵੀ ਸੈਂਟਰ ਕਹਿੰਦਾ ਵੀ ਅਸੀਂ ਇੰਨੀਆਂ ਅੱਜ ਵੀ ਫੌਰ ਰਸ਼ਪੀਆਂ ਹੋਣਾਂ ਜੀ ਕਿ ਐਨੇ ਲਿਫਟਿੰਗ ਐਨੇ ਰੇਕਸ 31 ਦਸੰਬਰ ਤੱਕ ਐਨੇ ਲਿਫਟੇ ਹੋ ਜਾਏਗੀ ਐਨੀ ਸਪੇਸ ਕ੍ਰੀਏਟ ਹੋ ਜਾਏਗੀ ਤੈਂਪਰੇਰੀ ਸਪੇਸ ਵੀ ਰੰਦਾਵਾ ਜੀ ਕ੍ਰੀਏਟ ਹੋ ਸਕਦੀ ਹੁੰਦੀ ਹੈ ਪਲੰਥ ਲਾ ਕੇ ਤੁਸੀਂ ਸਟੋਰ ਕਰ ਲੋ ਹੂੰ ਸਰਕਾਰ ਪ੍ਰੋਕਿਊਰ ਕਰਕੇ ਲਿਫਟ ਕਿਉਂਕਿ ਟੈਂਪਰੇਰੀ ਤੁਸੀਂ ਸਪੇਸ ਲੈ ਲਓ ਕ੍ਰੀਏਟ ਕਰ ਲਓ ਜਿਵੇਂ ਬਾਹਰ ਪਈ ਹੁੰਦੀ ਹੈ ਤਰਪਾਲੇ ਪਾਉਣੇ ਹਨ ਨਾ ਉੱਤੇ ਹੂੰ ਇੱਥੇ ਇੱਕ ਵਾਰੀ ਤਾਂ ਚੱਕ ਕੇ ਲਿਫਟ ਕਰ ਲੋ ਨਾ ਭਾਵੇਂ ਅਲੋਕੇਸ਼ਨ ਤੁਸੀਂ ਸ਼ੰਦਰਤ ਨੂੰ ਬਾਅਦ ਦੇ ਵਿੱਚ ਕਰੋ ਮੰਡੀਰ ਦੇ ਵਿੱਚੋਂ ਤਾਂ ਬਾਹਰ ਕਢੋ ਤੇ ਪੈਸੇ ਤੁਹਾਡੇ ਕੋਲ ਹੈਗੇ ਕੇਂਦਰ ਰਿਜ਼ਰਵ ਬੈਂਕ ਨੇ ਤੁਹਾਨੂੰ ਲਿਵਟ ਦਿੱਤੀ ਹੋਈ ਹੈ ਤੁਸੀਂ ਪੈਸੇ ਨਾਲੇ ਕਹਿ ਰਹੇ ਆ ਵੀ ਇੰਨੇ ਪਰਸੈਂਟ ਪ੍ਰੋਕਿਊਰਮੈਂਟ ਹੋ ਗਈ ਤੇ ਇੰਨੇ ਪੈਸੇ ਦਿੱਤੇ ਜਾ ਚੁੱਕੇ ਤਾਂ ਉਹਨਾਂ ਨੂੰ ਸਾਰਾ ਮਾਲ ਮੂਵ ਕਰੋ ਇਹ ਪੱਲੇ ਨਹੀਂ ਪੈ ਰਹੇ ਵੀ ਤੁਸੀਂ ਟੈਂਪਰੇਰੀ ਅਰੇਂਜਮੈਂਟੇ ਦੇਖੋ ਨਹੀਂ ਕਰ ਲੈਂਦੇ ਹਾਂ ਤੇ ਹੌਲੀ ਹੌਲੀ ਬਾਕੀ ਸਪੇਸ ਆ ਉਹ ਕ੍ਰੀਏਟ ਹੋ ਹੀ ਜਾਏਗੀ ਇਹ ਮੇਰੇ ਖਿਆਲ ਵਿੱਚ ਜਿਹੜੀ ਇਨਫੀਸ਼ੀਐਂਸੀ ਹੈ ਨਾ ਉਹਦੇ ਕਰਕੇ ਹੈ ਇੱਕ ਤਾਂ ਇਨਫੀਸ਼ੀਐਂਸੀ ਆ ਮੈਂ ਲਖਤ ਪਹਿਲਾਂ ਨਰੇਕੀ ਵਰਤਿਆ ਸੀਗਾ ਉਹ ਸਟਡੀ ਸਿਆਸੀ ਜਮਾਤ ਦੀ ਵੀ ਰੂਲਿੰਗ ਦੀ ਵੀ ਔਰ ਬਿਊਰੋਕ੍ਰੇਸੀ ਦੀ ਦੋਵਾਂ ਦੀ ਇਕੱਠੀ ਹੈ ਜੀ ਤੇ ਪੰਜਾਬ ਦਾ ਕਿਸਾਨ ਸਮੱਸਿਆ ਫੇਸ ਕਰ ਰਿਹਾ ਜੀ ਸਾਬ ਮਹਿੰਦਰ ਸਿੰਘ ਜੀ ਆਪਾਂ ਅੱਗੇ ਵਧਣ ਤੋਂ ਪਹਿਲਾਂ ਇਸੇ ਮਾਮਲੇ ਤੇ ਮੈਂ ਥੋੜਾ ਜਿਹਾ ਜਾਨਣਾ ਚਾਹਾਂਗਾ ਕਿਸਾਨਾਂ ਨੇ ਅੱਜ ਜੋ ਨਾ ਕਿਹਾ ਸੀ ਕੀਤਾ ਅੱਜ ਹਾਈਵੇ ਜਾਮ ਰਹੇ ਔਰ ਜਾਮ ਕਾਫੀ ਪ੍ਰਭਾਵੀ ਰਹੇ ਨੇ ਇਹਦੇ ਚ ਕੋਈ ਦੌਰ ਆਏ ਨਹੀਂ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਿਹੜਾ ਮੈਂ ਇੱਕ ਇੱਕ ਤੋਂ ਵੱਧ ਮੇਰੀ ਅੱਜ ਬਿਊਰੋਕਰੇਟਸ ਨਾਲ ਗੱਲ ਹੋਈ ਸਾਬਕਾ ਅਫਸਰ ਸ਼ਾਹ ਜਿਹਨਾਂ ਦੇ ਵਿੱਚੋਂ ਚੀਫ ਫੈਕਟਰੀ ਰੈਂਕ ਦੇ ਅਫਸਰ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਜਿਕਤਾ ਮੰਨਣਾ ਸੀਗਾ ਕਿ ਇਹ ਮਾਮਲਾ ਇੰਨਾ ਵੱਡਾ ਨਹੀਂ ਸੀ ਹੋਣਾ ਚਾਹੀਦਾ ਇਹਨੂੰ ਚੀਫ ਸਕੱਟਰੀ ਦੇ ਪੱਧਰ ਤੇ ਜਾਂ ਮੁੱਖ ਮੰਤਰੀ ਦੇ ਪੱਧਰ ਤੇ ਅਡਰੈਸ ਕੀਤਾ ਜਾ ਸਕਦਾ ਹੈ ਕਿ ਜੇਕਰ ਇੰਨਾ ਕਯੋਸ ਹੈ ਤਾਂ ਫਾਰ ਦਾ ਟਾਈਮ ਬੀਇੰਗ ਤੁਸੀਂ ਕੁਝ ਵੀ ਟੈਂਪਰੇਰੀਲੀ ਮੰਡੀਆਂ ਦੇ ਵਿੱਚੋਂ ਲਿਫਟਿੰਗ ਕਰਾ ਸਕਨੇ ਹੋ ਜਦੋਂ ਤੱਕ ਆੜਤੀਆਂ ਨਾਲ ਕੋਈ ਫਾਈਨਲ ਹੋਵੇ ਉਦੋਂ ਤੱਕ ਤੁਸੀਂ ਬਲੰਥਾ ਜਵੇਂ ਸਰਦਾਰ ਜਖਤਾਰ ਸਿੰਘ ਹੋਰੀ ਕਹ ਰਹੇ ਲਗਾ ਕੇ ਤੇ ਇਹ ਕੋਈ ਇਹਦੇ 'ਚ ਖਰਚ ਸਿਰਫ ਇਹੀ ਆਉਣਾ ਸੀ 100 ਤੋਂ 200 ਕਰੋੜ ਰੁਪਏ ਦਾ ਕੇ ਬਾਅਦ ਦੇ ਵਿੱਚ ਤੁਹਾਨੂੰ ਇੱਕ ਵਾਧੂ ਕਰਾਇਆ ਪੈਣਾ ਸੀ ਸ਼ੈਲਰਾਂ ਤੱਕ ਭੇਜਣ ਦਾ ਇਹ ਜਿਹੜਾ ਹੋਣਾ ਸੀਗਾ ਕਿ ਪਲੰਥਾਂ ਤੱਕ ਲੈ ਕੇ ਜਾਣ ਦਾ ਤੇ ਸ਼ੈਲਰਾਂ ਤੱਕ ਲਾਉਣ ਦਾ ਇਹਦੇ ਵਿੱਚ ਨੇਗੋਸ਼ੀਏਸ਼ਨ ਹੋ ਜਾਂਦੀ ਜਦੋਂ ਤੁਹਾਡੀਆਂ ਬਾਕੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਤੁਹਾਡੀਆਂ ਸ਼ੈਲਰਾਂ ਵਾਲਿਆਂ ਨਾਲ ਮੁੱਕ ਮਕਾ ਜਾਂਦੀ ਉਦੋਂ ਤੁਸੀਂ ਘੱਟੋ ਘੱਟ ਮੰਡੀ ਦੇ ਵਿੱਚ ਇੰਨਾ ਕਯੋਸ ਨਾ ਹੁੰਦਾ ਇੰਨਾ ਜਿਆਦਾ ਇਹ ਅੰਦੋਲਨ ਨਾ ਇੱਧਰ ਅੰਦੋਲਨ ਵੱਲ ਨਾ ਜਾਂਦੇ ਕਿਸਾਨ ਖਰਾਬ ਵੀ ਨਾ ਹੁੰਦੇ ਸੋ ਤੁਸੀਂ ਤਾਂ ਇੰਨਾਂ ਚੀਜ਼ਾਂ ਦੇ ਵਿੱਚੋਂ ਦੀ ਨਿਕਲੇ ਹੋ ਮੈਂ ਇੱਕ ਤੁਹਾਡੀ ਟਿੱਪਣੀ ਜ਼ਰੂਰ ਇੱਥੇ ਚਾਹੁੰਦਾ ਹੈ ਕਿ ਅੱਜ ਵਾਲਾ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਸਰਕਾਰ ਤੇ ਕੰਨਾਂ ਤੇ ਕੋ ਜੋ ਸਰਕੀ ਜੀ ਇਹਦੇ ਨਾਲ ਤੇ ਦੂਜੇ ਪੰਨੇ ਫਾਰਦਰ ਟਾਈਮ ਬੀਇੰਗ ਮੁੱਖ ਮੰਤਰੀ ਤੇ ਜਿਹੜੇ ਅਫਸਰ ਦੇਖ ਰਹੇ ਇਸ ਕੰਮ ਨੂੰ ਬਦਲਵੇਂ ਪ੍ਰਬੰਧ ਕਿਉਂ ਨਹੀਂ ਕਰ ਲੈਂਦੇ ਬਾਅਦ ਚ 100 200 ਕਰੋੜ ਤਾਂ ਪੰਜਾਬ برداشت ਕਰ ਹੀ ਸਕਦਾ ਆਪਣੀ ਖੱਜਲ ਖਵਾਰੀ ਨਾਲੋਂ ਨਹੀਂ ਇਹ ਇਹ ਚੀਜ਼ ਤੱਕ ਹਰ ਸੂਰਤੋ ਕਾਈ ਰਹੇ ਨੇ ਸਾਰੇ ਜੇ ਇੰਨੇ ਜੋਗੇ ਹੁੰਦੇ ਤਾਂ ਹੁਣ ਤੱਕ ਕਰ ਲੈਂਦੇ ਕਿ ਤੁਸੀਂ ਇਹ ਕਰ ਸਕਦੇ ਹੋ ਰੌਣਾ ਕੇਵਲ ਇਹ ਹੈ ਕਿ ਇੱਕ ਤਾਂ ਸਮਾਂ ਰਹਿੰਦੇ ਕੰਮ ਸ਼ੁਰੂ ਹੀ ਨਹੀਂ ਹੋਇਆ ਸਮਾਰਹ ਦੇ ਪਹਿਲਾਂ ਜਦੋਂ ਮਤਲਬ 1 ਅਕਤੂਬਰ ਤੱਕ ਉਦੋਂ ਪਹਿਲਾਂ ਪਹਿਲਾਂ ਲੇਬਰ ਨਾਲ ਐਗਰੀਮੈਂਟ ਹੋ ਜਾਣੇ ਹੁੰਦੇ ਨੇ ਟਰਾਂਸਪੋਰਟ ਦੇ ਐਗਰੀਮੈਂਟ ਹੋ ਜਾਣੇ ਹੁੰਦੇ ਨੇ ਸ਼ੈਲਰ ਵਾਲਿਆਂ ਨਾਲ ਐਗਰੀਮੈਂਟ ਹੋ ਜਾਣੇ ਹੁੰਦੇ ਨੇ ਇਹ ਸਾਰਾ ਪ੍ਰੋਸੈਸ ਉਦੋਂ ਪਹਿਲਾਂ ਨਾਰਮਲੀ ਹੋ ਜਾਂਦਾ ਹੈ ਉਸ ਪੱਧਰ ਦੇ ਉੱਤੇ ਉਸ ਸਮਾਰਹ ਦੇ ਕਿਸੇ ਨਾਲ ਵੀ ਕਿਉਂ ਨਹੀਂ ਹੋਇਆ ਇੱਕ ਵੀ ਧਰ ਨਾਲ ਤਾ ਇਹਨੂੰ ਪ੍ਰਸ਼ਾਸਨਿਕ ਨਲੈਕੀਓ ਕਿਹਾ ਜਾਏਗਾ ਹੋਰ ਕੀ ਕਿਹਾ ਜਾਏਗਾ ਸਰਕਾਰ ਨੇ ਜੇਕਰ ਮੰਨ ਲਓ ਕਿਤੇ ਇੱਕ ਜਗ੍ਹਾ ਅੜਚਣ ਆਉਂਦੀ ਹੈ ਉਹ ਇੱਕ ਅਲੱਗ ਤੋਂ ਦੇਖ ਲੈ ਜੇ ਚਾਰ ਸਫੇਰੇ ਅੜਚਣ ਹੈ ਤਾਂ ਫਿਰ ਤੁਹਾਡੇ ਕੰਮਕਾਜ ਦੇ ਤਰੀਕਿਆਂ ਤੇ ਹੀ ਸਵਾਲ ਉੱਠੂਗਾ ਕਿ ਕੀ ਹੈ ਦੂਜੀ ਗੱਲ ਜੇ ਤੁਹਾਨੂੰ ਪਤਾ ਹੈ ਕਿ 124 ਲੱਖ ਟਨ ਤੁਹਾਡੇ ਕੋਲ ਚੌਲ ਇੱਥੇ ਪਏ ਆ ਤੁਹਾਡੇ ਕੋਲ ਚੌਲ ਨਿਕਲਣ ਦੀ ਜਗ੍ਹਾ ਨਹੀਂ ਹੈ ਤਾਂ ਤੁਹਾਡਾ ਫੂਡ ਮਿਨਿਸਟਰ ਤੁਹਾਡਾ ਚੀਫ ਸੈਕਟਰੀ ਤੁਹਾਡਾ ਸੈਕਟਰੀ ਫੂਡ ਡਾਇਰੈਕਟਰ ਫੂਡ ਤੱਚੇ ਬਰਸ਼ਟਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਭਗਵਤਾਨ ਸਰਕਾਰ ਨੂੰ ਇੱਕ ਕਾਗਜ਼ ਦੇ ਦੇਣਾ ਚਾਹੀਦਾ ਵੀ ਐਨੇ ਵਾਰ ਅਸੀਂ ਦਿੱਲੀ ਗਏ ਸੀ ਅਸੀਂ ਦਿੱਲੀ ਫੂਡ ਮਿਨਿਸਟਰ ਨੂੰ ਮਿਲਿਆ ਪਰ ਲਾਣਾ ਐਨੀਆਂ ਚਿੱਠੀਆਂ ਲਿਖਿਆ ਸੀ ਫਿਰ ਸਾਡਾ ਮਿਨਿਸਟਰ ਗਿਆ ਫਿਰ ਮੈਂ ਗਿਆ ਤੁਸੀਂ ਕਿੰਨੇ ਵਾਰ ਗਏ ਹੋ ਇੱਕ ਇੱਕ ਵਾਰ ਵੀ ਗਏ ਤੁਸੀਂ ਦਖਲ ਦਿਖਾ ਦਿਓ ਜੇ ਰੈਗੂਲਰ ਸਾਰੇ ਇੱਕ ਇੱਕ ਵਾਰ ਵੀ ਗਏ ਹੋਣ ਤਾਂ ਵੀ ਮਾਫ ਕੀਤਾ ਜਾ ਸਕਦਾ ਕੋਈ ਨਹੀਂ ਤੁਸੀਂ ਐਫਰਟ ਤੇ ਜੇ ਤੁਸੀਂ ਸੁੱਤੇ ਪਏ ਹੋ ਮਤਲਬ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਬਹੁਤ بڑا ਮਾਮਲਾ ਹੈ ਤੁਹਾਡਾ ਤਾਂ ਕੌਣ ਹੁਣ ਤੁਸੀਂ ਕਹੀ ਜੋ ਸਾਡਾ ਕਸੂਰ ਨਹੀਂ ਸਾਡਾ ਕਸੂਰ ਨਹੀਂ ਉਹ ਜੋ ਮਰਜੀ ਹੈ ਇਹ ਠੀਕ ਹੈ ਗਵਰਨਮੈਂਟ ਆਫ ਇੰਡੀਆ ਦੀ ਵੀ ਜ਼ਿੰਮੇਵਾਰੀ ਵੜਦੀ ਹੈ ਕਿ ਤੁਹਾਡੇ ਲਈ ਅਨਾਜ ਹੈ ਤਾਂ ਇੱਥੇ ਪਿਆ ਤੁਸੀਂ ਕਿਉਂ ਨਹੀਂ ਚੱਕਦੇ ਮੌਕੇ ਤੇ ਤੇ ਜਿਹੜਾ ਸੈਲਰਾਂ ਦੀ ਓਵਰਆਲ ਟੋਟੇ ਦਾ ਰੌਲਾ ਸੈਲਰ ਆਲੇ ਤਿੰਨ ਮਹੀਨੇ ਤੋਂ ਰੌਲਾ ਪਾ ਰਹੇ ਨੇ ਉਹਦੋਂ ਨਾਲ ਤੁਸੀਂ ਵੀ ਪਹਿਲਾਂ ਕਰਨਾ ਸੀ ਜੋ ਕੁਝ ਕਰਨਾ ਸੀ ਇਹ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਹੈ ਔਰ ਗਵਰਨਮੈਂਟ ਆਫ ਇੰਡੀਆ ਦੇ ਬਾਰੇ ਇੱਕ ਨਜ਼ਰੀਆ ਪੰਜਾਬ ਦੇ ਵਿੱਚ ਜਨਰਲ ਨਜ਼ਰੀਆ ਸਰਕਾਰ ਵੀ ਇਹ ਕਹਿ ਰ ਆਪੋ ਜੀ ਸਰ ਪਾਰਟੀਆਂ ਵੀ ਇਹ ਕਹਿ ਰਹੇ ਜਾਣੇ ਕਿਸਾਨ ਵੀ ਇਹ ਕਹਿ ਰਿਹਾ ਹੈ ਬਾਕੀ ਲੋਕ ਵੀ ਕਿ ਗਵਰਨਮੈਂਟ ਆਫ ਇੰਡੀਆ ਪੰਜਾਬ ਦੀ ਬਾਹ ਮਰੋੜ ਰਹੀ ਹੈ ਬਿਨਾਂ ਮਤਲਬ ਨਹੀਂ ਤਾਂ ਇਹ ਐਡਾ ਵੱਡਾ ਮਾਮਲਾ ਨਹੀਂ ਸੀ ਜੇ ਉਹ ਇਹ ਹਟਸਾੜ ਜਾਉਣਾ ਚਾਹਦੀ ਤਾਂ ਕੋ ਬਹੁਤ ਬੜੀ ਗੱਲ ਹੈ ਨਹੀਂ ਇਸ ਪੱਧਰ ਦੇ ਉੱਤੇ ਗੱਲ ਇੱਥੋਂ ਤੱਕ ਕਿ ਜਿਹੜੀ ਭਗਵਤ ਮਾਨ ਉਹਨਾਂ ਨੇ ਉਦਣ ਗੱਲ ਕੀਤੀ ਕਹਿੰਦੇ ਸੀ ਮੈਂ ਅਮਿਤਸਰ ਨਾਲ ਗੱਲ ਕਰ ਲਈ ਗੱਲ ਹੋ ਜੋਗੀ ਸ਼ਾਇਦ ਨਾਲ ਗਏ ਹੋਏ ਨੇ ਅਮਿਤਸਰ ਨਾਲ ਤਾਂ ਮੀਟਿੰਗ ਨਹੀਂ ਸੀ ਤਾਂ ਜਦੋਂ ਕੋਈ ਗੱਲ ਕਹਿੰਦਾ ਤੇ ਉਹ ਆਰਗੇਨਾਈਜੇਸ਼ਨਾਂ ਦੇ ਬੰਦੇ ਹੀ ਕਹਿੰਦੇ ਨੇ ਵੀ ਇਹ ਤਾਂ ਪੁੱਛ ਲੋ ਚੀਫ ਮਿਨਿਸਟਰ ਨੂੰ ਕਿ ਅਮਨਤ ਸਾਹਿਬ ਨਾਲ ਇਹਨਾਂ ਨੇ ਖਰੀਦ ਦੀ ਗੱਲ ਕੀਤੀ ਸੀ ਜਾਂ ਇਹ ਤਾਂ ਨਹੀਂ ਗੱਲ ਕੀਤੀ ਕਿ ਵੀ ਇੱਥੇ ਲੈਂਡ ਆਰਡਰ ਦੀ ਪ੍ਰੋਬਲਮ ਖੜੀ ਹੋਣ ਵਾਲੀ ਆ ਤੁਹਾਡੇ ਤੋਂ ਕੰਪਨੀਆਂ ਮਗਾਈਆਂ ਜਾ ਸਕਦੀਆਂ ਨੇ ਕੀ ਗੱਲ ਕੀਤੀ ਸੀ ਚੀਫ ਮਿਨਿਸਟਰ ਇਹ ਤਾਂ ਦੱਸੇ ਨਾ ਇਸ ਲਈ ਅੱਜ ਵੀ ਜਿਵੇਂ ਅੱਜ ਹੁਣ ਪੂਰਾ ਜਿਵੇਂ ਕਹਿੰਦੇ ਨੇ ਸਾਹਿਬ ਦਾ ਕਿਹਾ ਸਿਰਮੱਥੇ ਪ੍ਰਣਾਲਾ ਦਾ ਉੱਥੇ-ਉੱਥੇ ਵਾਲੀ ਗੱਲ ਉਹਦਾ ਕਾਰਨ ਹੈ ਇਹ ਕਿ ਜੇ ਜਾਮ ਆਜ ਹੈ ਇਹ ਐਸ ਕੇਮਰੇ ਸਦਾ ਦਾ ਵੀ 4 ਘੰਟੇ ਰਹੂਗਾ ਫਿਰ ਅਸੀਂ 29 ਨੂੰ ਡੀਸੀ ਦਫਤਰਾਂ ਦੇ ਘਰਾਓ ਕਰਾਂਗੇ ਉਹਨਾਂ ਦਫਤ ਅਫਸਰਾਂ ਨੂੰ ਟਿਕਣ ਨਹੀਂ ਦੇਵਾਂਗੇ ਅੱਜ ਵੀ ਕੋਈ ਸੱਦਾ ਦਿੱਤਾ ਜਾ ਸਕਦਾ ਕੋਈ ਸਰਕਾਰੀ ਤੰਤਰ ਚੋਂ ਕੋਈ ਬੰਦਾ ਅਥਾਰਟੀ ਚੀਫ ਮਿਨਿਸਟਰ ਚੀਫ ਸੈਕਟਰੀ ਉਹ ਸਾਰੇ ਬੰਦਿਆਂ ਨੂੰ ਬੁਲਾ ਕੇ ਗੱਲ ਤਾਂ ਕਰ ਹੀ ਸਕਦੇ ਨੇ ਵੀ ਕਿੱਥੇ ਖੜੇ ਆ ਭਾਈ ਮਾਮਨਾ ਹੁਣ ਕਿਉਂ ਨਹੀਂ ਹੋ ਰਿਹਾ ਆਪਾਂ ਇਸ ਤਰੀਕੇ ਨਾਲ ਕਰ ਲੈਨੇ ਆ ਹੁਣ ਅਗਲਾ ਸੱਦਾ ਨਾ ਦਿਓ ਕੋਈ ਗੱਲ ਕਿਤੇ ਨਾ ਕਿਤੇ ਨਾ ਲਾਓ ਨਾ ਤੁਸੀਂ ਜਾਮ ਹੋ ਗਿਆ ਉਹਨਾਂ ਨੇ ਜਾਮ ਕਰਕੇ ਇੱਕ ਸਫਸਤਪੁਰ ਸੱਦਾ ਸਾਡਾ ਹੋ ਗਿਆ ਉਹ ਵੀ ਚਲੇਗੇ ਤੇ ਚੇਮਰ ਇਸ ਤਰ੍ਹਾਂ ਆਪਣੇ ਘਰ ਹੈ ਮੰਤਰੀ ਸਾਹਿਬ ਕਿੱਥੇ ਨੇ ਤੇ ਅਫਸਰ ਕਿੱਥੇ ਨੇ ਕੋਈ ਫਰਕ ਨਹੀਂ ਪਿਆ ਐਸ ਲੈਵਲ ਤੇ ਤਾਂ ਫਿਰ ਇਹ ਦੇਖਿਆ ਜਾਏ ਬਲੇਮ ਕੇਮ ਕੀ ਚੱਲਦਾ ਹੈ ਬਲੇਮ ਕੇਮ ਇਦੋਂ ਉਲਟ ਮੈਂ ਇੱਕ ਸਾਬਕਾ ਆਈਐਸ ਅਫਸਰ ਜਿਹੜਾ ਭਾਜਪਾ ਦਾ ਸਪੋਕਸਪਰਸਨ ਆ ਜਕਨੋ ਸੁਚਾਰਾਮ ਲੰਦੜ ਉਹਦੀ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਇਹ ਕੀ ਮਾਮਲਾ ਹੋਇਆ ਜਦ ਮਰਜ਼ੀ ਕੋਈ ਕਰਦੇ ਸਰਕਾਰਾਂ ਕਾਦੇ ਕੰਮ ਲਈ ਨੇ ਇਹ ਲੀਡਰ ਸਾਰੇ ਕਰਪਟ ਨੇ ਤੇ ਬਾਕੀ ਨੇ ਕਿਸਾਨਾਂ ਨਾਲ ਲੱਗ ਨੇ ਇਹਨਾਂ ਨੂੰ ਨਾਲ ਸਖਤੀ ਵਰਤਣੀ ਪਊ ਤਾਂ ਮੂਰੋ ਬੰਦਾ ਕਹਿ ਰਿਹਾ ਕਿ ਸਖਤੀ ਦਾ ਮਤਲਬ ਹੈ लाठी चार्ज ਗੋਲੀ ਤੇ ਜਿੰਨਾ ਮਰਜੀ ਇਹਦੇ ਨਾਲ ਟਕਰਾਵ ਬਦੂ ਨੂੰ ਕਹਿੰਦਾ ਬੱਜ ਜੇ ਇਹਦੇ ਨਾਲ ਕੀ ਫਰਕ ਪੈਂਦਾ ਇਹੀ ਤਰੀਕਾ ਹੁੰਦਾ ਸੈਲਰਾਂਾਂ ਦੇ ਵੀ ਡੰਡਾ ਫਿਰ ਉਹ ਨਹੀਂ ਉਹਨਾਂ ਦੇ ਸਾਰਿਆਂ ਦੇ ਲਾਇਸੈਂਸ ਕੈਨਸਲ ਕਰੋ ਆ ਵੀ ਕਰੋ ਤੇ ਲੰਦੜ ਸਾਹਿਬ ਨੂੰ ਆਪਣੇ ਟੈਨਯੋਰ ਚ ਖੈਰ ਦੱਸਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਤੁਸੀਂ ਕਰਦੇ ਸੀ ਕਿੰਨਾ ਕਿ ਕੀ ਕਰਦੇ ਸੀ ਉਹ ਭਾਜੀਪੀ ਦੇ ਆਏ ਜੇ ਸਪੋਕਸਪਰਸਨ ਕਹਿ ਰਿਹਾ ਜਾਂ ਇੰਡੀਵਿਜੂਅਲ ਰਹਾ ਹੈ ਉਹਨਾਂ ਦੀ ਭਾਜੀਪੀ ਦੀ ਇਹ ਅਪਰੋਚ ਹੈ ਸਾਰੇ ਮਾਮਲੇ ਦੇ ਪ੍ਰਤੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਮਾਮਲੇ ਦੇ ਵਿੱਚ ਜੋ ਮਤਲਬ ਕਮੀਆਂ ਨੇ ਉਧਰ ਨੂੰ ਕੋਈ ਨਹੀਂ ਦੇਖੂਗਾ ਕਿ ਉਧਰ ਵੀ ਹੈਗੀਆਂ ਨੇ ਕਮੀਆਂ ਇਹ ਆਪੋ ਆਪਣੀਆਂ ਪਾਰਟੀਆਂ ਨੂੰ ਦੇਖਣਾ ਚਾਹੀਦਾ ਉਧਰ ਆਵਾਦਵੀ ਪਾਰਟੀ ਕਹਿੰਦੀ ਸਾਡੇ ਤਾਂ ਕੁਝ ਹੈ ਹੀ ਨਹੀਂ ਜੀ ਸਾਰਾ ਹੀ ਮਾਮਲਾ ਕੇਂਦਰ ਸਰਕਾਰ ਦਾ ਹੈ ਪੰਜਾਬ ਦੀਆਂ ਮੰਡੀਆਂ ਖਤਮ ਕਰਨਾ ਚਾਹੁੰਦੀ ਹੈ ਇੱਕ ਸਾਲ ਨਾਲ ਬਦਲਾ ਲੈਣਾ ਚਾਹੁੰਦੀ ਹੈ ਬਾਕੀ ਚਾਹੁੰਦੀ ਹੈ ਤਾਂ ਚੀਫ ਮਿਨਿਸਟਰ ਕਿੱਥੇ ਛੁਪੇ ਹੋਏ ਨੇ ਇਹ ਸਵਾਲ ਨਹੀਂ ਆਉਂਦਾ ਮਤਲਬ ਪੋਲੀਟੀਕਲ ਲੀਡਰਸ਼ਿਪ ਜਾਂ ਜਿਹੜੀ ਐਗਜ਼ੈਕਟਿਵ ਲੀਡਰਸ਼ਿਪ ਹੁੰਦੀ ਹੈ ਦੋਨਾਂ ਦੇ ਮੰਤਰੀ ਕੀ ਕੋਈ ਭਰੋਸਾ ਦਿਖਾਉਂਦਾ ਦਿਖਾਈ ਦੇ ਰਿਹਾ ਹੈ ਕੇਂਦਰ ਦਾ ਫੂਡ ਮਿਨਿਸਟਰ ਭਰੋਸਾ ਦੇ ਰਿਹਾ ਪੰਜਾਬ ਦਾ ਚੇਬਰਸਟਰ ਭਰੋਸਾ ਦੇ ਰਿਹਾ ਜੇ ਤੁਸੀਂ ਭਰੋਸਾ ਦੇਣ ਜੋਗੇ ਵੀ ਨਹੀਂ ਆ ਕਿ ਇਦੋਂ ਅੱਗੇ ਤੁਸੀਂ ਦੋ ਦਿਨ ਮੰਗੇ ਸੀ ਅੰਗਲੇ ਨੇ 4 ਦਿਨ ਦਿੱਤੇ ਪੰਜਵਾਂ ਦਿਨ ਹੋ ਗਿਆ ਉਹਨਾਂ ਨੂੰ ਕੁਝ ਤਾਂ ਦੱਸ ਦਿਓ ਵੀ ਪੰਜ ਦਿਨ ਚ ਹੋਇਆ ਕੀ ਐ ਤੁਸੀਂ ਐਵੇਂ ਹੀ ਕਰ ਰਹੇ ਹੋ ਬਾਧੂ ਹੋ ਗਿਆ ਦੇਖੋ ਤਾਂ ਸਹੀ ਗੱਲ ਹੋ ਗਈ ਜਾਂ ਕਿਉਂ ਨਹੀਂ ਹੋ ਸਕਿਆ ਹੁਣ ਕਿਉਂ ਹੋ ਜੂਗਾ ਇਹ ਗੱਲ ਤੂੰ ਸਾਡਾ ਸਹਿਯੋਗ ਕਰੋ ਸਹਿਯੋਗ ਹੀ ਮੰਗ ਰੋ ਜੇ ਕੁਝ ਹੋਰ ਨਹੀਂ ਕਰਨਾ ਕੁਝ ਵੀ ਨਹੀਂ ਹੋ ਰਿਹਾ ਹੁਣ ਇਸ ਕਿਆਸ ਤੋਂ ਫਿਰ ਕੀ ਅੰਦਾਜ਼ਾ ਲੱਗੂਗਾ ਜਿਹੜਾ ਜਿਸ ਲੈਵਲ ਦਾ ਹੋ ਗਿਆ ਕਿ ਇਹਦੇ ਨਾਲ ਤਾਂ ਵੈਸੇ ਨੈਚੁਰਲ ਪ੍ਰਕਿਰਿਆ ਐ ਇਹ ਤਾਂ ਹਲ ਹੋਈ ਜਾਣਾ ਮਹੀਨਾ 10 ਦਿਨ ਹੋਰ ਲੱਗਣਗੇ 20 ਦਿਨ ਕਿਸਾਨ ਕਿੰਨਾ ਕੋ 500 ਰੁਪਏ ਕੁਆంటర్ ਘੱਟ ਦੇ ਕੇ ਚਲਾ ਜਾਊਗਾ ਜੇ 200 ਚੁੱਕ ਦਿਆ ਹੁਣ ਉਹ ਕਿੰਨੇ ਮ ਰੁਪਏ ਘੱਟ ਤੇ ਚਲਾ ਜਾਊਗਾ ਕੀ ਫਰਕ ਪੈਂਦਾ ਫਿਰ ਕੀ ਇਹ ਜਾਂਚ ਨਹੀਂ ਹੋਣੀ ਚਾਹੀਦੀ ਜੇ ਅਲੀਗੇਸ਼ਨ ਲੱਗ ਰਹੇ ਨੇ ਕਿ ਸਾਰੇ ਕਿਤੇ ਕਾਟ ਲੱਗ ਰਹੀ ਹੈ ਵਪਾਰੀ ਐਕਸਪਲੋਇਟ ਕਰ ਰਿਹਾ ਤੁਹਾਡੇ ਗਰਾਊਂਡ ਤੇ ਕਟੜ ਇਮਾਨਦਾਰ ਸਰਕਾਰ ਹੈ ਤੁਹਾਡੇ ਅਧਿਕਾਰੀ ਤੇ ਵਪਾਰੀ ਮਿਲ ਕੇ ਨੱਟ ਰਿਹਾ ਕਟੜ ਇਮਾਨਦਾਰ ਦੇ ਦੌਰ ਚ ਇਹੋ ਜੀ ਕੋਈ ਜਾਂਚ ਨਹੀਂ ਹੋਣੀ ਚਾਹੀਦੀ ਕਿ ਕਿੰਨੀ ਲੁੱਟ ਹੋ ਗਈ ਕਿੰਨੇ 100 ਕਰੋੜ ਦੀ ਹੋਗੀ 1900 ਕਰੋੜ ਦੀ ਪਰਪਾਈ ਕੌਣ ਕਰੇਗਾ ਇਹਦੀ ਇਹਦੀ ਨਿਸ਼ਾਨਦੇਹੀ ਕੌਣ ਕਰੇਗਾ ਪਹਿਲੀ ਗੱਲ ਤਾਂ ਕੌਣ ਕੌਣ ਦੇ ਬੰਦੇ ਕੁਝ ਵੀ ਨਹੀਂ ਹੈ ਖਾਮੋਸ਼ੀ ਹੈ ਰੋਜ਼ ਇਹਨਾਂ ਸਵਾਲਾਂ ਦੇ ਜਵਾਬ ਤਾਂ ਦੇਣਾ ਹੀ ਪੈਣਗੇ ਜੇ ਕੋਈ ਕਹਿੰਦਾ ਘੱਟ ਤੇ ਬਿਕ ਰਹੀ ਹੈ ਤੁਸੀਂ ਢੱਲੇ ਨਾਲ ਆ ਕੇ ਕਹੋ ਕੌਣ ਕਹਿੰਦਾ ਘੱਟ ਤੇ ਬਿਕ ਰਹੀ ਹੈ ਮੈਂ ਦਾਵਾ ਕਰਦਾ ਨਹੀਂ ਵਿਕੜਦੇਾਂਗੇ ਘੱਟ ਤੇ ਕਿਤੇ ਦਾਵਾ ਦਿਖਾਈ ਦੇ ਰਿਹਾ ਇਹ ਚੀਜ਼ ਮੇਰੇ ਤੋਂ ਇਹਦਾ ਮਤਲਬ ਬਿਕ ਰਹੀ ਹੈ ਫਿਰ ਤੇ ਜੇ ਬਿਕ ਰਹੀ ਹੈ ਐਮਐਸਪੀ ਤੁਸੀਂ ਅਨਾਉਂਸ ਕੀਤੀ ਹੈ ਉਥੇ ਦਾੜਾ ਦਾੜਾ ਖਰੀਦਣ ਦੀ ਤੁਸੀਂ ਕਹਿ ਰਹੇ ਹੋ ਕਿ ਸਾਡੀ ਗਰੰਟੀ ਹੈ ਫਿਰ ਹੋਰ ਕੌਣ ਹੈ ਸਰਕਾਰ ਕਿੱਥੇ ਹੈ ਫਿਰ ਇੱਕ ਅਸਲ ਤੇ ਲੌਜੀਕ ਜਿਹੜੀਆਂ ਕੁਝ ਦਲੀਲਾਂ ਨੇ ਜਿਹਦੇ ਤੇ ਜਿਹੜੇ ਕਿਸਾਨ ਖੜੀਆਂ ਕਰ ਰਹੇ ਨੇ ਜਿਹਦੇ ਤੇ ਜਵਾਬਦੇਹੀ ਗਵਰਨਮੈਂਟਾਂ ਦੀ ਹੈਗੀ ਹੈ ਗਵਰਨਮੈਂਟਾਂ ਭੱਜ ਨਹੀਂ ਸਕਦੀਆਂ ਜਵਾਬਦੇਹੀ ਤੇ ਜਿਹਦੇ ਤੋਂ ਭੱਜਦੀਆਂ ਨੇ ਫਿਰ ਠੀਕ ਹੈ ਕਿ ਆਓ ਸੁਹਾਜ ਚੱਲ ਰਿਹਾ ਜਿਹੜਾ ਉਹਨਾਂ ਨੂੰ ਠੀਕ ਲੱਗੂ ਉਹ ਕਰ ਲੈਣਗੇ ਇਹਨਾਂ ਨੂੰ ਜੋ ਠੀਕ ਲੱਗੂ ਇਹ ਕਰ ਲੈਣਗੇ ਤੇ ਨਾਰਮਲੀ ਇੱਕ ਗੱਲ ਤੇ ਜ਼ਰੂਰ ਬਾਰ-ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੂਸਰੇ ਸਮਾਜ ਨੂੰ ਉਂਗਲ ਲਾਓ ਥੋੜੀ ਥੋੜੀ ਮੀਨਾਂ ਦਾ ਤਾਂ ਇਹੀ ਕੰਮ ਹੈ ਰੋਜ਼ ਰੋਕ ਲੋ ਇਹਨਾਂ ਦਾ ਇਹੀ ਕੰਮ ਹੈ ਤਾਂ ਕਿ ਉਹਦੇ ਚ ਟਕਰਾਅ ਹੋ ਜਾਵੇ ਜੇ ਮੰਨ ਲਓ ਕਿਸੇ ਸਟੇਜ ਤੇ ਦੋਨਾਂ ਤਰ੍ਹਾਂ ਚ ਟਕਰਾਅ ਹੋ ਜਾਂਦਾ ਹੈ ਕਿਸਾਨ ਮਜ਼ਦੂਰ ਆੜਤੀ ਐ ਸੈਲਰ ਪਲੱਸ ਦੂਸਰੀ ਸੋਸਾਇਟੀ ਦੇ ਵਿੱਚ ਇਹ ਸਿਹਤਮੰਦ ਦਾ ਪੰਜਾਬ ਦੇ ਵਾਸਤੇ ਕੋਈ ਸਰਕਾਰੀ ਤਰ੍ਹਾਂ ਇੱਕ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਾਂ ਚਾਹੇ ਉਹ ਗਵਰਨਮੈਂਟ ਆਫ ਇੰਡੀਆ ਲੈਵਲ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਕਿ ਜਦੋਂ ਇਹ ਹੋ ਗਿਆ ਫਿਰ ਆਪਾਂ ਜਿਵੇਂ ਦੋ ਬਿੱਲੀਆਂ ਚ ਇੱਕ ਬਾਂਦਰ ਦਾ ਮਾਮਲਾ ਹੁੰਦਾ ਵਿੱਚ ਬੈਠ ਕੇ ਸਮਝੌਤਾ ਕਰਾਵਾ ਮੈਂ ਗਲਤੀ ਤੇਰੀ ਵੀ ਆ ਗਲਤੀ ਉਹਦੀ ਵੀ ਆ ਕੋਈ ਗੱਲ ਨਹੀਂ ਆਪਾਂ ਠੀਕ ਤਰੀਕੇ ਨਾਲ ਕੰਮ ਕਰਦੇ ਪੁਲਿਸ ਦੇ ਪਰਚੇ ਦਰਜ ਹੋਣਗੇ ਸਰਕਾਰਾਂ ਕਦੇ ਇਹੋ ਜਿਹਾ ਮਾਹੌਲ ਪੈਦਾ ਕਰਨ ਦੇ ਵਿੱਚ ਰੋਲ ਲਵਾਉਂਦੀਆਂ ਤਾਂ ਨਹੀਂ ਮੈਂ ਦੇਖਿਆ ਇਦੋਂ ਪਹਿਲਾਂ ਤੇ ਹੁਣ ਇਹ ਉਧਰ ਨੂੰ ਜਾ ਰਹੀ ਹੈ ਕਹਾਣੀ ਜਦੋਂ ਇੰਨੀ ਫਲੂਟ ਹੋ ਜਾਏਗੀ ਕਹਾਣੀ ਉਧਰ ਨੂੰ ਚਲੀ ਜਾਏਗੀ ਫਿਰ ਜੋ ਆਪੀ ਵੀ ਨੁਕਸਾਨ ਹੋ ਕੇ ਵੀ ਮਾਮਲੇ ਤਾਂ ਨਿਕਲ ਹੀ ਜਾਂਦੇ ਹੁੰਦੇ ਨੇ ਕਿ ਤਾਂ ਨੇਚਰਲ ਫਲੋ ਆ ਨੇਚਰਲ ਜਸਟਿਸ ਹੁੰਦਾ ਆਪਣੇ ਆਪ ਹੀ ਅਗਲੀ ਸੀਜ਼ਨ ਆ ਜਾਏਗਾ ਹੌਲੀ ਹੌਲੀ ਚੱਲਦੇ ਚੱਲਦੇ ਤੁਸੀਂ ਕਹੋਗੇ ਮਾਮਲਾ ਹੱਲ ਹੋ ਗਿਆ ਜੀ ਇਹਨੂੰ ਮਾਮਲਾ ਹੱਲ ਕਰਨਾ ਨਹੀਂ ਕਹਿੰਦੇ ਉਹ ਆਪਣੇ ਆਪ ਹੀ ਇੱਕ ਮਹੀਨਾ ਹੋਰ ਲੰਘ ਕੇ ਸਾਰਾ ਕੁਝ ਵਿਗੜ ਹੋ ਜਾਣਾ ਹੈ ਘਾਟੇ ਵਾਧੇ ਜੋ ਵੀ ਹੋਣੇ ਨੇ ਆਪਣੇ 15 ਤੇ ਹੋ ਜਾਣਗੇ ਤੇ ਫਿਰ ਤੁਸੀਂ ਉਸ ਤੋਂ ਬਾਅਦ ਸ਼ੁਰੂ ਕਰ ਲੋਗੇ ਕੰਮ ਪੁਰਾਣੇ ਗੜੇ ਮੁੱਦੇ ਆਪਾਂ ਨਹੀਂ ਉਠਾਰਨੇ ਫਿਰ ਤੁਸੀਂ ਇਹ ਥਿਉਰੀ ਤੇ ਆ ਜਾਓਗੇ ਇਹ ਹੁਣ ਇਹਨਾਂ ਦਾ ਕੰਮ ਹੈ ਸਾਰਾ ਤਸਵੀਰ ਇਹ ਹੈ ਜਿਹੜੀ ਗਰਾਊਂਡ ਤੇ ਵਾਪਰ ਰਹੀ ਹੈ ਕਿਸੇ ਨੂੰ ਕੋਈ ਮਿਲਣ ਲਈ ਤਿਆਰ ਨਹੀਂ ਨਾ ਸੈਲਰ ਐਸੋਸੀਏਸ਼ਨ ਨੂੰ ਮਿਲਣ ਲਈ ਤਿਆਰ ਹੈ ਚ ਮਿਨਿਸਟਰ ਟਾਈਮ ਦੇ ਰਿਹਾ ਨਾ ਕਿਸਾਨਾਂ ਨੂੰ ਮਿਲ ਲਈ ਤਿਆਰ ਨਾ ਆਰਤੀ ਐਸੋਸੀਏਸ਼ਨ ਨੂੰ ਮਿਲ ਲਈ ਤੇਰੇ ਮਜ਼ਦੂਰਾਂ ਨੂੰ ਤਾਂ ਵਿਚਾਰਿਆਂ ਨੂੰ ਮਿਲ ਨਹੀਂ ਕੀਆ ਕਰ ਉਹ ਤਾਂ ਗਾਲੀ ਛੱਡੋ 1.5 ਰੁਪਏ ਬੋਰੀ ਜਿਹੜਾ ਉਹਨਾਂ ਦਾ ਘਾਟਾ ਪੈ ਰਿਆ ਹੁਣ ਕਿਹੜੀ ਸਰਕਾਰ ਹੈ ਉਹ ਜਿਹੜੀ ਮਿਲ ਲਈ ਤਿਆਰ ਨਾ ਹੋਵੇ ਸੰਗਠਨ ਦੇ ਵਿੱਚ ਤੇ ਉਹਨੂੰ ਕੀ ਕਿਹਾ ਜਾਏ ਸਰਦਿਕ ਤਾਰਸ ਸਿੰਘ ਜੀ ਇਹ ਸੀਰੀਅਸ ਮਾਮਲਾ ਮੇਰੇ ਖਿਆਲ ਇਹਦੇ ਤੇ ਤਾਂ ਇਹ ਕੰਟੀਨਿਉਟੀ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਗੱਲ ਚਰਦੀ ਰਹਿਣੀ ਹੈ ਔਰ ਕਰਨੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਕਰਨੀ ਚਾਹੀਦੀ ਹੈ ਕੰਟੀਨਿਉਟੀ ਦੇ ਵਿੱਚ ਹਾਂ ਪਰ ਮੈਂ ਜਿਹੜਾ ਕਿਉਂਕਿ ਬਹੁਤ ਅਸੀਂ ਬੜਕ ਸੰਖੇਪ ਦੇ ਵਿੱਚ ਇਹਨੂੰ ਲਵਾਂਗੇ ਜਗਮੀਤ ਸਿੰਘ ਬਰਾੜ ਨੇ ਕਾਰਨ ਮੈਂ ਮੈਂ ਇਹਦੇ ਨਾਲ ਇੱਕ ਕੰਡੀਸ਼ਨ ਛੋਟੀ ਜੀ ਹੋਰ ਕਰ ਦਿਆਂ ਹਮੀਰ ਹੋਰਾਂ ਦੀ ਗੱਲ ਛੇੜ ਤੇ ਸੂਨ ਗ੍ਰੇਨ ਟਰੇਡ ਦੇ ਵਿੱਚ ਕ腐ਸ਼ਨ ਬਹੁਤ ਵੱਡਾ ਐਲੀਮੈਂਟ ਹੈ ਔਰ ਸ਼ੁਰੂ ਤੋਂ ਹੀ ਜੀ ਹਾਲਤ ਤਾਂ ਇਹ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਕਿਸੇ ਵੇਲੇ ਕਿ ਐਫਸੀ ਵਾਲੀਆ ਐਫਸੀਆਈ ਵਾਲੇ ਰੇਕ ਲਾਉਣ ਲਾਉਣ ਵਾਸਤੇ ਰੇਲਵੇ ਨੂੰ ਪੈਸੇ ਦਿੰਦੇ ਸੀ ਕੋਕੜਾ ਫਿਸ਼ਲੀ ਦਿੰਦੇ ਸੀ ਕਿ ਆਪਣੇ ਜੇਬ ਚੋਂ ਦਿੰਦੇ ਸੀਗੇ ਉਹ ਸਾਰਾ ਪੈਸਾ ਕਿੱਥੋਂ ਆਉਂਦਾ ਸੀਗਾ ਇਹ ਵੈਲ नोन ਫੈਕਟ ਹੈ ਸਭ ਨੂੰ ਪਤਾ ਨਾਲੇ ਪੰਜਾਬ ਦੇ ਵਿੱਚ ਵੀ ਹਰ ਲੈਵਲ ਤੇ ਕਾਟ ਲੱਗਦੀ ਹੈ ਪੈਸੇ ਤੇ ਫੋੜੇ ਮਿਨਿਸਟਰੀ ਬੜੀ ਮਤਲਬ ਲੋਕ ਚਾਹੁੰਦੇ ਆ ਕਿ ਸਾਨੂੰ ਇਹ ਅਲੋਕੇਟ ਹੋਵੇ ਮੰਗਣ ਦੀ ਲੋੜ ਨਹੀਂ ਸਿਸਟਮ ਬਣਿਆ ਵੀ ਐਨੇ ਪਰਸੈਂਟੇਜ ਨੂੰ ਜਾਣਾ ਐਨੇ ਪਰਸੈਂਟੇਜ ਨੂੰ ਜਾਣਾ ਐਨੇ ਪਰਸੈਂਟੇਜ ਨੂੰ ਜਾਣਾ ਪੰਜਾਬ ਦੇ ਵਿੱਚ ਵੀ ਤਾਂ અપਵਾਦ ਰਿਆ ਹੀ ਐ અપਵਾਦ ਰਿਆ ਮੈਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਫੂਡ ਗ੍ਰੇਨਟ ਟ੍ਰੇਡ ਸਭ ਤੋਂ ਵੱਡਾ ਤਾਂ ਪੰਜਾਬ ਦੇ ਵਿੱਚ ਹੈ ਨਾ ਪ੍ਰੋਕਿਊਰਮੈਂਟ ਇਹ ਬਹੁਤ ਵੱਡਾ ਕ腐ਸ਼ਨ ਦਾ ਐਲੀਮੈਂਟ ਹੈ ਰਿਹਾ ਵਿੱਚ ਸਾਰੀ ਗੱਲ ਦੇ ਵਿੱਚ ਉਹ ਕਦੇ ਰੁਕਿਆ ਹੀ ਨਹੀਂ ਹੇਜ਼ਲੇ ਪਦਰ ਤੋਂ ਲੈ ਕੇ ਉੱਪਰਲੇ ਪਦਰ ਤੱਕ ਹਣਤੇ ਹੈ ਚਲੋ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਤੁਸੀਂ ਗੱਲ ਕਰੀਓ ਕਈ 31000 ਕਰੋੜ ਝੋਲੀ ਚ ਪਵਾ ਲਿਆ ਅਮੀਰ ਕੁਛ ਕਹਿਣ ਲੱਗੇ ਹਾਂ ਇੱਕ ਵਾਰ ਤੁਹਾਡਾ ਜਾਦ ਹੋਣਾ ਨਾਲ ਸਿੰਘ ਤੇ ਹਦੀਸ਼ ਪ੍ਰਤਾਪ ਦਾ ਗਰੋਹ ਦੀ ਬਹਿਸ ਹੋਈ ਸੀ ਬੜੀ ਇੰਟਰਸਟਿੰਗ ਐ ਅਸੈਂਬਲੀ ਦੇ ਵਿੱਚ ਹਾਂ ਕਮਾਲ ਦੀ ਬਹਿਸ ਸੀ ਵੈਸੇ ਉਹ ਪੜੀ ਜਾਣੀ ਚਾਹੀਦੀ ਆ ਦੁਬਾਰਾ ਪੜ ਲੈਣ ਤਾਂ ਪਤਾ ਲੱਗ ਜੂ ਫੂਡ ਡਿਪਾਰਟਮੈਂਟ ਕਰਪਟ ਕਿੰਨਾ ਤੇ ਕੀ ਹੋ ਰਿਹਾ ਹਾਂ ਇਸੇ ਗੱਲ ਤੇ ਇਸੇ ਗੱਲ ਤੇ ਹੀ ਹੈ ਨਾ ਦੋ ਦੋਵਾਂ ਕੋਲੇ ਮਿਨਿਸਟਰੀ ਰਹੀ ਹੈ ਨਾ ਦੋਵਾਂ ਕੋਲੇ ਨਾ ਸਰ ਦੂਰ ਕਿਉਂ ਦੂਰ ਕਿਉਂ ਜਾਣਾ ਹੈ ਆ ਇਸੇ ਸਰਕਾਰ ਦੇ 2000 ਕਥਤ 2000 ਕਰੋੜ ਦਾ ਘੁਟਾਲਾ ਜਾਂਚ ਦੇ ਦਾਇਰੇ ਚ ਭਰਪੋਸ਼ਨ ਆਸ਼ੂ ਪਹਿਲਾਂ ਉੱਥੇ ਕਿੰਨੇ 6 ਮਹੀਨੇ ਤੋਂ ਵੱਧ ਲਾਏ ਵਿਜੀਲੈਂਸ ਵੱਲੋਂ ਤੇ ਹੁਣ ਮੇਰੇ ਖਾਲ 2-3 ਮਹੀਨੇ ਇੰਤਰ ਵੀ ਹੋ ਗਿਆ ਏਡੀ ਦੇ ਹਾਂ ਉਹ ਤਾਂ ਉਹ ਤਾਂ ਕੱਲਾ ਟਰਾਂਸਪੋਰਟੇਸ਼ਨ ਦਾ ਹੈ ਤੁਸੀਂ ਜੇ ਟਰਾਂਸਪੋਰਟਿੰਗ ਦੇ ਵਿੱਚ ਜਿਹੜਾ ਵੱਡਾ ਸਕੈਂਡਲ ਹੈ ਨਾ ਬਾਕੀ ਤੁਸੀਂ ਲਾ ਲਓ ਕਿੰਨਾ ਜੜੀ ਮੈਂ ਗੱਲ ਕੀਤੀ ਵੀ ਐਫਸੀਆਈ ਵਾਲੇ ਪੈਸਾ ਦੰਦੇ ਰੇਲਵੇਜ਼ ਨੂੰ ਤੇ ਇਸ ਤੋਂ ਬਾਅਦ ਹੋਰ ਕੀ ਹੋਣਾ ਇਹ ਵੱਡਾ ਮਾਮਲਾ ਜੀ ਖੈਰ ਹੁਣ ਆਪਾਂ ਚੱਲਦੇ ਆਂ ਜਗਮੀਤ ਸਿੰਘ ਭਰਾੜ ਤੇ ਮੈਂ ਇਹ ਦੇਖੋ ਬਹੁਤ ਸਾਰੇ ਕਾਗਜ਼ ਭਰੇ ਗਏ ਆ ਸਾਰੇ ਥਾਮਾਂ ਤੋਂ ਕਿੰਨੇ ਕਿੰਨੇ ਲੋਕਾਂ ਨੇ ਆਪਣੇ ਆਪਣੇ ਨਾਮੀਨੇਸ਼ਨ ਫਾਈਲ ਕੀਤੀਆਂ ਨੇ ਪਰ ਜਗਮੀਤ ਭਰਾੜ ਆਪਣੀ ਇਹਨੂੰ ਸੈਕੰਡ ਇਨਿੰਗ ਕਵਾਂਗੇ ਥਰਡ ਕਵਾਂਗੇ ਫੋਰਥ ਕਵਾਂਗੇ ਤੁਸੀਂ ਦੱਸੋ ਤੁਹਾਨੂੰ ਜ਼ਿਆਦਾ ਪਤਾ ਪਰ ਉਹਨਾਂ ਦੇ ਮੈਦਾਨ ਚੋਂ ਦੇ ਅਰਥ ਕੀ ਬਣ ਗਿਆ ਗਿੱਦੜਬਾਹੇ 'ਚ ਅਕਾਲੀ ਗੈਰ ਹਾਜ਼ਰ ਆ ਔਰ ਇਹਨਾਂ ਦਾ ਮੁਹਾਵਰਾ ਪੁਰਾਣੇ ਅਕਾਲੀਆਂ ਫੈਡਰੇਸ਼ਨੀਆਂ ਵਾਲਾ ਪੰਜਾਬ ਦੀ ਆਵਾਜ਼ ਗਿੱਦੜਬਾਹੇ ਦੇ ਵਿੱਚ ਜਗਮੀਤ ਬਰਾੜ ਦੀ ਹਾਜ਼ਰੀ ਨੂੰ ਕਿਵੇਂ ਦੇਖ ਰਹੇ ਹੋ ਨਹੀਂ ਪਹਿਲਾਂ ਤਾਂ ਆਪਾਂ ਆਪਾਂ ਉਹਨੂੰ ਸ਼ੁਭ ਸ਼ਾਮਾਂ ਦੇ ਦਈਏ ਵੀ ਚਲੋ ਉਹ ਐਕਸ਼ਨ ਜਿੱਤਣ ਅੱਪਾ ਤਾਂ ਸਭ ਤੋਂ ਸਿਰੂ ਕਰਦੇ ਮੈਂ ਨਾਰਮਲ ਇਹ ਗੱਲ ਕਹਿੰਦਾ ਰਿਹਾ ਹੁੰਦਾ ਵੀ ਬਰਾੜ ਸਾਹਿਬ ਦੇ ਬਾਰੇ ਤਾਂ ਆਪਾਂ ਕਹਿ ਸਕਦੇ ਆ ਬਹੁਤ ਉਹਨਾਂ ਦਾ ਤਜਰਬਾ ਲਖਣਾ ਲੜਨ ਦਾ ਤਾਂ ਤਾਂ ਮੈਂ ਕਰੀ ਵੈਸੇ ਵੀ ਆਵਾਜੇ ਪੰਜਾਬ ਕਿਹਾ ਜਾਂਦਾ ਸੀ ਉਹਨਾਂ ਨੂੰ ਜੇ ਜਿੱਤ ਜਾਂਦਾ ਦੋ ਚਾਰ ਗੱਲਾਂ ਚੰਗੇ ਹੀ ਕਰਨਗੇ ਫੈਮਿਲੀ ਦੇ ਵਿੱਚ ਸੋ ਠੀਕ ਹੈ ਇੱਕ ਉਹਨਾਂ ਨੇ ਐਕਸਪੈਰੀਮੈਂਟ ਹੋਰ ਕਰ ਲੈਣਾ ਜ਼ਿੰਦਗੀ ਦੇ ਵਿੱਚ ਇਹ ਕਿਸੇ ਪਾਰਟੀ ਵੱਲੋਂ ਤਾਂ ਹੈ ਨਹੀਂ ਹੋਣ ਇੰਡੀਪੈਂਡੈਂਟ ਹੈ ਤੇ ਮੇਰੇ ਖਿਆਲ ਚ ਇੰਡੀਪੈਂਡੈਂਟ ਇਲੈਕਸ਼ਨ ਸੌਰੀ ਸ਼ਾਇਦ ਪਹਿਲੀ ਵਾਰੀ ਲੜ ਲੱਗੇ ਅੱਗੇ ਤਾਂ ਕਿਸੇ ਨਾ ਕਿਸੇ ਪਾਰਟੀ ਨੂੰ ਲੜਦੇ ਵਾਕਿਆ ਸਾਰੀਆਂ ਆਲਮੋਸਟ ਸਾਰੀਆਂ ਪਾਰਟੀਆਂ ਦਾ ਤਜਰਬਾ ਹੈਗਾ ਉਹਨਾਂ ਨੂੰ ਤੇ ਇਲੈਕਸ਼ਨ ਦਾ ਤਜਰਬਾ ਵੀ ਹੈਗਾ ਗੜੜੋ ਉਹਨਾਂ ਦਾ ਆਪਣਾ ਵੀ ਸੀ ਕਰਮ ਭੂਮੀ ਹੈ ਉੱਥੇ ਇਲੈਕਸ਼ਨਾਂ ਲੜਦੇ ਰਹੇ ਸਭ ਕੁਝ ਹੈ ਗਿਆ ਸੋ ਇਸ ਕਰਕੇ ਜੇ ਲੋਕ ਕਰ ਲੈਣ ਤੋਂ ਜੋਰ ਜਮਾਈ ਉਹਨਾਂ ਨਾਲ ਹੋਵੇ ਤੁਸੀਂ ਜਿਹੜੀ ਗੱਲ ਕੀਤੇ ਵੀ ਕਿਹੜੀ ਵੋਟ ਪਾਉਂਗੇ ਬਈ ਕੱਲੇ ਮੁਹਾਵਰੇ ਨਾਲ ਕੋਲੇ ਮੁਹਾਵਰਾ ਉਹਨਾਂ ਕੋਲ ਜਰੂਰ ਹੈ ਮੁਹਾਵਰੇ ਤੇ ਕੋਈ ਦਿੱਕਤ ਨਹੀਂ ਗਈ ਸਮੱਸਿਆ ਵੋਟ ਦੀ ਹੁੰਦੀ ਹੈ ਰਦਾਵਾ ਜੀ ਬਈ ਕੱਲੇ ਮੁਹਾਵਰੇ ਨੂੰ ਵੋਟ ਪੈਂਦੀ ਹੈ ਕਿ ਨਹੀਂ ਪੈਂਦੀ ਉਹ ਇੱਕ ਵਾਰੀ ਮੁਹਾਵਰੇ ਨੂੰ ਵੋਟ ਪੈਂਦੀ ਹੁੰਦੀ ਜਿੱਥੇ ਦੇ ਵਿੱਚ ਸ਼ੁਰੂ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਮੁਹਾਵਰੇ ਨੂੰ ਨਹੀਂ ਪੈਂਦੀ ਹੁੰਦੀ ਫਿਰ ਉਹ ਹੋਰ ਗੱਲਾਂ ਨੂੰ ਪੈਂਦੀ ਹੁੰਦੀ ਹੈ ਮਾਵਰੇ ਨੂੰ ਪੈਣੀ ਹੁੰਦੀ ਤੇ ਮੇਰੇ ਖਿਆਲ ਜਦੋਂ ਪਿਛਲੀ ਵਾਰੇ ਕਾਲੀ ਦਲ ਦੇ ਮੋੜ ਟਿਕਟ ਤੇ ਲੜੇ ਸੀਗੇ ਮੋੜ ਮੋੜ ਤੋਂ ਤੇ ਉਹ ਉਹ ਇਹ ਗੱਲ ਹੈਗੀ ਗੱਲ ਕੱਲ੍ਹ ਕ ਮਾਵਰੇ ਦੀ ਨਹੀਂ ਚਲੋ ਆਪਣੇ ਜੋਰੇ ਜੀ ਬਾਈ ਉਹ ਕਰ ਰਹੇ ਸਭ ਨੂੰ ਹੱਕ ਹੈ ਕਰਨੀ ਚਾਹੀਦੀ ਉਹਨਾਂ ਨੂੰ ਵੀ ਇੱਕ ਚਾਂਸ ਹੋਰ ਲੈਣਾ ਚਾਹੀਦਾ ਸਰਦਾਰ ਹਮੀਰ ਸਿੰਘ ਜੀ ਜਦੋਂ ਆਪਾਂ ਇਹ ਨੋਮੀਨੇਸ਼ਨਸ ਤੇ ਓਲੇ ਓਲੇ ਦੀ ਲੰਘ ਕੇ ਜੇ ਵੇਖਦੇ ਆ ਤਾਂ ਅੱਜ ਚਲੋ ਜਗਮੀਤ ਬਰਾੜ ਸਾਹਿਬ ਵਾਲਾ ਤਾਂ ਮਾਮਲਾ ਹੈਗਾ ਹੀ ਹੈ ਵੈਸੇ ਜਿੰਨਾ ਰਾਜਾ ਪੜਿੰਗ ਨੂੰ ਗੁੱਸਾ ਆਇਆ ਖੇਜਾਈ ਕਿ ਬਾਦਲ ਕਿਉਂ ਨਹੀਂ ਆਏ ਮੈਦਾਨ ਦੇ ਵਿੱਚ ਮੈਨੂੰ ਲੱਗਿਆ ਜਿੱਦਾਂ ਸਭ ਤੋਂ ਵੱਡਾ ਨੁਕਸਾਨ ਉਹਨਾਂ ਨੂੰ ਹੋਣ ਦਾ ਖਤਰਾ ਪੈਦਾ ਹੋ ਗਿਆ ਇੱਕ ਤਾਂ ਇਹਨੂੰ ਗੱਲ ਨੂੰ ਡਰੈਸ ਕਰੋ ਦੂਜੀ ਗੱਲ ਅੱਜ ਬਥੇਰੇ ਬੰਦੇ ਆਮ ਆਦਮੀ ਪਾਰਟੀ ਨੇ ਭੇਜੇ ਵੀ ਉਹ ਮੁੰਡਾ ਬਾਠ ਹੈ ਜਿਹੜਾ ਉਹ ਨਾਲ ਲੜੇ ਬਰਨਾਲੇ ਤੋਂ ਉਹਨੇ ਆਪਣੇ ਕਾਗਜ਼ ਦਾਖਲ ਕਰਤੇ ਹੁਣ ਕੀਤੂ ਨੇ ਇਹ ਗੱਲ ਕਹਿ ਕੇ ਕਿ ਅਕਾਲੀ ਦਲ ਦਾ ਫੈਸਲਾ ਮੈਂ ਅਪਣਾਉਣਾ ਸੋਚਾ ਸਿੰਘ ਲੰਗਾ ਨੇ ਆਪਣੇ ਵਰਕਰਾਂ ਨੂੰ ਕਿਹਾ ਵੀ ਕਿਸੇ ਨੂੰ ਵੋਟ ਨਹੀਂ ਪਾਉਣੀ 3600 ਆਉਂਦੀਆਂ ਰਹਿੰਦੀਆਂ ਨੇ ਇਲੈਕਸ਼ਨਾਂ ਇਲੈਕਸ਼ਨਾਂ ਦਾ ਕੀ ਹੈ ਆਪਾਂ ਬਿਲਕੁਲ ਇਧਰ ਕੇਹ ਵਾਲੇ ਪਾਸੇ ਨਹੀਂ ਜਾਣਾ ਸੋ ਉਹ ਤਾਂ ਜਵਾਨੀ ਉੱਪਰ ਉੱਪਰ ਦੀ ਗੱਲਾਂ ਅੰਦਰੋਂ ਕੀਪ ਤੱਕ ਇਹਦੀ ਮਗਧ ਕਰਨੀ ਹੈ ਆਪਣੇ ਬੰਦਿਆਂ ਨੂੰ ਕਿੱਧਰ ਤੋੜਨਾ ਹੁੰਦਾ ਪਰ ਸਮੁੱਚਤਾ ਦੇ ਵਿੱਚ ਜਦੋਂ ਅੱਜ ਤੁਸੀਂ ਸੀਨ ਦੇਖ ਰਹੇ ਹੋ ਸੀਨ ਦੇਖ ਰਹੇ ਹੋ ਤਾਂ ਕਿਵੇਂ ਦੇਖ ਰਹੇ ਹੋ ਮਲਾਂਕਣ ਵੀ ਆਏ ਕਈ ਤਰ੍ਹਾਂ ਦੇ ਮੈਂ ਕੋਈ ਕਾਲਮਨਿਸਟ ਅਸੀਂ ਕੇ ਪਾਰਲਮਨ ਵੀਸ ਉਹਨਾਂ ਨੂੰ ਦੇਖ ਪੜ ਰਿਹਾ ਸੀ ਉਹ ਕਹਿੰਦੇ ਫਾਇਦੇਮੰਦ ਹੈ ਕਾਲੀਤਾਲ ਨੂੰ ਸਮਝਾਓ ਇਹ ਜਿਹੜੀ ਨਹੀਂ ਇਲੈਕਸ਼ਨ ਲੜਨੀ ਫਾਇਦੇਮੰਦ ਹੈ ਜੀ ਇਹ ਇਲੈਕਸ਼ਨ ਲੜ ਕੇ ਨੁਕਸਾਨ ਹੋਣਾ ਸੀ ਜਿਹੜਾ ਬਾਅਦ ਚ ਉਹਦੇ ਨਾਲ ਹੋਰ ਜ਼ਿਆਦਾ ਸ਼ਬੀ ਖਰਾਬ ਹੋਣੀ ਸੀ ਸੋ ਇਸੇ ਤਰ੍ਹਾਂ ਕੁਝ ਮੈਂ ਹੋਰ ਮਾਮਲੇ ਵੀ ਦੇਖ ਰਿਹਾ ਕੀ ਕਹਿੰਦੇ ਨਹੀਂ ਪਤਾ ਨਹੀਂ ਖैर ਹਰੇਕ ਦਾ ਆਪਣੀ ਜਜਮੈਂਟ ਹੁੰਦੀ ਹੈ ਇਲੈਕਸ਼ਨ ਲੜ ਕੇ ਜਾਂ ਨਾ ਲੜ ਕੇ ਇੱਕ ਮੇਜਰ ਪਾਰਟੀ ਇਲੈਕਸ਼ਨ ਦਾ ਬਾਈਕਾਟ ਕਰਕੇ ਕਹਿੰਦੀ ਹੈ ਫਾਇਦਾ ਹੋ ਰਿਹਾ ਤੇ ਉਹ ਇਕੱਲਾ ਗੱਲ ਹੈ ਜਾਂ ਤਾਂ ਬਹੁਤ بڑا ਕੋਈ ਲੌਜੀਕ ਹੋਵੇ ਫਿਰ ਬੜੇ ਹਾਲਾਤ ਦੇ ਵਿੱਚ ਤਾਂ ਇੱਕ ਅਲੱਗ ਗੱਲ ਹੁੰਦੀ ਹੈ ਪਰ ਜਿਹੜੀ ਗਿੱਦੜਵਾਹੇ ਦੀ ਜਿਵੇਂ ਤੁਸੀਂ ਇਲੈਕਸ਼ਨ ਕਹਿ ਰਹੇ ਹੋ ਬਿਲਕੁਲ ਰਾਜਾ ਬੜਿੰਗ ਨੂੰ ਦੀ ਫਰੋਕੇਸ਼ਨ ਦਾ ਮੇਨ ਕਾਰਨ ਹੈ ਕਿ ਜੇ ਅਕਾਲੀ ਦਲ ਦਾ ਵੀ ਕੋਈ ਕੈਂਡੀਡੇਟ ਹੁੰਦਾ ਤਾਂ ਉਹਨਾਂ ਨੂੰ ਇਸ ਚਾਰ ਕੋਣੀ ਟੱਕਰ ਦੇ ਵਿੱਚ ਲੱਗਦਾ ਸੀਗਾ ਕਿ ਇੱਕ ਹਿੱਸਾ ਸਾਡਾ ਉਹਨਾਂ ਕਾਂਗਰਸ ਦਾ ਹੋਏਗਾ ਜਿੱਤ ਸੌਖੀ ਹੋ ਸਕਦੀ ਹੈ ਉਸ ਤੋਂ ਬਾਅਦ ਹੁਣ ਜਿੱਤ ਥੋੜੀ ਜੀ ਫਸੜ ਦੀ ਉਮੀਦ ਹੋ ਗਈ ਹੈ ਤੇ ਉਹਨੂੰ ਡਰ ਹੈ ਕਿ ਜਿਹੜਾ ਕਿ ਉਹ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਇਹ ਬਹੁਤ ਕਿਤੇ ਬਾਦਲ ਪਰਿਵਾਰ ਦੇ ਜਿਹੜੇ ਖੜੇ ਬੰਦੇ ਨੇ ਉਹਨਾਂ ਦੇ ਖਾਤੇ ਚ ਨਾ ਚਲੀ ਜਾਵੇ ਜਿਹੜੀ ਵੋਟ ਹੈ ਕਿਸੇ ਨਾ ਕਿਸੇ ਦੇ ਵਿੱਚ ਤੇ ਹੁਣ ਦੋ ਹੀ ਬੰਦੇ ਖੜੇ ਨੇ ਇੱਕ ਬਾਦਲ ਪਰਿਵਾਰ ਚੋਂ ਟੁੱਟ ਕੇ ਗਿਆ ਲੀਡਰ ਖੜਾ ਦੂਜੇ ਦਾ ਕੈਂਡੀਡੇਟ ਹੈ ਐਮਪੀ ਢਿੱਲੋਂ ਇੱਕ ਅਕਾਲੀ ਦਲ ਚੋਂ ਇੱਕ ਬਾਦਲ ਪਰਿਵਾਰ ਚੋਂ ਟੁੱਟ ਕੇ ਗਿਆ ਬੰਦਾ ਜਿਹਦੀ ਕਹਿੰਦੇ ਨੇ ਹਮੇਸ਼ਾ ਪਹਿਲਾਂ ਵੀ ਮਤਲਬ ਰਾਜੇ ਬੜੇ GNU ਹੈ ਵੀ ਅਕਾਲੀ ਵੋਟ ਫਿਰ ਮੈਨੂੰ ਤਾਂ ਪੈਣੀ ਨਹੀਂ ਨਾ ਇਹਨਾਂ ਚੋਂ ਜਾਊਗੀ ਕਿਸੇ ਨੂੰ ਜੇ ਕਾਲੀ ਹੁੰਦਾ ਉੱਥੇ ਖੜ ਜਾਂਦੀ ਤਾਂ ਫਿਰ ਸ਼ਾਇਦ ਹੋਰ ਤਰ੍ਹਾਂ ਦੀ ਗੱਲ ਪਰ ਥੋੜੀ ਜਿਹੀ ਰੀਲੀਫ ਰਾਜੇ ਬੜੇ ਗੁਰੂ ਸ਼ਾਇਦ ਮਹਿਸੂਸ ਕਰਨੀ ਚਾਹੀਦੀ ਹੈ ਜਗਵੀਤ ਬਰਾੜ ਦੇ ਆ ਜਾਣ ਨਾਲ ਵੀ ਐਡੀ ਗੱਲ ਨਹੀਂ ਹੋ ਸਕਦਾ ਚਾਰ ਭਾਗਾ ਚ ਵੀ ਵੰਡੀ ਜਾਵੇ ਉਹ ਜਿੰਨੀ ਖੋਗੇ ਕੋਈ ਗੱਲ ਨਹੀਂ ਭਾਵੇਂ ਅਕਾਲੀ ਕੈਂਡੀਡੇਟ ਜਿੰਨਾ ਤਾਂ ਨਹੀਂ ਸ਼ਾਇਦ ਇੱਕ ਜੁੱਟ ਪਾਰਟੀ ਉਹ ਹੋਉਂਦੀ ਫਿਰ ਵੀ ਫਰਕ ਕਿਸੇ ਨਾ ਕਿਸੇ ਰੂਪ ਤੇ ਮੈਨੂੰ ਲੱਗਦਾ ਕਿ ਜਗਮੀਤ ਸਿੰਘ ਬਰਾੜ ਭਾਵੇਂ ਪਰ ਤੋਰ ਰਹੇ ਸੀ ਪਹਿਲਾਂ ਤੇ ਮੈਦਾਨ ਚੋਂ ਇਸੇ ਕਰਕੇ ਆਏ ਨੇ ਕਿ ਅਕਾਲੀ ਦਲ ਗਾਇਬ ਹੈ ਉੱਥੋਂ ਕੇਵਲ ਅਕਾਲੀ ਦਲ ਗਾਇਬ ਨਹੀਂ ਇੱਕ ਵਰਗਾ ਓਵਰਆਲ ਵੀ ਬੰਦੇ ਦੂਜੀ ਪੰਥਕ ਤੇ ਰਾ ਵੀ ਗਾਇਬ ਹੋ ਗੀਆਂ ਲਗਭਗ ਉਹਨਾਂ ਨੇ ਕਿ ਆਸੀਂ ਬਣੀ ਲੜਦੇ ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੁਖਰਾਜ ਸਿੰਘ ਹੈਗੇ ਨੇ ਅਕਾਲੀ ਦਲਾ ਅੰਮ੍ਰਿਤਸਰ ਦਾ ਉੱਥੇ ਕਿੰਨਾ ਕੁ ਪ੍ਰਭਾਵ ਹੈ ਸੁਖਰਾਜ ਸਿੰਘ ਦਾ ਕਿੰਨਾ ਕੁ ਉਹ ਇਕੱਲਾ ਗੱਲ ਪਰ ਵੀਗੇ ਪੰਥਕ ਤੇ ਰਾ ਜਿਹੜੀਆਂ ਦੂਜੀਆਂ ਸੀ ਸਰਬਜੀਤ ਸਿੰਘ ਐਮਪੀ ਜਿਨ੍ਹਾਂ ਨੇ ਉੱਥੋਂ ਇਲੈਕਸ਼ਨ ਲੜੀ ਸੀ ਜਿਹੜਾ ਉਹਨਾਂ ਨੇ ਖੜਾ ਕੀਤਾ ਸੀ ਦੀਪ ਸਿੱਧੂ ਦਾ ਬ੍ਰਦਰ ਜਾਈਵਨ ਤਰਸੇਮ ਸਿੰਘ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਕਿਤੇ ਹੋਰ ਨਹੀਂ ਖੜੇ ਕਰਨੇ ਇਹ ਸਾਰਾ ਕਹਿ ਕੇ ਕਰਤਾ ਵੀ ਪੰਥੀ ਲਗਭਗ ਬਾਹਰ ਹੋ ਗਿਆ ਜਾਂ ਮਾਨਸਾਬ ਮੰਗ ਫਿਰੇ ਮੰਨ ਲਓ ਵੀ ਪੰਥਕ ਕੋਈ ਰਿਹਾ ਹੀ ਨਹੀਂ ਆਪਾਂ ਇਆਂ ਪੰਥ ਤਾਂ ਮੈਨੂੰ ਮਲਾ ਦੋ ਜਿਹੜਾ ਬੰਦਾ ਹੈਗਾ ਮੈਂ ਉਹਦੇ ਕੋਲ ਚੱਲ ਕੇ ਲਾਇਆ ਉਹਨਾਂ ਇਹ ਹੁਣ ਉਦੋਂ ਬਾਅਦ ਦੇਖਣਾ ਕਿ ਪੰਥਕ ਕਿਸ ਲੈਵਲ ਤੇ ਫਾਈਟ ਕਰਦਾ ਪਰ ਜਗਮੀਤ ਬਰਾੜ ਦੀ ਆਪਣੀ ਠੀਕ ਹੈ ਉਥੇ ਜਦੋਂ ਲੜਨਗੇ ਕੰਪੇਨ ਕਰਨੀ ਉਹਨਾਂ ਨੂੰ ਆਉਂਦੀ ਹੈ ਮੋਟਾ ਕਿੰਨੀਆਂ ਪੈਂਦੀਆਂ ਨੇ ਨਹੀਂ ਪੈਂਦੀਆਂ ਮਾਮਲਾ ਇੰਟਰਸਟਿੰਗ ਹੋ ਜਾਏਗਾ ਔਰ ਇਹ ਸਵਾਲ ਹੋਣਾ ਤਾਂ ਪੁੱਛਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਨੂੰ ਜੂਥ ਕਾਂਗਰਸ ਤੱਕ ਲਿਆਉਣ ਦਾ ਜਿਹੜਾ ਸਿਰ ਹੈ ਐਕਚੁਅਲੀ ਜਗਮੀਤ ਬਰਾੜ ਨੂੰ ਰਾਜਾ ਰਾਜਾ ਬੜਿੰਗ ਪਹਿਲਾਂ ਤਾਂ ਆਪ ਵੀ ਕਹਿੰਦਾ ਰਿਹਾ ਕਿ ਜਗਮੀਤ ਬਰਾੜ ਉਹਦੇ politcal ਗਰੂਪ ਹੈ ਔਰ ਬੜੀ ਵਾਰ ਤੁਸੀਂ ਜੇ ਲੈਕਚਰ ਵੀ ਸਟਾਈਲ ਭਾਵੇਂ ਜਗਮੀਤ ਬਰਾੜ ਜਿੰਨੀ ਪੜ੍ਹਾਈ ਲਿਖਾਈ ਜਾਂ ਉਸ ਲੈਵਲ ਦੀ ਸਿੱਖ ਇਤਿਹਾਸ ਨਾਲ ਨਹੀਂ ਸਾਝ ਰਾਜਾ ਬੜਿੰਗ ਦੀ ਪਰ ਉਸੇ ਤਰਜ਼ ਤੇ ਟਰਾਈ ਕਰਦੇ ਲੈਕਚਰ ਦੇਣ ਦੀ ਜਦੋਂ ਕਦੇ ਕਦੇ ਕੀਤੀ ਥੋੜੀ ਬਹੁਤ ਉਸ ਲੈਵਲ ਤੇ ਅੱਜ ਉਹਨਾਂ ਨੇ ਪੁੱਛਿਆ ਵੀ ਕੀ ਕਰੋਗੇ ਤੁਹਾਡਾ ਚੇਲਾ ਹੀ ਆ ਨਾ ਦੂਜੇ ਪਾਸੇ ਤਾਂ ਭਾਵੇਂ ਵੱਡਾ ਬਣ ਗਿਆ ਹੋਵੇ ਲੱਗ ਕੋਈ ਕੋ ਉਦਾਹਰਨ ਦਿੰਦੇ ਨੇ ਵੀ 164 ਗੁਰ ਸੀ ਜਿਹੜੇ ਨਾ ਉਹ ਦੱਸਦੇ ਸੀ ਗੁਰੂ ਨੇ ਚੇਲੇ ਨੂੰ 65 ਬਾਜੇ ਬਾਕੀ ਉਹ 65 ਵਾ ਵਰਤਾਂਗੇ ਦੇਖਾਂਗੇ ਚੇਲਾ ਕੀ ਕਰਦਾ ਜਾਂ ਬਾਕੀ ਕੀ ਕਰਦਾ ਦੇਖੋ ਕੀ ਕਰਦਾ ਇਹ ਕਹਿਣ ਨੂੰ ਗੱਲਾਂ ਚਲੋ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਗਮੀਤ ਬਰਾੜ ਨੂੰ ਇੰਟਰਸਟਿੰਗ ਜਦੋਂ ਵੀ ਕੋਈ ਸਵਾਲ ਪੁੱਛਦਾ ਹੈ ਜਿਹੋ ਜਿਹੀ ਕੋਈ ਗੱਲ ਆਉਂਦੀ ਹੈ ਬਰਨਾਲੇ ਦੇ ਵਿੱਚ ਵੀ ਇਹ ਗੱਲ ਠੀਕ ਹੈ ਕਿ ਜਦੋਂ ਉਹਨੇ ਮਤਲਬ ਕਾਗਜ਼ 'ਤੇ ਰੇ ਨੇ ਬਾਠ ਨੇ ਤਾਂ ਕਾਫੀ ਲੋਕ ਸੀਗੇ ਉਹ ਤੁਮਰ ਵੀ ਕਾਫੀ ਲੋਕ ਇਲਾਕੇ ਚੋਂ ਦੇ ਨਾਲ ਸੈਂ ਯਕੀਨ ਨਹੀਂ ਸੀ ਲੱਗਦਾ ਕਿ ਉਹਦਾ ਕੋਈ ਇਹ ਜਹਾ ਅਧਾਰ ਹੋਏਗਾ ਉਹਨਾਂ ਨਾਲ ਇੰਨੇ ਕ ਲੋਕ ਜਾਣਗੇ ਐ ਇਸ ਮਾਮਲੇ ਦੇ ਵਿੱਚ ਔਰ ਉਹਨੇ ਇਹ ਵੀ ਕਿਹਾ ਓਪਨਲੀ ਪਬਲੀਕਲੀ ਕਿ ਮੈਨੂੰ ਚੇਅਰਮੈਨ ਨਹੀਂ ਇਵਨ ਮੰਡੀ ਬੋਰਡ ਤੱਕ ਦੀ ਚੇਅਰਮੈਨੀ ਦੇਣ ਦੀ ਆਫਰ ਹੋਈ ਜਿਸਹਰ ਚਾ ਬਰਸਟ ਰਹੇ ਮੈਂ ਮਨਾ ਕਰਤਾ ਵੀ ਉਹ ਵੀ ਤਾਂ ਸਾਡੇ ਵਰਗੇ ਨੇ ਮੈਂ ਉਹਦੀ ਖੋਲੂਗਾ ਜਿਵੇਂ ਤੁਸੀਂ ਮੇਰੀ ਟਿੱਕ ਟਕੋਲੀ ਤੇ ਕੋਈ ਗੱਲ ਨਹੀਂ ਬਣਦੀ ਤੇ ਜੇ ਇਸ ਗੱਲ ਤੇ ਤੁਰਦਾ ਤਾਂ ਇੱਕ ਲੈਵਲ ਦਾ ਝਟਕਾ ਤਾਂ ਵੱਜਿਆ ਹੀ ਨਾ ਇਹਦਾ ਮਤਲਬ ਤੇ ਨਾਲ ਗਿੱਦੜ ਬਾਹੇ ਵਾਲਾ ਗਿੱਦੜ ਬਾਹੇ ਬਾੜੇ ਵੀ ਜਿਹੜਾ ਕੈਂਡੀਡੇਟ 22 ਚ ਸੀ ਆਮਾਦੀਬੀ ਪਾਰਟੀ ਦਾ ਪ੍ਰਤਪਾਲ ਸ਼ਰਮਾ ਜੀ ਨੇ ਪਾਰਲੀਮੈਂਟ ਦੇ ਵਿੱਚ ਵੀ ਉਹ ਕਹਿ ਰਿਹਾ ਕਿ ਸੈਕੰਡ ਨੰਬਰ ਅਸੀਂ ਦਵਾਇਆ ਪ੍ਰਤਪਾਲ ਸ਼ਰਮਾ ਐਡਵੋਕੇਟ ਹੈ ਪਾਲੀ ਉਹਨੇ ਵੀ ਸਾਥੀਆਂ ਸਮੇਤ ਆਮਾਦੀਬੀ ਪਾਰਟੀ ਛੱਡਤੀ ਏ ਟੋਟਲੀ ਇਸ ਕਰਕੇ ਇਹ ਪਾਰਟੀਆਂ ਨੂੰ ਇੱਕ ਲੈਵਲ ਦਾ ਇਹਦਾ ਮੈਨੂੰ ਆਮਾਦੀਬੀ ਪਾਰਟੀ 'ਚ ਕੋਈ ਬੰਦੇ ਨਹੀਂ ਸੀ ਲੱਗਦੇ ਕਿ ਐਡੇ ਜੋਗੇ ਕੋਈ ਹੋਣਗੇ ਇਹ ਪਹਿਲੇ ਬੰਦੇ ਮੈਂ ਦੇਖ ਰਿਹਾ ਦੋਨੇ ਸੀਟਾਂ ਚ ਕਿ ਆਮ ਆਦਮੀ ਪਾਰਟੀ ਚ ਵੀ ਕੁਝ ਇਹੋ ਜਿਹਾ ਲੋਟ ਹੈ ਜਿਹੜਾ ਅਸਰਟ ਕਰੂਗਾ ਜਿਹੜਾ ਜੇ ਨਹੀਂ ਟਿਕਟ ਮਿਲੀ ਤਾਂ ਖੜਾ ਰਹੂਗਾ ਕਿ ਮੈਂ ਤੇਰੇ ਨਾਲ ਨਹੀਂ ਆ ਘਟੋ ਘਟ। ਇਸ ਤੋਂ ਪਹਿਲਾਂ ਮੈਂ ਇਹ ਵਰਤਾਰਾ ਨਹੀਂ ਦੇਖਿਆ ਜਿਹੜੇ ਬੰਦੇ ਗਏ ਸੀ ਕਿ ਇਸ ਪਦਰ ਤੇ ਖੜੇ ਹੋਣ ਇਹਦਾ ਮਤਲਬ ਫਿਊਚਰ ਦੇ ਵਿੱਚ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ। ਇਹ ਮੈਨੂੰ ਚੰਗਾ ਸਕਣ ਲੱਗਦਾ ਵੀ ਤੀਨੂੰ ਵੀ ਮਰਜ਼ੀ ਲੈ ਕੇ ਦੂਜੀ ਪਾਰਟੀ ਚੋਂ ਦੇ ਦੋ ਤੇ ਉਹ ਬੰਦੇ ਅਸਰਟੀ ਨਾ ਕਰਨ ਆਪਣੀ ਪਾਰਟੀ ਦੇ ਜਿਹੜੇ ਬੰਦੇ ਨੇ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਕੋਈ ਬਹੁਤ ਵਧੀਆ ਨਹੀਂ ਹੁੰਦੀ। ਇਹ ਤੁਸੀਂ ਲੋਕ ਨਹੀਂ ਬੋਲਦੇ ਮੈਂ ਜਦੋਂ ਮੈਂ ਇਹ ਗੱਲ ਕਰ ਰਿਹਾ ਤਾਂ ਮੈਨੂੰ ਇਹ ਪੋਜੀਟਿਵ ਵਰਤਾਰਾ ਲੱਗਦਾ ਪੋਲਿਟਿਕਸ ਚ ਕੰਪੈਰੀਟਿਵਲੀ ਕਿ ਬੰਦਿਆ ਨੂੰ ਬੋਰਡਾ ਚਾਹੀਦਾ ਆਪਣੇ ਆ ਤੇ ਦਾਵੇਦਾਰੀ ਕਰਨੀ ਚਾਹੀਦੀ ਹੈ ਤੇ ਠੀਕ ਹੈ ਨਹੀਂ ਮਿਲਦੀ ਨਾ ਮਿਲਦੀ ਜਾਂ ਟਿਕਟ ਜਾਓ ਖੜੇ ਹੋਣ ਨਾ ਹੋਣ ਉਹ ਇੱਕ ਅਲੱਗ ਪਹਿਲੂ ਹੁੰਦਾ ਤੇ ਠੰਡਲ ਹੋਣੀ ਚਲੇ ਗਏ ਨੇ ਉਧਰ ਵੀ ਮੇਰਾ ਬਾਬਾ ਨਾਨਕ ਵੀ ਬੀਜੇਪੀ ਦੇ ਵਿੱਚ ਅਕਾਲੀ ਕੈਂਡੀਡੇਟ ਹੀ ਚਲੇ ਗਏ ਪ੍ਰੈਕਟੀਕਲੀ ਤੇ ਇੱਧਰ ਵੀ ਅਕਾਲੀ ਕੈਂਡੀਡੇਟ ਉਧਰ ਵੀ ਅਕਾਲੀ ਕੈਂਡੀਡੇਟ ਤਿੰਨ ਜਗ੍ਹਾ ਤਾਂ ਬੀਜੇਪੀ ਚ ਉਹੀ ਚਲੇ ਗਏ ਕਾਂਗਰਸੀ ਦੇ ਬੀਜਪੀ ਨੂੰ ਥੋੜਾ ਜਿਹਾ ਮੇਰੇ ਖਿਆਲ ਨਾਲ ਸਾਰਾ ਜਿਹੜਾ ਪ੍ਰੋਸੈਸ ਹੁਣ ਚੱਲੇ ਆ ਥੋੜਾ ਹੌਸਲਾ ਜ਼ਰੂਰ ਹੋਇਆ ਹੋਣਾ ਕਿ ਇਹਦੇ 'ਚ ਥੋੜਾ ਜਿਆਦਾ ਕਰ ਲਈਏ ਕੰਮ ਤਾਂ ਬੋਟਾ-ਬੋਟਾ ਤਾਂ ਕੰਪੀਟੀਸ਼ਨ 'ਚ ਵੀ ਕਹਿ ਸਕਦੇ ਹੋ ਤੁਸੀਂ ਕੰਪੀਟੀਸ਼ਨ ਕੋ ਕੱਲਾ ਇਹ ਤਾਂ ਹੈ ਨਹੀਂ ਕਿ ਦੋ ਹੀ ਪਾਰਟੀਆਂ ਦਾ ਜੇ ਤਿੰਨ ਮੇਨ ਖੜੇ ਹੁੰਦੇ ਨੇ ਤਾਂ ਤਿੰਨ 'ਚ ਟਕੋਣਾ ਹੀ ਕਹਿਣਾ ਪੈਂਦਾ ਉਦੋਂ ਤੱਕ ਜਿੰਨੀਆਂ ਵੋਟਾਂ ਮਿਲ ਗਈਆਂ ਨਾ ਮਿਲ ਗਈਆਂ ਉਹ ਅਲੱਗ ਬਾਤ ਗੱਲ ਹੁੰਦੀ ਹੈ ਇਹਦਾ ਮਤਲਬ ਕਈ ਜਗ੍ਹਾ ਟਕੋਲੇ ਤੇ ਚਾਰਮਕੋਣੇ ਟੱਕਰ ਹੈ ਬਸਰਤੇ ਕੇ ਪੰਥ ਗੈਰਹਾਜ਼ਰ ਪੰਥਕ ਸੰਗਠਨ ਉਹਦੇ ਚ ਗੈਰਹਾਜ਼ਰ ਨੇ ਮਾਨ ਸਾਹਿਬ ਦਾ ਦੋਤਾ ਹੈ ਬਰਨਾਲੇ ਦੇ ਵਿੱਚ ਹੁਣ ਉਹਨੂੰ ਗੋਬਿੰਦ ਸਿੰਘ ਜਿਹੜੇ ਸੰਧੂ ਨੇ ਉਹਨੂੰ ਪੰਥਕ ਕੈਟਾਗਰੀ ਚ ਮੰਨਦੇ ਨੇ ਮਾਨ ਸਾਹਿਬ ਇਕੱਲੇ ਨੂੰ ਹੀ ਤੇ ਸੋਗਰਾਜ ਨੂੰ ਮੰਨਦੇ ਨਿੱਤਾ ਜੇ ਮਾਨ ਸਾਹਿਬ ਦੀ ਸ਼ਬਦਾਂ ਵਿੱਚ ਦੇਖਣਾ ਹੋਵੇ ਤਾਂ ਪੰਥ ਆਇਆ ਹੋਤੇ ਜੇ ਜਨਰਲ ਦੇਖਣਾ ਹੋਵੇ ਸਿੱਖ ਆਰਗੇਨਾਈਜੇਸ਼ਨ ਜਦੇ ਬੰਨੋ ਜਿੰਨੀਆਂ ਵੀ ਹੈ ਨੇ ਤਾਂ ਸ਼ਾਇਦ ਇਹ ਗੱਲ ਅਧੂਰੀ ਜੀ ਹੈ ਕੰਪੈਰੀਟਿਵਲੀ ਉਹ ਸਾਰੇ ਮਾ ਉਥੇ ਫੈਮਿਲੀ ਰੋਲ ਆ ਜਾਂਦਾ ਮੁਕਾਬਲਤਾਂ ਨੂੰ ਕਾਫੀ ਜ਼ਿਆਦਾ ਦੂਜਿਆਂ ਦੇ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਅਜੇ ਦੇਖੋ ਇੱਕ ਚਰਨਿੰਗ ਹੈ ਇਹ ਚਾਰੇ ਇਹ ਚਾਰਾਂ ਦਾ ਵੀ ਇੱਕ ਹੋਰ ਤਜਰਬਾ ਹੋਊਗਾ ਸ਼ਾਇਦ ਪੰਜਾਬ ਦੀ ਪੋਲਿਟਿਕ ਚ ਕਿਸੇ ਨਾ ਕਿਸੇ ਤਰੀਕੇ ਨਾਲ ਕੋ ਨਵੀਆਂ ਚੀਜ਼ਾਂ ਵੀ ਇਹਦੇ ਚੋਂ ਦੇਖਣ ਨੂੰ ਮਿਲਣਗੀਆਂ ਸਰਜਕ ਤਾਰ ਸਿੰਘ ਹੋਰਾਂ ਦੀ ਇੱਕ ਵੇਸ਼ਨ ਤੋੜਤੀ ਕਰ ਲਿਆ ਨੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਇਹਨਾਂ ਨੇ ਪਹਿਲਾ ਦੂਜਾ ਨੰਬਰ ਤੁਸੀਂ ਰੱਖਿਆ ਸੀ ਤੇ ਫਿਰ ਤੁਸੀਂ ਰੱਖਿਆ ਸੀ ਇੱਕ ਪਹਿਲੇ ਦੂਜੇ ਵਾਲੇ ਤੇ ਦੂਜੇ ਤੀਜੇ ਚੌਥੇ ਵਾਲੇ ਹੋਣਾ ਭਾਜਪਾ ਜਿੰਨਾ ਮਰਜੀ ਧੌੜ ਲਾ ਲੇ ਉਹਦਾ ਮੁਕਾਬਲਾ ਕਿਸੇ ਨਾਲ ਨਹੀਂ ਰਿਹਾ ਜੇ ਮੰਨ ਲਓ ਲੜਾਈ ਕੈਂਡੀਡੇਟਸ ਦੀ ਮੇਨ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆ ਸੁਪੋਜ਼ ਘੱਟੋ ਘੱਟ ਤਿੰਨ ਸੀਟਾਂ ਤੇ ਬੰਨ ਲਈਏ ਚੌਥੀ ਬਾਰੇ ਮੈਂ ਚੱਬੇਵਾਲ ਬਾਰੇ ਨਾ ਵੀ ਜਾਵਾਂ ਉਹ ਜਿਹੜਾ ਸਰ ਮੁਕਾਬਲਾ ਹੋਣਾ ਸੀ ਨਾ ਭਾਜਪਾ ਦਾ ਕਾਲੀ ਦਲ ਨਾਲ ਤੀਜੇ ਚੌਥੇ ਸਥਾਨ ਲਈ ਉਹ ਤੁਹਾਡੇ ਵਾਲੀ ਗੱਲ ਹੁਣ ਇਹਨੂੰ ਕਿੱਦਾਂ ਤੁਸੀਂ ਤਸ਼ਬੀਹ ਦਿਓਗੇ ਨਵੇਂ ਤਰੀਕੇ ਨਾਲ ਉਹ ਤਾਂ ਭਾਜਪਾ ਨੂੰ ਚਾਹੀਦਾ ਪ੍ਰੋਟੈਸਟ ਕਰਨਾ ਇਸ ਗੱਲ ਤੇ ਉੱਤੇ ਆ ਕੇ ਹਾਂ ਜੀ ਇਹ ਇਹ ਉਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਸੀਗਾ ਪਾਪਾ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਚਲੋ ਸਾਡੀ ਜਿਹੜੀ ਪਰਸੈਕਸ਼ਨ ਸੀ ਉਹ ਟੁੱਟ ਗਈ ਉੱਥੇ ਆਪਾਂ ਹੁਣ ਅੱਗੇ ਤੋਰਦੇ ਆਂ ਕੰਮ ਨੂੰ ਜੀ ਉਹ ਲੜਾਈ ਲੜਾਈ ਤਾਂ ਦੇਖੋ ਜੀ ਉਹ ਕੰਟੀਨਿਊ ਕਰ ਰਹੇ ਆ ਉੱਥੇ ਨਹੀਂ ਕਰ ਰਹੇ ਤੇ ਸ਼੍ਰਮਣੀ ਕਮੇਟੀ 'ਚ ਕਰ ਰਹੇ ਅੱਜ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਸਾਫ਼ ਗਿਆ ਕਿ ਬੰਦੇ ਕੱਢੇ ਜਾ ਰਹੇ ਆ ਪਹਿਲੀ ਵਾਰੀ ਇੰਜ ਹੋ ਰਿਹਾ ਨੇਰੇ ਕੋਲ ਪੁਖਤਾ ਸਬੂਤ ਨੇ ਔਰ ਮੈਂਬਰਾਂ ਨੂੰ ਪੈਸੇ ਦਿੱਤੇ ਕਿ ਮੋਟੀ ਅਮਾਉਂਟ ਆਫਰ ਕੀਤੀ ਗਈ ਮੈਂਬਰ ਨੇ ਕਿਹਾ ਸੀ ਕਿਉਂ ਲਈਏ ਉਹ ਉਹਨਾਂ ਨੇ ਕਿਸੇ ਐਮਪੀ ਦਾ ਵੀ ਜ਼ਿਕਰ ਕੀਤਾ ਪਹਿਲਾਂ ਇੱਕ ਐਮਐਲਏ ਦਾ ਵੀ ਜ਼ਿਕਰ ਹੋਇਆ ਸੀਗਾ ਬੰਦੇ ਖਰੀਦੇ ਕਿਵੇਂ ਜਾ ਰਹੇ ਆ ਹਾਲਾਂਕਿ ਉਹਨਾਂ ਨੇ ਸਬੂਤ ਨਹੀਂ ਦਿੱਤੇ ਕਹਿੰਦੇ ਮੈਂ ਬਾਅਦ ਚ ਦੱਸੂਗਾ ਸਾਰੇ ਇਸੇ ਚੱਕਰ ਦੇ ਵਿੱਚ ਉਹ ਬੀਜੇਪੀ ਤੇ ਆਰਐਸਐਸ ਨੂੰ ਜਦੋਂ ਜ਼ਿਆਦਾ ਹੀ ਫੋਕਸ ਕਰ ਰਹੇ ਸੀ ਤੇ ਉਧਰਲੇ ਬੰਨੇ ਇੱਕ ਇਲੈਕਟ੍ਰੋਨਿਕ ਚੈਨਲ ਨੇ ਉਦੋਂ ਆਰ ਪੀ ਸਿੰਘ ਨੂੰ ਲੈ ਲਿਆ ਜੀ ਨਾਲ ਆਰ ਪੀ ਸਿੰਘ ਹੋਰਾਂ ਨੂੰ ਕਿਹਾ ਗਿਆ ਵੀ ਤੁਹਾਡੇ ਤੇ ਤਾਂ ਆਰ ਬੀਜੇਪੀ ਤੇ ਆਰਐਸਐਸ ਤੇ ਦੋਸ਼ ਲਾ ਰਹੇ ਧਾਮੀ ਸਾਹਿਬ ਉਹ ਕਹਿੰਦੇ ਸਬੂਤ ਲਿਆਓ ਤੁਸੀਂ ਦੋਸ਼ ਤਾਂ ਲਾਈ ਜਾਂਦੇ ਹੋ ਕੋਈ ਲਿਆਇਆ ਵੀ ਕਰੋ ਸਾਹਮਣੇ ਸਾਨੂੰ ਦੱਸੋ ਵੀ ਇਸ ਗੱਲ ਦੇ ਚੱਕਰ ਤੇ ਵਿੱਚ ਉਹ ਪਹੁੰਚਦੇ ਪਹੁੰਚਦੇ ਵੀ ਤੁਸੀਂ ਤਾਂ ਸੰਸਥਾਵਾਂ ਦਾ ਇੰਨਾ ਮਾੜਾ ਹਾਲ ਕਰਤਾ ਜੀ ਇਹ ਤਾਂ ਪੰਜਾਂ ਸਾਲਾਂ ਚ ਧਾਮੀ ਸਾਹਿਬ ਵਰਗਿਆਂ ਨੇ ਉੱਥੇ ਲੈ ਜਾਣੀਆਂ ਇਹ ਸ਼੍ਰੋਮਣੀ ਕਮੇਟੀ ਨਹੀਂ ਰਹਿਣੀ ਇਹ ਤਾਂ ਸ਼੍ਰੋਮਣੀ ਕ੍ਰਿਸਚਨ ਕਮੇਟੀ ਬਣ ਜਾਣੀ ਇਹਦੇ ਉੱਤੇ ਹੁਣ ਅਕਾਲੀ ਦਲ ਦੀ ਵਾਰੀ ਸੀ ਤੇ ਅਕਾਲੀ ਦਲ ਦੇ ਡਾਕਟਰ ਤਲਜੀਤ ਸਿੰਘ ਜੀਮਰ ਹਰੋਨੇ ਉਹਨਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਰੱਖਦੀ ਹੈ ਅੱਖੀ ਵੀ ਸ਼ਾਇਦ ਭਾਜਪੀ ਤੋਂ ਹੀ ਆ ਉਹ ਆਪਣੇ ਬੰਦੇ ਖਿਲਾਫ ਪਰਚਾ ਕਿਉਂ ਕਰਾਉਣਗੇ ਦੱਸੋ ਮੈਨੂੰ ਇਹ ਤਾਂ ਇੱਥੇ ਇਹਨਾਂ ਨੂੰ ਆਪਣੇ ਸ਼੍ਰੋਮਣੀ ਕਮੇਟੀ ਨੂੰ ਦੇ ਦੇਣੀ ਚਾਹੀਦੀ ਐਪਲੀਕੇਸ਼ਨ ਜੇ ਇੰਜ ਹੈ ਤਾਂ ਦੂਜੇ ਪੰਨੇ ਉਹਨਾਂ ਨੇ ਕਿਹਾ ਵੀ ਨੱਡਾ ਸਾਹਿਬ ਇਹਦੇ ਲਈ ਮਾਫੀ ਮੰਗਣ ਆਪ ਵੀ ਆਹ ਹੋ ਕੀ ਰਿਹਾ ਸੋ ਤੁਸੀਂ ਜਦੋਂ ਪ੍ਰੋਟੈਸਟ ਕਰਨ ਦੀ ਗੱਲ ਕਰੇ ਭਾਜਪੀ ਦੀ ਇੱਥੇ ਤਾਂ ਲੜਾਈ ਵੱਡੀ ਹੋ ਗਈ ਸਰ ਮੈਂ ਹੋਰ ਟੱਗਣਾ ਥੋੜਾ ਜਿਹਾ ਜਾਨ ਦਿੰਨਾ ਤੁਹਾਨੂੰ ਉਤਾਰਦਾ ਵਾ ਜੀ ਜੀ ਇੱਕ ਪੰਜਾਬੀ ਦਾ ਨਾ ਬੜਾ ਪੁਰਾਣਾ ਗੀਤ ਹੈ ਬਹੁਤ ਪਾਪਲ ਰਸੀ ਉਹ ਕਿਹੜਾ ਟੁੱਟ ਗਈ ਯਾਰੀ ਤੋਂ ਗਾਲ ਬਣਾਣਾ ਬੋਲੇ ਆਏ ਆਏ ਉਹ ਮੈਨੂੰ ਨਾ ਇਹਨਾਂ ਦਾ ਇਹ ਲੱਗਦਾ ਮੈਂ ਸਮੇਂ ਦਾ ਪਿੱਥੇ ਹੀ ਕਰ ਦਿੰਦੇ ਹੋਰ ਕੋਈ ਰੌਲਾ ਨਹੀਂ ਉਹ ਜਿਹੜੀ ਅੱਜ ਨਵਾਂ ਲੈ ਕੇ ਛੜ ਗਿਆ ਨਾ ਉਹ ਮਸਲਾ ਅਦਰਵਾਈਜ਼ ਸੀਰੀਅਸ ਹੈ ਤੇ ਮੈਂ ਤਦੋਂ ਸੁਣਿਆ ਨਹੀਂ ਪੂਰਾ ਆਪਣੇ ਬਿਲਕੁਲ ਹੀ ਨਹੀਂ ਸੁਣਿਆ ਆਰਪੀਸੀ ਨੂੰ ਤੁਹਾਡੇ ਮੂੰਹੋਂ ਹੀ ਸੁਣਿਆ ਵੇ ਉਹਨਾਂ ਨੇ ਜੋ ਕੁੱਛ ਕਿਹਾ ਹੈ ਤੇ ਜਿੰਨੀ ਗੱਲ ਵਧੀ ਹੈ ਮੇਰੇ ਖਿਆਲ ਜਿਹੜਾ ਅਟੈਕ ਆਇਆ ਹੈ ਨਾ ਐਸਜੀਪੀਸੀ ਤੇ ਉਹ ਜਿਸ ਤੱਕ ਨਾਲ ਪੰਜਾਬ ਦੇ ਵਿੱਚ 크ਿਸਚੀਅਨਿਟੀ ਐਕਸਪੈਂਡ ਹੋ ਰਹੀ ਹੈ ਉਹ ਦਿੱਤੇ ਹੈ ਹਿੰਦੁਸਤਾਨ ਦਾ ਸਭ ਤੋਂ ਵੱਡਾ ਚਰਚ ਜਲੰਧਰ ਚ ਬਣ ਰਿਹਾ ਇਸ ਤੋਂ ਵੱਡੇ ਗੱਲ ਹੋਰ ਕਿਉਂ ਨਹੀਂ ਆ ਜਲੰਧਰ ਦੇ ਨੇੜੇ ਖਾਂਬੜਾ ਸਾਈਡ ਤੇ ਸ਼ਾਇਦ ਉਹ ਇਸ ਤੋਂ ਕਹਦੇ ਜਲੰਧਰ ਜਰੋ ਮੈਂ ਜਲੰਧਰ ਕਹਿੰਦਾ ਮਤਲਬ ਜਲੰਧਰ ਜ਼ਿਲ੍ਹਾ ਹੁੰਦਾ ਹਾਂ ਜੀ ਜੀ ਜਲੰਧਰ ਚ ਬਣ ਰਿਹਾ ਇਸ ਤੋਂ ਵੱਡੀ ਗੱਲ ਕੀ ਹੋਣੀ ਹੈ ਪੰਜਾਬ 크ਿਸਚੀਅਨਿਟੀ ਦਾ ਸੈਂਟਰ ਕਦੋਂ ਬਣ ਗਿਆ ਕਿ ਇੱਥੇ ਸਭ ਤੋਂ ਵੱਡਾ ਇੱਥੇ ਚਰਚ ਬਣਿਆ ਕੋਈ ਕਾਰਨ ਤਾਂ ਹੈਗਾ ਨਾ ਮੈਨੂੰ ਯਾਰਾ ਜਦੋਂ ਮੈਂ ਇਹ ਐਕਟੀਵਿਟੀ ਡਾਇਰੈਕਟਰਸ ਦੇ ਵਿੱਚ ਤੇ ਮੈਨੂੰ ਕੁਝ ਭਾਜਪਾ ਦੇ ਦੋਸਤਾਂ ਨੇ ਕਿਹਾ ਸੀਗਾ ਕਹਿੰਦੇ ਵੀ ਤੂੰ ਚੱਲ ਸਾਡੇ ਨਾਲ ਤੈਨੂੰ ਲੈ ਕੇ ਚੱਲਦੇ ਪੰਜਾਬ ਦੇ ਬਾਰਡਰ ਦੇ ਏਰੀਆਜ਼ ਦੇ ਵਿੱਚ ਖਾਸ ਕਰਕੇ ਆਫਾਦਲ ਕਾਲੇ ਪਾਸੇ ਸ਼ੁਰੂ ਕਰ ਲੋ ਉਹ ਕਹਿੰਦੇ ਵੀ ਗੁਰਦੁਆਰਿਆਂ ਨੂੰ ਤਾਂ ਤਾਲੇ ਲੱਗ ਰਹੇ ਐ ਤੇ ਉੱਥੇ ਚਰਚ ਖੁੱਲ ਰਹੇ ਐ ਚਲੋ ਤਾਲੇ ਤਾਂ ਵੈਸੇ ਗੱਲ ਕਹੀ ਗਈ ਲੇਕਿਨ ਚਰਚ ਖੁੱਲ ਨੇ ਹੇ ਹੁਣ ਸਭ ਨੂੰ ਪਤਾ ਹੈ ਵੀ ਪਿਛਲੇ 15-20 ਸਾਲ ਦੇ ਵਿੱਚ ਕ੍ਰਿਸਚੀਅਨਿਟੀ ਦੀ ਐਕਸਪੈਂਸ਼ਨ ਕਿੰਨੀ ਹੋਈ ਹੈ ਇਹ ਕਿਹੜੇ ਸੈਕਸ਼ਨ ਚ ਹੋ ਰਹੀ ਹੈ ਸੈਕਸ਼ਨ ਤਾਂ ਜਿਹੜਾ ਲੋਅਰ ਕਲਾਸ ਹੈਗੀ ਹੈ ਔਰ ਇਹੀ ਸੈਕਸ਼ਨ ਬਾਏ ਦਿਵੇ ਡੇਰਾ ਸੱਚਾ ਸਾਉਦਾ ਵਗੈਰਾ ਇਹ ਸੈਕਸ਼ਨ ਵੀ ਉਹਨਾਂ ਚ ਹੀ ਆ ਸੀ ਉੱਥੋਂ ਮੋਤਾ ਰੀਜਨ ਵਾਈਜ਼ ਫਰਕ ਪੈਂਦਾ ਹੁੰਦਾ ਹੈ ਆਰਥਿਕ ਤੌਰ ਤੇ ਥੋੜੇ ਜੇ ਨਪੀੜੇ ਲੋਕ ਜਿਹੜੇ ਹਨ ਹਾਂ ਨਪੀੜੇ ਲੋਕ ਹੈ ਉਹਨਾਂ ਨੂੰ ਕੋਈ ਸਹਾਰਾ ਚਾਹੀਦਾ ਹੁੰਦਾ ਜਦੋਂ ਹੁਣ ਜਿੱਥੇ ਉਹ ਅਟੈਕ ਕਿਉਂ ਐ ਐਸਜੀਪੀਸੀ ਤੇ ਹੁਣ ਜਿਹੜਾ ਸਿੱਖੀ ਦਾ ਕਿਸੇ ਵੀ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਚਲੋ ਸਿੱਖ ਧਰਮ ਦੇ ਬਾਰੇ ਤਾਂ ਹੈ ਨਾ ਗੁਰਦੁਆਰਾ ਇੰਸਟੀਚੂਨਲਾਈਜ਼ਡ ਕ੍ਰਿਸਚੀਅਨਿਟੀ ਵੀ ਬਹੁਤ ਕਮਾਲ ਦੀ ਇੰਸਟੀਚੂਨਲਾਈਜ਼ ਉਹਨਾਂ ਦਾ ਪ੍ਰਚਾਰ ਵੀ ਹੁਣ ਕ੍ਰਿਸਚੀਅਨਿਟੀ ਕੋਲ ਤਾਂ ਚਲੋ ਆਪਣਾ ਵਰਟੀਕਲ ਹੈਗਾ ਤੇ ਜਦੋਂ ਇੰਸਟੀਟਿਊਸ਼ਨਲਾਈਜ਼ ਦੀ ਗੱਲ ਕਰਦੇ ਆ ਸਿੱਖਾਂ ਕੋਲੇ ਵੀ ਬਹੁਤ ਵੱਡਾ ਇੰਸਟੀਟਿਊਸ਼ਨ ਹੈ ਐਸਜੀਪੀਸੀ ਐਸਜੀਪੀਸੀ ਦਾ ਰੋਲ ਕੀ ਹੋਣਾ ਚਾਹੀਦਾ ਜਿਹੜੀ ਗੱਲ ਜਿੱਥੇ ਆ ਜਿਹੜਾ ਐਕਸਪੈਂਸ਼ਨ 크ਰਿਸਚੀਅਨਿਟੀ ਦੀ ਹੋ ਰਹੀ ਹੈ ਤੇ ਇਹਦੇ ਤੇ ਇਸ ਤੋਂ ਬਾਅਦ ਸਵਾਲੀਆ ਨਿਸ਼ਾਨ 크ਰਿਸਚੀਅਨਿਟੀ ਤੇ ਆਪਣੇ ਐਸਜੀਪੀਸੀ ਦੇ ਲੰਬਣਾ ਲੱਗਣਾ ਰਦਾਵਾ ਜੇ ਬੜਾ ਨਾਰਮਲ ਹੈ ਜੀ ਭਈ ਇਹ ਫੇਲ ਕਿਉਂ ਹੋ ਰਿਹਾ ਹੈ ਤੁਸੀਂ ਸੋਚ ਨਹੀਂ ਸਕਦੇ ਕਿ ਕਿਹੜਾ ਚਰਚ ਹੈ ਉਹ ਕਿੰਨਾ ਲਿਟਰੇਚਰ ਹਰ ਸਾਲ ਛਾਪਦਾ ਸਾਰੀ ਦੁਨੀਆ ਦੇ ਵਿੱਚ ਆਫਰ ਹੀ ਵੱਡਾ ਜੇ ਤੁਸੀਂ ਇੱਕ ਵਾਰੀ ਤੁਸੀਂ ਉਹਨਾਂ ਦੇ ਮੇਲ ਤੇ ਆ ਜਾਓ ਤੇ ਉਹ ਸੁਟੁਰੇ ਜਾਂਦੇ ਤੁਹਾਡੇ ਘਰ ਇਹਨਾਂ ਜ਼ਬਰਦਸਤ ਜਾਂ ਤੁਸੀਂ ਵੈਸੇ ਕਿਤੇ ਦੇਖਣ ਚਲੇਗੇ ਇੱਕ ਵਾਰੀ ਚਰਚ ਚਰਚ ਦੇ ਵਿੱਚ ਉਹਨਾਂ ਦਾ ਸਮਾਗਮ ਤੇ ਉਹਨਾਂ ਨੇ ਤੁਹਾਨੂੰ ਨੋਟ ਕਰ ਲਿਆ ਤੇ ਫਿਰ ਉਹ ਚਲਸੋ ਚੱਲ ਐਨਾ ਲਿਟਰੇਚਰ ਆਉਂਦਾ ਤੇ ਐਸਜੀਪੀਸੀ ਦੇ ਕੋਲ ਤਾਂ ਸਾਰੇ ਸਾਧਨ ਸੀਗੇ ਹੁਣ ਕਹਨ ਨੂੰ ਤਾਂ ਕਹਿ ਦਿੰਨੇ ਬਈ ਸਾਡੇ ਸੇ ਇੰਨੇ ਇੰਸਟੀਚਿਊਸ਼ਨ ਸਕੂਲ ਚਲਾ ਰਹੇ ਨੇ ਕਾਲ ਚਲਾ ਰਹੇ ਨੇ ਜੀ ਇੱਥੇ ਆਹ ਕਰ ਰਹੇ ਆ ਤੇ ਸਾਡਾ ਬਜਟ ਉਹ ਬਿਲਕੁਲ ਠੀਕ ਹੈ ਜਿੰਨਾ ਇਮਪ੍ਰੈਸ਼ਨ ਹੈ ਬਾਹਰ ਕੇ ਬਹੁਤ ਵੱਡਾ ਬਜਟ ਹੈ ਐਸਜੀਪੀਸੀ ਉਹ ਨਹੀਂ ਹੈ ਲੇਕਿਨ ਜਿਹੜਾ ਫੋਕਸ ਹੈ ਉਹ ਕਰਦੇ ਆ ਜੇ ਫੋਕਸ ਤੁਹਾਡਾ ਜਿਹੜਾ ਧਰਮ ਪ੍ਰਚਾਰ ਦਾ ਬਜਟ ਹੁਣ ਸਭ ਤੋਂ ਵੱਡਾ ਹੈ ਧਰਮ ਪ੍ਰਚਾਰ ਦੇ ਵਿੱਚ ਤੁਹਾਡਾ ਹੈ ਕੀ ਤੁਹਾਡੇ ਮੈਥਡ ਕੀ ਹੈ ਕਿ ਗੁਰਦੁਆਰਿਆਂ ਸਵਾਗਤ ਕਰਾਉਣੇ ਹੀ ਧਰਮ ਪ੍ਰਚਾਰ ਲਿਟਰੇਚਰ ਤੁਹਾਡਾ ਕਿੱਥੇ ਹੈ ਜਿਹੜਾ ਲੋਕਾਂ ਚ ਅਪਰੋਚ ਕਰਨਾ ਹੋਵੇ ਉਹ ਵੀ ਛੱਡੋ ਤੁਸੀਂ ਜੇ ਜਿਹੜੇ ਤੁਹਾਡੇ ਐਗਜ਼ਿਸਟਿੰਗ ਸਿਸਟਮ ਹੈ ਉਹ ਰੋਟੈਨੈਸ ਹੋ ਗਿਆ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਖੁੱਲ ਗਏ ਜਾਤ ਪਾਤ ਤੇ ਤੁਹਾਡੇ ਸ਼ਮਸ਼ਾਨ ਜਾਤ ਪਾਤ ਦੇ ਹੋ ਗਏ ਤੋਂ ਸਿੱਖੀ ਦਾ ਖਾਦਮੇ ਵੱਲ ਤੋਰਦੇ ਤੁਸੀਂ ਅਟੈਕ ਬਾਹਰੋਂ ਨਹੀਂ ਆ ਰਿਹਾ ਅੰਦਰੋਂ ਆ ਰਿਹਾ ਤੁਹਾਡੇ ਆਪਣੇ ਪੋਲੀਟੀਸ਼ੀਅਨ ਉਹਨਾਂ ਨੇ ਇਹਨਾਂ ਨੂੰ ਐਨਕਰੇਜ ਕੀਤਾ ਸੀ ਪੰਡਾ ਦੇ ਵਿੱਚ ਜੱਤਾ ਜੱਤਾ ਵਾਈ ਜਿਹੜੇ ਗੁਰਦੁਆਰੇ ਖੁੱਲੇ ਆ ਨਾ ਜੇ ਸਟੱਡੀ ਕਰੋਗੇ ਔਰ ਪਿੱਛੇ ਤੁਹਾਨੂੰ ਪੋਲੀਟੀਸ਼ੀਅਨ ਨਜ਼ਰ ਆਉਣਗੇ ਕਿ ਕਿਵੇਂ ਉਹਨਾਂ ਨੇ ਐਨਕਰੇਜ ਕਰਕੇ ਇਹ ਸਾਰਾ ਕੁਝ ਕਰਾਇਆ ਤੇ ਉਹਦਾ ਭੁਗਤ ਰਹੇ ਹੋ ਸਾਰੇ ਹੀ ਹੁਣ ਤੁਸੀਂ ਮੈਂ ਬੇਸਿਕ ਜਿਹੜੀ ਐਸਜੀਪੀਸੀ ਦੀ ਫੰਕਸ਼ਨਿੰਗ ਉੱਥੇ ਆ ਰਿਹਾ ਕਿ ਇਹ ਤੁਹਾਡੇ ਕੋਲ ਲਿਟਰੇਚਰ ਹੈ ਵੰਡ ਨੂੰ ਇਸ ਤਰ੍ਹਾਂ ਦੇ ਨਾਲ ਗੁਰਦੁਆਰਿਆਂ ਤੇ ਜਣਾਸਤਰ ਤੁਹਾਡੇ ਕੋਲ ਹੈ ਨਹੀਂ ਨਾ ਹੀ ਤਿਆਰ ਕੀਤਾ ਹੋਇਆ ਨਹੀਂ ਤੁਹਾਡਾ ਕੋਈ ਸੈੱਲ ਹੈ ਧਰ ਜਿਹੜੇ ਸਿੱਖ ਇਤਿਹਾਸ ਸਰਚ ਬੋਰਡ ਹੈ ਉਹ ਇਹ ਕੰਮ ਨਹੀਂ ਕਰਦਾ ਇਹ ਧਰ ਪ੍ਰਚਾਰ ਕਮੇਟੀ ਨੇ ਕਰਨਾ ਸੀਗਾ ਲੇਕਿਨ ਉੱਥੇ ਜੇ ਤੁਸੀਂ ਇਹ ਵਿੰਗਸ ਨਾਲ ਜੋੜ ਕੇ ਇਸ ਕੰਮ ਤੇ ਲਾਓ ਪਰ ਤੁਹਾਡੀ ਸਮੱਸਿਆ ਥੋਰ ਖੜੀ ਹੋ ਜਾਂਦੀ ਹੈ ਫਿਰ ਕਹਿੰਦੇ ਵੀ ਐਵੇਂ ਜਾਣ ਤੇ ਇਹ ਲਿਟਰੇਚਰ ਨਹੀਂ ਜਾਣਾ ਧਾਮਕ ਫਿਰ ਤੁਸੀਂ ਕਿਵੇਂ ਭੇਜੋਗੇ ਬਈ ਜਿਸ ਤੜੇ ਕਰਨਾ ਇਹ ਰੈਗੂਲੇਸ਼ਨ ਪਾਸ ਹੋਇਆ ਗਿਆ ਬਈ ਗ੍ਰੰਥ ਸਾਹਿਬ ਤੋਂ ਬਿਨਾ ਸਾਰਾ ਬਾਕੀ ਲਿਟਰੇਚਰ ਆ ਉਹ ਮਿਲ ਤੇ ਜਾ ਸਕਦਾ ਜਿਹਨੇ ਸਟੱਡੀ ਕਰਨੀ ਆ ਤੁਹਾਡੇ ਘਰ ਦੇ ਕਿਵੇਂ ਕਰੇਗਾ ਕੀ ਤੁਸੀਂ ਚਾਹੁੰਦੇ ਨਹੀਂ ਕਿ ਹੋਰ ਸਟੱਡੀ ਕਰੇ ਆਜ ਜਿਹੜਾ ਇਹ ਕੁਝ ਲੋਕ ਹੈਗੇ ਆ ਜਿਹੜੇ ਜਿਹਨੇ ਸਤਕਾਰ ਦੇ ਨਾਂ ਤੇ ਬਈ ਸਿੱਖਾਂ ਨੂੰ ਸਿੱਖੇ ਤੋਂ ਦੂਰ ਕਰ ਰਹੇ ਆ ਬਈ ਤੁਸੀਂ ਘਰ 'ਚ ਗ੍ਰੰਥ ਸਾਹਿਬ ਨਹੀਂ ਰੱਖ ਸਕਦੇ ਜਿ ਪ੍ਰੋਪਰ ਢੰਗ ਨਾਲ ਕਰ ਦਵੇ ਤੁਸੀਂ ਗੁਟਕਾ ਕਿਵੇਂ ਰਖੜ ਤੁਹਾਨੂੰ ਇਹ ਵੀ ਖਾਣ ਲੱਗੇ ਸੈਂਟੀਆਂ ਗ੍ਰਾਂਥ ਸਾਹਿਬ ਦੇ ਜਿਹਨੇ ਸਟੱਡੀ ਕਰਨਾ ਹੈ ਉਹ ਕਿਵੇਂ ਰੱਖਣਗੇ ਜੀ ਯੂਨੀਵਰਸਿਟੀ ਆ ਜਾ ਕੇ ਇਹਨਾਂ ਨੇ ਰੇਟ ਪੰਜਾਬੀ ਯੂਨੀਵਰਸਿਟੀ ਕਰਤੀ ਜੀ ਇੱਥੇ ਠੀਕ ਹੀ ਨੇ ਰੱਖਿਆ ਹੋਇਆ ਇਹ ਕਿਸ ਪਾਸੇ ਸਾਰਾ ਕੁਝ ਜਾ ਰਿਹਾ ਇਸ ਕਰਕੇ ਜਿਹੜਾ ਅਟੈਕ ਆਰਪੀ ਸੀ ਨੇ ਕੀਤਾ ਉਹ ਸੋਚ ਸਮਝ ਕੇ ਕੀਤਾ ਵੀ ਜਿਸ ਪਾਸੇ ਤੁਸੀਂ ਇਸ ਧਰਮ ਨੂੰ ਲੈ ਕੇ ਜਾ ਰਹੇ ਹੋ ਉਹ ਜਿਹੜਾ ਰੋਲ ਹੈ ਨਿਭਾਉਣਾ ਚਾਹੀਦਾ ਸੀ ਐਸਜੀਪੀਸੀ ਨੂੰ ਉਹ ਨਹੀਂ ਨਿਭਾਇਆ ਉਹਦੇ ਕਰਕੇ ਪੰਜਾਬ ਦੇ ਵਿੱਚ ਕ੍ਰਿਸਚੀਅਨਟੀ ਫੈਲ ਰਹੀ ਹੈ ਗੱਲ ਐਸਜੀਪੀਸੀ ਦਾ ਨਾਮ ਬਦਲਦੀ ਨਹੀਂ ਹੈ ਉਹਨਾਂ ਦਾ ਅਟੈਕ ਇਹਨਾਂ ਦੇ ਰੋਲ ਤੇ ਹੈ ਔਰ ਜਿਹੜੀ ਪੰਜਾਬ ਦੇ ਵਿੱਚ ਕਨਵਰਸ਼ਨ ਹੋ ਰਹੀ ਹੈ 크੍ਰਿਸਚੀਅਨਟੀ ਕਰ ਰਹੀ ਹੈ ਇਸ਼ੂ ਇਹ ਹੈ ਇਹ ਧਿਆਨ ਦੇਣ ਵਾਲੀ ਗੱਲ ਹੈਗੀ ਹੈ ਅਸੀਂ ਇਹ ਤਾਂ ਲੱਗੇ ਰਹਿੰਦੇ ਆ ਲਓ ਜੀ ਇੱਥੇ ਯੂਪੀ ਵਾਲੇ ਆ ਗਏ ਜੀ ਇੱਥੇ ਬਿਹਾਰ ਵਾਲੇ ਆ ਗਏ ਜੀ ਇੱਥੇ ਉਹ ਰਹਿਣ ਲੱਗ ਪਏ ਪਾਪੂਲੇਸ਼ਨ ਉਹਨਾਂ ਦੇ ਆ ਗਏ ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈ ਜੀ ਔਰ ਬੀਜੇਪੀ ਇਹ ਤੇ ਫੋਕਸ ਕਰ ਰਹੀ ਹੈ ਉਹ ਠੀਕ ਫੋਕਸ ਕਰ ਰਹੀ ਹੈ ਸਰ ਮੀਰ ਸਿੰਘ ਜੀ ਇਹਦੇ ਕੁਝ ਬੜੇ ਬਰੀਕ ਪਹਿਲੂ ਨੇ ਜਿਵੇਂ ਮੈਂ ਦੇਖ ਰਿਹਾ ਅਕਸਰ ਇਹ ਕਲ ਕਹੀ ਜਾਂਦੀ ਹੈ ਕਿ ਧਰਮ ਇੱਕ ਨਿੱਜੀ ਮਾਮਲਾ ਜੀ ਧਰਮ ਕਿਹਨੇ ਕਿਸ ਚ ਰਹਿਣਾ ਤੇ ਉਹਨੇ ਕਿਵੇਂ ਇਹਨੂੰ ਇਹ ਜੀਵਨ ਜਾਚ ਹੈ ਜਾਂ ਇਹ ਇਹ ਹਰ ਇੱਕ ਦਾ ਵਿਅਕਤੀਗਤ ਮਾਮਲਾ ਹੈ ਪਰ ਜੇਕਰ ਕੋਈ ਜ਼ਬਰੀ ਧਰਮ ਪਰਿਵਰਤਨ ਕਰਾਉਂਦਾ ਤਾਂ ਉਹ ਜੁਰਮ ਚ ਆਉਂਦਾ ਜੇਕਰ ਕੋਈ ਆਪਣੀ ਇੱਛਾ ਨਾਲ ਧਰਮ ਬਦਲਦਾ ਤੇ ਇਹ ਕੋ ਪਹਿਲੂ ਆ ਪਰ ਜੇ ਸਮੂਹੇ ਗਰੁੱਪ ਦੇ ਵਿੱਚ ਧਰਮ ਪਰਿਵਰਤਨ ਲਈ ਯਤਨ ਕਰਕੇ ਉਹਨੂੰ ਉਹਨੂੰ ਇਹ ਨਾ ਕਿਹਾ ਜਾਵੇ ਕਿ ਜੋਰੀ ਕਰਵਾਇਆ ਜਾ ਰਿਹਾ ਹੈ ਲੇਕਿਨ ਮਾਹੌਲਾਂ ਵਿੱਚ ਤਾਂ ਕ੍ਰੀਏਟ ਕਰਤਾ ਜਾਵੇ ਪੰਜਾਬ ਦੇ ਵਿੱਚ ਡੇਰਾਬਾਦ ਜਿੰਨਾ ਵਧਿਆ ਪੰਜਾਬ ਦੇ ਵਿੱਚ ਆਰਐਸਐਸ ਨੇ ਵੀ ਆਪਣਾ ਲਿਟਰੇਚਰ ਬੜੀ ਤੇਜ਼ੀ ਨਾਲ ਫਲਾਇਆ ਉਹਨਾਂ ਨੇ ਵੀ ਫ੍ਰੀ ਲਿਟਰੇਚਰ ਲਗਭਗ ਦਿੱਤਾ ਜਿੱਥੋਂ ਤੱਕ ਉਹਨਾਂ ਦੀ ਰੀਚ ਹੈ ਦੋਸ਼ ਇਹੀ ਲੱਗ ਰਿਹਾ ਨਾ ਅੱਜ ਹੁਣ ਜਦੋਂ ਆਰਪੀ ਸਿੰਘ ਇਹ ਅਟੈਕ ਕਰ ਰਿਹਾ ਤਾਂ ਉਹ ਇੱਥੋਂ ਨਹੀਂ ਆ ਰਿਹਾ ਆਰਪੀ ਸਿੰਘ ਦਾ ਕਹਿਣਾ ਸੀਗਾ ਕਿ ਤੁਸੀਂ ਆਰਐਸਐਸ ਤੇ ਕਰੀ ਜਾਂਦੇ ਹੋ ਆਰਐਸਐਸ ਤੇ ਕਰੀ ਜਾਂਦੇ ਹੋ 크੍ਰਿਸਚੀਅਨ 크੍ਰਿਸਚੀਅਨਾਂ ਵੱਲ ਤੁਹਾਡਾ ਧਿਆਨ ਨਹੀਂ 크੍ਰਿਸਚੀਅਨਿਟੀ ਉਹ ਕਿੰਨੇ ਜ਼ੋਰ ਦਾ ਤਰੀਕੇ ਨਾਲ ਸਿੱਖਾਂ ਨੂੰ 크੍ਰਿਸਚੀਅਨ ਬਣਾ ਰਹੇ ਨੇ ਸੋ ਜਿਹੜਾ ਇਹ ਕੰਪੈਰੀਜ਼ਨ ਚ ਕਿ ਸੰਦੇ ਵੱਲ ਕਿਉਂ ਨੇ ਹੋ ਇਹ ਦਾ ਇੱਕ ਦੂਜਾ ਕੋਣ ਵੀ ਹੈ ਕਿ ਬੀਜੇਪੀ ਦਾ ਸਿੱਖ ਸਪੋਕਸਪਰਸਨ ਲੜਾਈ ਨੂੰ ਕਿਸ ਦਿਸ਼ਾ ਚ ਲੈ ਕੇ ਜਾ ਰਿਹਾ ਔਰ ਜਿਹੜਾ ਉਹਦਾ ਇਹ ਕਾਲੀ ਦੇ ਵਿੱਚ ਸ਼੍ਰੋਮਣੀ 크੍ਰਿਸਚੀਅਨ ਕਮੇਟੀ ਵਾਲੀ ਗੱਲ ਆ ਇਹਦੇ ਪਿਛਲਾ ਜਿਹੜਾ ਡਿਜ਼ਾਈਨ ਮੈਂ ਦੇਖ ਰਿਹਾ ਉਹ ਵੀ ਬੜਾ ਐਮ ਆ ਜੇ ਮੈਂ ਤੁਹਾਡੇ ਨਜ਼ਰੀਏ ਤੋਂ ਇਹਨੂੰ ਸਮਝਣਾ ਚਾਹਾਂ ਕਿ ਸਮੁੱਚਤਾ ਦੇ ਵਿੱਚ ਇਸ ਖਿੱਤੇ ਵਿੱਚ ਕੀ ਸਿੱਖੀ ਨੂੰ ਖਤਰਾ ਹੈ ਜੇ ਆਪਾਂ ਹੁਣ ਤੱਕ ਦਾ ਇਤਿਹਾਸ ਪਿਛਲੇ 400 ਸਾਲ ਦਾ ਦੇਖ ਲੈਨੇ ਆ ਕੀ ਤੁਹਾਨੂੰ ਲੱਗ ਰਿਹਾ ਕਿ ਇਹ ਜਿਆਦਾ ਨਾਜ਼ੁਕ ਸਥਿਤੀ 'ਚ ਅਸੀਂ ਆ ਗਏ ਹ ਜਿਹਦੇ ਲਈ ਹੁਣ ਇੰਨਾ ਹੋ ਹੱਲਾ ਹੋ ਰਿਹਾ ਜੀ ਆਰ ਪੀ ਸਿੰਘ ਦੀ ਗੱਲ ਨੂੰ ਜੇ ਆਪਾਂ ਵਜ਼ਨ ਪੁਆਇੰਟ ਪਰਸੈਂਟ ਨਾ ਵੀ ਦਈਏ ਲੇਕਿਨ ਕੀ ਇਹ ਸੱਚਮੁੱਚ ਇਸ਼ੂ ਹੈਗਾ ਸੇ ਕਿ ਨੂੰ ਇਸ ਤਰ੍ਹਾਂ ਦੀ ਕੋਈ ਥ੍ਰੈਟ ਹੈਗੀ ਮੈਨੂੰ ਨਹੀਂ ਲੱਗਦਾ ਸਿੱਖੀ ਨੂੰ ਕੋਈ ਇਸ ਲੈਵਲ ਦੀ ਵੱਡੀ ਥ੍ਰੈਟ ਹੈ ਕਿਉਂਕਿ ਵੈਸੇ ਹੀ ਸਾਰੇ ਦੁਨੀਆਂ ਦੇ ਵਿੱਚ ਸਿੱਖੀ ਗਈ ਹੋਈ ਹੈ ਤੇ ਸਾਰੇ ਗੁਰਦੁਆਰਾ ਸਾਹਿਬਾਂ ਵੀ ਬਣੇ ਨੇ ਸੇ ਕਰ ਲਿਜਨ ਵੀ ਫੈਲ ਰਹੇ ਆ ਜੋ ਉਸ ਆਇੰਗਲ ਤੋਂ ਵਿੱਚ ਲੈਦੇ ਹੋ ਪਰ ਬੇਸਿਕਲੀ ਸਿੱਖੀ ਨੂੰ ਖਤਰਾ ਕਾਦੇ ਤੋਂ ਆ ਸਿੱਖੀ ਨੂੰ ਖਤਰਾ ਇਹਦੇ ਤੋਂ ਆ ਕਿ ਸਿੱਖ ਅਲਰਜੀ ਤੋਂ ਲੈ ਕੇ ਸਿੱਖ ਪਾਲ ਪੋਲਿਟੀਕਲ ਧਿਰ ਤੋਂ ਲੈ ਕੇ ਸਿੱਖ ਆਰਗੇਨਾਈਜੇਸ਼ਨਾਂ ਤੋਂ ਲੈ ਕੇ ਉਹ ਆਪਣੀ ਆਡੀਆਲੋਜੀਕਲ ਥੜਕੜ ਜਿਹੜੀ ਹੈ ਤੇ ਜਿਹੜਾ ਉਹਦਾ ਸਿਧਾਂਤ ਆ ਜਿਹਦੇ ਆਧਾਰ ਤੇ ਉਹ ਚੱਲਣੀ ਸੀ ਉਦੋਂ ਵੱਦ ਲਗਾਤਾਰ ਹੋਈ ਹੋਈ ਹੈ ਸਿੱਖੀ ਜੇ ਬੈਕਗ੍ਰਾਉਂਡ ਚ ਥੜਕਣ ਤੋਂ ਨਾ ਜਦੋਂ ਤੁਸੀਂ ਐਡਿਆਲੋਜੀਕਲੀ ਨੰਬਰ ਗੇਮ ਚ ਪਈ ਆ ਸਿੱਖੀ ਨੰਬਰ ਗੇਮ ਚ ਤਾਂ ਆਜ਼ਾਦੀ ਬੜੀ ਪੈ ਗਈ ਜਿਹੜੀ ਸ਼ੈਡਿਊਲ ਕਾਸਟ ਦੀ ਰਿਜ਼ਰਵੇਸ਼ਨ ਸਿੱਖਾਂ ਨੇ ਮੰਗੇ ਲਈ ਅਮੈਂਡ ਕੀਤਾ ਇਹਦਾ ਮਤਲਬ ਜੇ ਤੁਹਾਡੀ ਫਲਸਫੀ ਚ ਕਾਸਟ ਨਹੀਂ ਹੈ ਤੁਸੀਂ ਐਜੀਟੇਟ ਕਰਕੇ ਉਹਨੂੰ ਕਾਸਟ ਨੂੰ ਪਰਮਾਨੈਂਟ ਲਕੀਰ ਨੂੰ ਮੋਟੀ ਕਰਕੇ ਵੀ ਨਹੀਂ ਤਾਂ ਬਹੁਤ ਸਾਡੇ ਤਾਂ ਬੰਦੇ ਹੀ ਚਲੇ ਜਾਣਗੇ ਉਧਰ ਕਿਸੇ ਹੋਰ ਤਰ੍ਹਾਂ ਬਚਲੇ ਜਾਣਗੇ ਔਰ ਉਹ ਇਨਸਿਕਿਉਰਟੀ ਚੋਂ ਸਿੱਖੀ ਨੇ ਬਚਣਾ ਜਾਂ ਸਿੱਖੀ ਨੇ ਆਪਣੇ ਦਮ ਤੇ ਬਚਣਾ ਉਦੋਂ ਵੀ ਗਰੀਬ ਬੰਦਾ ਹੀ ਆਇਆ ਸੀ ਸਿੱਖੀ ਜਦੋਂ ਸਿੱਖੀ ਦੇ ਵਿੱਚ ਆਉਂਦੇ ਨੇ ਤੇ ਉਹ ਗਰੀਬ ਬੰਦਾ ਲੜ ਕੇ ਅਸਰਟ ਕਰਕੇ ਐਜੇ ਸਿੱਖ ਖੜਾ ਹੋਇਆ ਹਿਸਟਰੀ ਦੇ ਵਿੱਚ ਕਦੇ ਵੀ ਉਹ ਫੌੜੀਆਂ ਨਾਲ ਨਹੀਂ ਖੜਾ ਹੋਇਆ ਸਿੱਖੀ ਦੇ ਵਿੱਚ ਉਹ ਨਹੀਂ ਆ ਹੁਣ ਵੀ ਇਸੇ ਕਰਕੇ ਉਹ ਟਰੈਂਡ ਚੱਲ ਪਿਆ ਫਿਰ ਉਹ ਟਰੈਂਡ ਦੇ ਵਿੱਚ ਉਹ ਕੀ ਹੁੰਦਾ ਕਿ ਕੋਈ ਵੀ ਆਰਐਸਐਸ ਬਹੁਤ ਥਾਮਾਂ ਤੇ ਜਾਂਦੀ ਹੈ ਉਹ ਵੀ ਉਸ ਤਰੀਕੇ ਦੇ ਨਾਲ ਕੰਮ ਕਰਦੀ ਆ ਕਿ ਉਹਨਾਂ ਨਾਲ ਜੁੜਨ ਉਹਨਾਂ ਦੇ ਥਾਟ ਨਾਲ ਜੁੜਨ ਉਹਨੂੰ ਕਿਸੇ ਪੱਗ ਨਾਲ ਜਾਂ ਨਾ ਪੱਗ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਹੈ 크ਰਿਸਚਨ ਵੀ ਉਹ ਮੇਂ ਜਾਂਦੇ ਨੇ ਸਾਰੇ ਡੇਰੇ ਵੀ ਉਹ ਮੇਂ ਫੈਲੇ ਨੇ ਸਾਰਾ ਕੁਝ ਉਹ ਮੇਂ ਉਹ ਕਰਦੇ ਰਹੇ ਨੇ ਔਰ ਉਹਨਾਂ ਨੇ ਫਿਰ ਕੀ ਕੀਤਾ ਇਹ ਤਾਂ ਕਰਵਾ ਲਿਆ ਇਹਦੇ ਤੋਂ ਬਾਅਦ ਜਦੋਂ ਕਾਸਟ ਪੈਟਰਨ ਨੂੰ ਤੁਸੀਂ ਪ੍ਰੈਕਟੀਕਲ ਪ੍ਰਮਾਨ ਕੀਤਾ ਐਂਜੀਪੀਸੀ ਦੀ ਚੌਂਚ ਵੀ ਪਰਵਾਰ ਕੀਤਾ ਆਫੀਸ਼ੀਅਲੀ ਆਪ ਕੀਤਾ ਤੁਸੀਂ ਤਾਂ ਉਹ ਕਾਸਟ ਦਾ ਅਮਲ ਜਿਹੜਾ ਪੰਜਾਬ ਦੇ ਵਿੱਚ ਫਿਰ ਖੜਾ ਹੋ ਰਿਹਾ ਹੈ ਜਿਹਦੇ ਵਿੱਚ ਜੱਟ ਡੋਮਿਨੇਸ਼ਨ ਪੋਲੀਟੀਕਲੀ ਰਿਲੀਜੀਅਸਲੀ ਸਮਾਜਿਕ ਤੌਰ ਤੇ ਦਿਖਾਈ ਦੇ ਰਹੀ ਹੈ ਤਾਂ ਦਲਤ ਦੀ ਡਿਪ੍ਰਾਈਵੇਸ਼ਨ ਹੈ ਜਿਹੜੀ ਤੇ ਹੋਰਾਂ ਜਿਹੜੇ ਕਾਸਟ ਦੀ ਡਿਪ੍ਰਾਈਵੇਸ਼ਨ ਤੁਹਾਨੂੰ ਸਾਫ਼ ਸਾਫ਼ ਦਿਖਾਈ ਦੇ ਰਹੀ ਹੈ ਉਹ ਡਿਪ੍ਰਾਈਵੇਸ਼ਨ ਦੇ ਵਿੱਚੋਂ ਅਲੱਗ ਗੁਰਦੁਆਰੇ ਨਿਕਲਦੇ ਨੇ ਅਲੱਗ ਸਮਸ਼ਾਨ ਘਟ ਨਿਕਲਦੇ ਨੇ ਅਲੱਗ ਬਾਕੀ ਦੀਆਂ ਚੀਚਾਂ ਨਿਕਲਦੀਆਂ ਨੇ ਰੌਣਾ ਪਹਿਲਾ ਬੁਨਿਆਦੀ ਸਵਾਲ ਆਪਣੇ ਅੰਦਰ ਝਾਤ ਮਾਰ ਕੇ ਕੋਰਸ ਕੁਐਸਚਨ ਆਪਣੇ ਅੰਦਰ ਕਰ ਲੈਂਦਾ ਹੈ ਬਾਕੀ ਗੱਲਾਂ ਉਦੋਂ ਬਾਅਦ ਦੀਆਂ ਨੇ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਅੱਜ ਇੱਕ ਗੇਵਰ ਸਿਚੁਏਸ਼ਨ ਚ ਮਾਮਲੇ ਹੁੰਦੇ ਨੇ ਅੱਜ ਰੂਲਿੰਗ ਸਾਈਡ ਕੌਣ ਹੈ ਡੋਮੀਨੇਟ ਕੌਣ ਕਰ ਰਿਹਾ ਸਿਲੇਬਸ ਬਦਲਣ ਤੋਂ ਲੈ ਕੇ ਇਤਿਹਾਸ ਬਦਲਣ ਤੋਂ ਲੈ ਕੇ ਸਾਰੇ ਮਾਮਲਿਆਂ ਦੇ ਵਿੱਚ ਅੱਜ ਆਰਐਸਐਸ ਰੂਲਿੰਗ ਸਾਈਡ ਹੈ ਇਸ ਕੰਟਰੀ ਦੇ ਵਿੱਚ ਉਸ ਕੰਟਰੀ ਦੇ ਵਿੱਚ ਜੇ ਮਿਨੋਰਟੀ ਨੂੰ ਮਿਨੋਰਟੀ ਨਾਲ ਲੜਾ ਕੇ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਪ੍ਰੋਬਲਮ ਹੋਵੇ ਵੀ ਮਿਨੋਰਟੀ ਜੀ ਦੀ ਕਨਟਰਡਿਕਸ਼ਨ ਆਪਣੇ ਆਪ ਦੇ ਵਿੱਚ ਵੀ ਹੋਏਗੀ ਪਰ ਜੇ ਉਹ ਆਪਸ ਦੇ ਵਿੱਚ ਲੜਦੀਆਂ ਨੇ ਮਿਨੋਰਟੀਜ਼ ਤਾ ਮੈਂਜੋਰਟੀ ਨੂੰ ਫਾਇਦਾ ਹੁੰਦਾ ਉਸ ਮਾਮਲੇ ਦਾ ਵਿੱਚ ਤੁਸੀਂ ਕਹੋ ਕਿ ਇਹਨੂੰ ਰੋਕੋ ਇਹਦੇ ਨਾਲ ਲੜੋ ਉਹਨੂੰ ਰੋਕੋ ਉਹਦੇ ਨਾਲ ਲੜੋ ਅਸੀਂ ਤਾਂ ਹੈਗੇ ਜਾਂ ਤੁਹਾਡੇ ਕਿੱਧਰ ਜਾਣਾ ਚਾਹੀਦਾ ਹੈ ਪ੍ਰੈਜ਼ੀਡੈਂਟ ਤੁਹਾਡਾ ਤੁਹਾਡੀ ਲੜਾਈ ਕਿਹੜੀ ਗੱਲ ਤੇ ਬਣਦੀ ਐ ਇਸ ਸਮੇਂ ਦੇ ਵਿੱਚ ਇਹ ਸਵਾਲ ਵੀ ਡਿਸਕਸ ਕਰਨ ਵਾਲਾ ਬਹੁਤ ਵੱਡੇ ਪੰਦਰ ਤੇ ਗੇਬਰ ਸਿਚੁਏਸ਼ਨ ਦੇ ਵਿੱਚ ਉੱਥੇ ਤੁਹਾਡਾ ਫੋਕਸ ਕਿਹੜੀ ਗੱਲ ਤੇ ਬਣਦਾ ਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ ਹੈ ਜਿਹੜਾ ਜਿਹੜਾ ਮੋਹਨ ਭਗਵਤ ਜਦੋਂ ਵੀ ਲੈਕਚਰ ਦਿੰਦੇ ਨੇ ਜਿਹੜਾ Hindu ਜੀਵਨ ਜਾਂਚ ਹੈ Hindu ਹਿੰਦ ਦੇ ਸਮਰਾਟ ਦੀ ਗੱਲ ਹੈ ਤੇ ਉਸੇ ਟਾਈਪ ਦਾ ਕੰਟਰੀ ਬਣਾਉਣ ਦੀ ਗੱਲ ਹੈ ਤੇ ਯੂਨੀਵਰਸਿਟੀ ਦੀ ਨੂੰ ਨਾ ਮੰਨਣ ਦੀ ਜਿਹੜੀ ਗੱਲ ਹੈ ਉਸ ਪੱਧਰ ਦੇ ਉੱਤੇ ਕਿ ਉਹ ਜ਼ਿਆਦਾ ਖਤਰਨਾਕ ਹੈ ਇਸ ਕੰਟਰੀ 'ਚ ਅੱਜ ਜੱਕ ਰਿਸੈਂਟ ਜਿਸ ਰੂਪ ਚ ਆ ਰਹੀ ਹੈ ਉਹ ਜ਼ਿਆਦਾ ਖਤਰਨਾਕ ਹੈ ਇਸ ਲੈਵਲ ਦੇ ਇਹਨਾਂ 'ਚ ਵੀ ਤਮੀਜ਼ ਕਰਨੀ ਪੈਗੀ ਦੋਨੇ ਲੈਵਲ ਤੇ ਜਦੋਂ ਕੋਈ ਗੱਲ ਕਰ ਰਿਹਾ ਆਰ.ਪੀ. ਸਿੰਘ ਉਹਨਾਂ ਦੀ ਜਿਹੜੀ ਬਿਓਲੋਜੀ ਨੂੰ ਅੱਗੇ ਵਧਾ ਰਹੇ ਨੇ ਤੇ ਉਹ ਅੱਜ ਦਾ ਸਵਾਲ ਨਹੀਂ ਕੱਲ ਨੂੰ ਸ਼ਾਇਦ ਇਹ ਵੀ ਆਪਸ ਦੇ ਵਿੱਚ ਵੀ ਖੜੇ ਕਰਨਗੇ ਕ੍ਰਿਸਚਨ ਨਾਲ ਵੀ ਹੋਵੇ ਆਰਐਸਐਸ ਨਾਲ ਵੀ ਹੋਵੇ ਜਾਂ ਹੋਰ ਜਿੰਨੇ ਵਖਰੇਵੇਂ ਨੇ ਅਡਾਇਲੋਜੀ ਜਿਹਦੇ ਜੈਸੇ ਕਿਕ ਵਖਰਾ ਧਰਮ ਹੈ ਮੰਨਿਆ ਹੋਇਆ ਉਹਦੀ ਆਪਣੀ ਅਡਾਇਲੋਜੀ ਕਰਕੇ ਆ ਨਾ ਆਪਣੀ ਅਲੱਗ ਜੀਵਨ ਜਾਚ ਕਰਕੇ ਆ ਹੁਰਤਾ ਕਿਸੇ ਕਰਕੇ ਵੀ ਉਹ ਜਿਹੜਾ ਇੱਕ ਲਾਲਚ ਵਾਲਾ ਕੰਮ ਹੁੰਦਾ ਕੇਵਲ ਤੇ ਉਹਨਾਂ ਨੂੰ ਲਿਹਾਓ ਨਾਲ ਬੱਚਿਆਂ ਦੀ ਫੀਸ ਦੇ ਦਿਓ ਕਿਸੇ ਮਰੀਜ਼ ਦਾ ਇਲਾਜ ਕਰਾ ਦਿਓ ਸਿੱਖੀ ਚ ਤਾਂ ਉਹ ਇਨਬਿਲਟ ਭਰਿਆ ਪਿਆ ਸਾਰੀ ਸੇਵਾ ਦਾ ਕੰਪਨਸੈਪਟ ਇੰਨਾ ਕਿਸੇ ਦਾ ਹੈ ਹੀ ਨਹੀਂ ਜ਼ਿੰਦਗੀ ਦੇ ਵਿੱਚ ਇਨਬਿਲਟ ਇੰਨਾ ਜਿਆਦਾ ਤਾਂ ਉਹ ਚੱਲ ਨਹੀਂ ਸਕੂਗਾ 크੍ਰਿਸਚਨ ਐਟੀਜਰ ਸਿੱਖ ਆਪਣੇ ਆਦੇ ਤੇ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਆਪਣੀ ਫਲਸਫੀ ਤੇ ਕਰਨ ਜਿੱਥੇ ਸਰਬੱਤ ਦੇ ਭਲੇ ਤੋਂ ਸ਼ੁਰੂ ਹੋ ਕੇ ਮਾਨਸਕੀ ਜਾਤ ਸਮਾਏ ਇੱਕ ਪਹਿਚਾਣ ਬੋਚ ਹਰ ਕ੍ਰਾਈਸਿਸ ਦੇ ਵਿੱਚ ਜਿੱਥੇ ਜਾ ਕੇ ਉਹ ਡੋਮੀਨੇਟ ਕਰਦਾ ਖੜ ਕੇ ਸੇਵਾ ਦੇ ਮਾਮਲੇ ਦੇ ਵਿੱਚ ਸੈਕਰੀਫਾਈਸ ਦੇ ਇੱਕ ਗੱਲ ਤੋਂ ਤੇ ਇਹ ਇਹ ਖਤਰਾ ਤਾਂ ਨਹੀਂ ਉਸ ਰੂਪ ਤੇ ਵਿੱਚ ਹੋ ਸਕਦਾ ਪਹਿਲਾਂ ਅੰਦਰ ਡਿਬੇਟ ਕਰਨ ਦਾ ਕੁਐਸਚਨ ਹੈ ਫਿਰ ਨਿਸਾਨ ਦੇ ਹੀ ਤੈਅ ਕਰਨ ਦਾ ਕੁਐਸਚਨ ਹੈ ਫਿਰ ਉਹ ਲੜਾਈ ਕਿਦੇ ਨਾਲ ਕਿੰਨੀ ਲੈਣੀ ਹੈ ਕਦੋਂ ਲੈਣੀ ਹੈ ਇਹ ਮਤਲਬ ਛੋਟਾ ਸਵਾਲ ਨਹੀਂ ਇਹ ਬਹੁਤ ਲੰਮਾ ਬੰਡਾ ਸਵਾਲ ਹੈ ਜਿਹਨੂੰ ਡਿਟੇਲ ਚ ਡਿਸਕਸ ਕਰਨ ਦਾ ਕੁਐਸਚਨ ਹੈਗਾ ਹੀ ਬਿਲਕੁਲ ਔਰ ਸਤਾਜਗਤਾਰ ਸਿੰਘ ਜੀ ਕੋਈ ਫਾਈਨਲ ਗੱਲ ਤਾਂ ਨਹੀਂ ਇੱਥੇ ਹੋਰ ਨਹੀਂ ਮੈਂ ਮੈਂ ਲੜਾਈ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਜਿਹੜੇ ਅੰਦਰ ਆਪਣੇ ਤੇ ਨੁਕਸ ਹੈਗੇ ਪਹਿਲਾਂ ਆਪਾਂ ਅੰਦਰ ਚਾਤੀ ਮਾਰੀਏ ਵੀ ਸਾਡੇ ਚ ਅੰਦਰ ਕਿੱਥੇ ਨੁਕਸ ਹੈਗੇ ਸੰਗ ਦਾ ਪਤਾ ਕੀ ਅਡਿਓਲੋਜੀ ਉਹ ਕਿਵੇਂ 100 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਨੂੰ ਆਵਾਜ਼ ਨੂੰ ਕੀਤਾ ਤੇ ਉਹਨਾਂ ਨੇ ਚੇਤ ਕੀਤਾ ਹੀ ਨਹੀਂ ਆਪਣੇ ਅਡਿਓਲੋਜੀ ਉਹ ਤੋਂ ਸ਼ੁਰੂ ਤੋਂ ਇਸ ਨੂੰ ਲੈ ਕੇ ਚੱਲੇ ਹੋਏ ਹੈ ਉਹ ਬੜਾ ਵੈਲ ਨੋਨ ਹੈ ਸਾਰਾ ਕੁਝ ਉਹਨਾਂ ਦਾ ਔਰ ਉਪਰਲੀ ਕਰਦੇ ਆ ਔਰ ਕਮਾਲ ਦੀ ਗੱਲ ਇਹ ਹੈ ਸੇਵਾ ਦੇ ਕਨਸੈਪਟ ਸਿੱਕੇ ਇਨਬਿਲਟ ਹੈ ਉਹਨੂੰ ਕੈਪਟਲਾਈਜ਼ ਆਰਐਸਐਸ ਵਾਲੇ ਕਰਦੇ ਆ ਉਹਨਾਂ ਨੇ ਸੇਵਾ ਦੇ ਸਰਤੇ ਹੀ ਬਹੁਤ ਕੁਸ਼ ਅਗਰੈਸ ਕੀਤਾ ਹੋਇਆ ਉਹਨਾਂ ਦੇ ਪ੍ਰੋਪਰ ਵਿੰਗ ਹੈਗੀ ਜਿਸ ਤਰ੍ਹਾਂ ਦੇ ਵਿੱਚ ਇਨਬਿਲਟ ਹੋਵੇ ਉਹ ਕਿਉਂ ਫੇਲ ਹੋ ਰਿਹਾ ਮੇਰਾ ਕੰਸਰਨ ਇਹਨਾ ਕੀ ਹੈ ਵੀ ਜੇ ਅਸੀਂ ਅੰਦਰ ਚਾਤੀ ਮਾਰੀਏ ਤੇ ਸਾਨੂੰ ਆਪਣੇ ਜਿਹੜੇ ਨੁਕਸੇ ਆ ਜੇ ਆਪਾਂ ਉਹ ਹੀ ਠੀਕ ਕਰ ਲਈਏ ਤੇ ਜਿਹੜੇ ਇਹ ਤੁਹਾਨੂੰ ਖਤਰੇ ਲੱਗਦੇ ਆ ਨਾ ਇਹ ਆਪਣੇ ਆ ਕੋਈ ਦੂਰ ਹੋ ਜਾਣਗੇ। ਸਮੀਰ ਸਿੰਘ ਉਹਦੇ ਚ ਸਾ ਮੈਨੂੰ ਕਿਹੜੀ ਇੱਕੋ ਹੀ ਗੱਲ ਹੈ ਸੇਵਾ ਦੇ ਮੁਕਾਬਲੇ ਅਜੇ ਸਿੱਖੀ ਦੇ ਮੁਕਾਬਲੇ ਸ਼ਾਇਦ ਕੋਈ ਰਿਲੀਜੀਅਨ ਖੜਿਆ ਨਹੀਂ ਹੈ ਨਾ ਆਰਐਸਐਸਓ ਮਿਆਂ ਕੋਰੋਨਾ ਆਇਆ ਸੀ ਸਭ ਨੂੰ ਪਤਾ ਰੋਹੰਗੀਆਂ ਤੋਂ ਲੈ ਕੇ ਜੇ ਲੰਗਰ ਲਾਉਣਾ ਕਿਤੇ ਵੀ ਜਾ ਕੇ ਦੁਨੀਆ ਦੇ ਹਾਂ ਆਪਣੇ ਦਾਇਰੇ ਚ ਕੰਮ ਕਰਨਾ ਉਹ ਇੱਕ ਅਲੱਗ ਗੱਲ ਹੁੰਦੀ ਹੈ ਜਿਹੜਾ ਇੱਕ ਵੋਕਲ ਕਨਸੈਪਟ ਦਿਖਾਈ ਦਿੰਦਾ ਹੁੰਦਾ ਅੱਜ ਵੀ ਮੰਨਤਾ ਜੇਕਰ ਹੈਗੀ ਆ ਤਾਂ ਵੱਡੇ ਪੰਦਰ ਤੇ ਘੱਟ ਗਿੜਤੀ ਹੋਣ ਦੇ ਬਹੁਤ ਥੋੜੇ ਹੋਣ ਦੇ ਬਾਵਜੂਦ ਤਾਂ ਉਹ ਦਿਖਾਈ ਦਿੰਦੀ ਹੈ ਮੈਨੂੰ ਲੱਗਦਾ ਸੇਵਾ ਹੀ ਰਹੇਗੀ ਥੋੜੀ-ਬਹੁਤ ਜਿਹੜੀ ਰਹੇਗੀ ਅਡਿਆਨੋ ਵੀ ਆਪਾਂ ਮੈਂ 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 ਮੇਰੇ ਮੈਂ ਜਿਹੜੀ ਗੱਲ ਕਰ ਰਿਹਾ ਨਾ ਬਈ ਉਹਨਾਂ ਨੇ ਇਹਨੂੰ ਕੈਪਟਲਾਈਜ਼ ਕੀਤਾ ਹੈ ਫਰਕ ਇਹਨਾਂ ਕਹਿ ਮੈਂ ਇੰਨੀ ਗੱਲ ਕਰ ਰਿਹਾ ਬਾਕੀ ਨਹੀਂ ਬਾਕੀ ਤਾਂ ਮੈਂ ਤਾਂ ਪਹਿਲਾਂ ਕਿਹਾ ਵੀ ਇਨ ਬਿਲਟ ਤਾਂ ਸਿੱਕੀ ਦੇ ਵਿੱਚ ਹੈ ਕੈਪਟਲਾਈਜ਼ ਹੋ ਕਰ ਰਹੇ ਹੈ ਇਸ ਟੀ ਬਹੁਤ ਮਿਹਰਬਾਨੀ ਬਹੁਤ ਬਤਨਵਾਦ ਥੈਂਕ ਯੂ ਥੈਂਕ ਯੂ ਜੀ